ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜਿਵੇਂ ਕਿ ਆਪ ਜਾਣਦੇ ਹੋ ਕਿ ਸੰਗਤ ਟੈਲੀਵਿਜ਼ਨ ਸੰਗਤਾਂ ਦਾ, ਸੰਗਤਾਂ ਲਈ ਅਤੇ ਸੰਗਤਾਂ ਵੱਲੋਂ ਹੀ ਚਲਾਇਆ ਜਾਂਦਾ ਹੈ। ਇਸ ਲਈ ਹਰ ਉਹ ਗੱਲ ਜਿਹੜੀ ਸੰਗਤ ਦੀ ਜਾਣੀ ਜ਼ਰੂਰੀ ਹੋਵੇ, ਹਰ ਉਹ ਗੱਲ ਜਿਹੜੀ ਸਰਬੱਤ ਦੇ ਭਲੇ ਦੀ ਹੋਵੇ, ਹਰ ਉਹ ਗੱਲ ਜਿਹੜੀ ਪੰਥ ਦੀ ਹੋਵੇ, ਪੰਜਾਬ ਦੀ ਹੋਵੇ, ਸਾਡੀ ਸਭ ਦੀ ਸਾਂਝੀ ਹੋਵੇ, ਉਹ ਉਚੇਚ ਦੇ ਕੇ ਕੀਤੀ ਜਾਂਦੀ ਹੈ। ਅਤੇ ਹਰ ਉਹ ਸ਼ਖਸੀਅਤ ਜਿਹਦੀ ਕੀਤੀ ਅਤੇ ਨੀਤੀ ਤੋਂ ਕੋਈ ਸੇਧ ਪ੍ਰਾਪਤ ਕੀਤੀ ਜਾ ਸਕਦੀ ਹੋਵੇ, ਜਿਹਦੀ ਕੀਤੀ ਅਤੇ ਨੀਤੀ ਤੋਂ ਕੌਮ ਦਾ ਭਵਿੱਖ ਰੋਸ਼ਨ ਹੁੰਦਾ ਹੋਵੇ, ਉਹਨਾਂ ਨੂੰ ਵੀ ਉਚੇਚੇ ਤੌਰ 'ਤੇ ਸੰਗਤ ਟੈਲੀਵਿਜ਼ਨ ਤੋਂ ਆਪ ਸਭ ਦੇ ਸਨਮੁੱਖ ਕੀਤਾ ਜਾਂਦਾ ਹੈ। ਅੱਜ ਸਾਡੇ ਸਾਰਿਆਂ ਦੇ ਚੰਗੇ ਭਾਗ ਨੇ ਕਿ ਪੰਥ ਦੀ ਉਹ ਹਸਤੀ ਜਿਨ੍ਹਾਂ ਨੇ ਕਾਰ ਸੇਵਾ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ, ਬੇਸ਼ੱਕ ਉਹ ਸ਼ਤਾਬਦੀਆਂ ਦੇ ਸਮਿਆਂ ਦੇ ਵਿੱਚ ਲੰਗਰ ਦੀ ਸੇਵਾ ਹੋਵੇ, ਬੇਸ਼ੱਕ ਉਹ ਸ਼ਤਾਬਦੀਆਂ ਦੇ ਸਮੇਂ 'ਚ ਸਰਾਵਾਂ ਦੀ ਸੇਵਾ ਹੋਵੇ, ਅਤੇ ਬੇਸ਼ੱਕ ਉਹ ਇਤਿਹਾਸਕ ਗੁਰਧਾਮਾਂ ਦੇ ਲਈ ਜਿਹੜੀਆਂ ਸਾਡੀਆਂ ਦੂਰੋਂ ਦਰਾੜੀਆਂ ਗਈਆਂ ਉਹ ਸੰਗਤਾਂ ਦੀ ਲੋੜ ਦੀ ਸੇਵਾ ਹੋਵੇ। ਕਾਰ ਸੇਵਾ ਦੇ ਨਾਂ 'ਤੇ ਉਹਨਾਂ ਨੇ ਬਹੁਤ ਵੱਡੀ ਸੇਵਾ ਪਿਛਲੇ 2-3 ਦਹਾਕਿਆਂ ਤੋਂ ਲਗਾਤਾਰ ਕੀਤੀ ਹੈ। ਮੇਰੀ ਮੁਰਾਦ ਹੈ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਭੂਰੀ ਵਾਲੀ ਆਪਣੇ ਆਪ ਵਿੱਚ ਬਹੁਤ ਨਾਮਵਰ ਸੰਸਥਾ ਹੈ ਪੰਥ ਦੀ, ਜਿਹੜੀ ਅੱਜ ਦੇ ਸਮੇਂ ਦੇ ਵਿੱਚ ਵੀ ਪਟਨਾ ਸਾਹਿਬ ਦੀ ਸਰਾਵਾਂ ਦੀ ਸੇਵਾ ਕਰਾ ਰਹੀ ਹੈ। ਸ਼ਹੀਦ ਬਾਬਾ ਦੀਪ ਸਿੰਘ ਦਾ ਜਿਹੜਾ ਯਾਦਗਾਰ ਗੁਰਦੁਆਰਾ ਹੈ ਅੰਮ੍ਰਿਤਸਰ ਦੇ ਵਿੱਚ, ਉਸ ਦੀ ਸੇਵਾ ਕਰਵਾ ਰਹੀ ਹੈ। ਤਖ਼ਤ ਕੇਸਗੜ੍ਹ ਸਾਹਿਬ ਦੇ ਉੱਤੇ ਅਨੰਦਪੁਰ ਸਾਹਿਬ ਦੇ ਵਿੱਚ ਸਰਾਵਾਂ ਦੀ ਸੇਵਾ ਕਰਵਾ ਰਹੀ ਹੈ। ਦਮਦਮਾ ਸਾਹਿਬ ਸਰਾਵਾਂ ਦੀ ਸੇਵਾ ਚੱਲ ਰਹੀ ਹੈ ਅਤੇ ਹੋਰ ਬਹੁਤ ਵੱਡੀਆਂ ਸੇਵਾਵਾਂ ਚੱਲ ਰਹੀਆਂ ਨੇ। ਇਹਨਾਂ ਸੇਵਾਵਾਂ ਦੇ ਬਾਰੇ ਗੱਲ ਕਰਾਂਗੇ। ਸੰਗਤ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਹਾਜ਼ਰ ਨੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਉਹਨਾਂ ਦੀ ਆਮਦ ਨੂੰ ਜੀਆਂ ਆਖਦੇ ਹਾਂ, ਫਤਿਹ ਸਾਂਝੀ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨੂੰ ਲੈ ਕੇ ਆਏ ਨੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਦੇ ਵਿੱਚ ਸਾਡੇ ਵੀਰ, ਆਪ ਜੀ ਜਾਣੀ ਪਛਾਣੀ ਸ਼ਖਸੀਅਤ ਹੈ ਵੀਰ ਗੁਰਦੇਵ ਸਿੰਘ ਜੀ, ਸੰਗਤ ਟੈਲੀਵਿਜ਼ਨ ਤੋਂ ਪ੍ਰੋਗਰਾਮ 20 ਪ੍ਰਜੈਂਟ ਕਰਦੇ ਰਹੇ ਨੇ ਔਰ ਸਾਨੂੰ ਆਸ ਹੈ ਗਾਂ 20 ਕਰਨਗੇ। ਉਹਨਾਂ ਦੀ ਆਮਦ ਨੂੰ ਵੀ ਜੀਆਂ ਆਖਦੇ ਹਾਂ। ਗੁਰਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੈਂ ਬਹੁਤ ਵੱਡੀ ਭੂਮਿਕਾ ਇਸ ਕਰਕੇ ਨਿਭਾਉਣੀ ਕਿ ਸੰਗਤਾਂ ਜਾਣਨਾ ਚਾਹੁੰਦੇ ਨੇ ਕਾਰ ਸੇਵਾ ਦੀ, ਕੋਈ ਗੁਰੂ ਸਾਹਿਬ ਦੇ ਵੇਲੇ ਤੋਂ ਲੈ ਕੇ ਵੀ ਸੰਪਰਦਾ ਦੀ ਗੱਲ ਚੱਲਦੀ ਰਹੀ ਹੈ ਕਾਰ ਸੇਵਾ ਦੀ, ਔਰ ਤੁਹਾਡੇ ਮੁਖਾਰਵੇ ਤੋਂ ਮੈਂ ਸੁਣਨਾ ਚਾਹੁੰਦਾ ਵੀ ਕਾਰ ਸੇਵਾ ਦਾ ਇਤਿਹਾਸ ਕੀ ਹੈ, ਤਾਂ ਕਿ ਸੰਗਤਾਂ ਇਸ ਬਾਰੇ ਜ਼ਿਆਦਾ ਜਾਣ ਸਕਣ। ਦਾਸ ਸਭ ਤੋਂ ਪਹਿਲਾਂ ਆਪਣੇ ਵੱਲੋਂ UK ਨਿਵਾਸੀ ਸੰਗਤਾਂ ਜਾਂ ਜਿਹੜੀਆਂ ਵੀ ਸੰਗਤਾਂ ਸੰਗਤ ਟੈਲੀਵਿਜ਼ਨ 'ਤੇ ਇਸ ਵੇਲੇ ਆਉਣੇ ਪ੍ਰੋਗਰਾਮ ਵੇਖ ਰਹੀਆਂ ਨੇ, ਮੈਂ ਸਭ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਇਹ ਵਚਨ ਕੀਤਾ ਵਾ ਕਿ ਸੇਵਾ ਜਾਂ ਕਾਰ ਸੇਵਾ ਦੇ ਸੰਬੰਧ ਦੇ ਵਿੱਚ ਸੰਗਤਾਂ ਨੂੰ ਕਿਸ ਤਰ੍ਹਾਂ ਜਾਣਕਾਰੀ ਦਿੱਤੀ ਜਾਵੇ, ਅਤੇ ਉਹ ਇਹਦੀ ਜਿਹੜੀ ਸ਼ੁਰੂਆਤ ਆ ਉਹ ਜਿਹੜੇ ਮਤਲਬ ਵੀ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇਸ ਧਰਮ ਦੀ ਜਿਹੜੀ ਆ ਮੰਨ ਲਓ ਕਹਿ ਲਓ ਨੀਂਹ ਰੱਖੀ ਆ ਜਾਂ ਇਹਦਾ ਮੁੱਢਬੱਧਾ ਸ਼ੁਰੂਆਤ ਕੀਤੀ, ਅਤੇ ਉਹ ਪਹਿਲੇ ਪਾਤਸ਼ਾਹ ਦਾ ਜੀਵਨ ਆਪਾਂ ਵਿਚਾਰੀਏ, ਮਤਲਬ ਛੋਟੇ ਛੋਟੇ ਬਚਨ ਵਿੱਚੋਂ ਲਈਏ ਕਿਉਂਕਿ ਸਮਾਂ ਸੀਮਤ ਗਿਆ ਵਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਪੂਰਾ ਜੀਵਨ ਜਿੰਨਾ ਵਿਚਾਰ ਉਦਾਸੀਆਂ ਕੀਤੀਆਂ ਭਰਮਣ ਕੀਤਾ ਹੈ, ਅਤੇ ਆਪਣੇ ਦੋ ਹੀ ਸਾਥੀ ਬਣਾਏ ਨੇ, ਇੱਕ ਬਾਲਾ ਅਤੇ ਇੱਕ ਮਰਦਾਨਾ, ਅਤੇ ਮਨੁੱਖਤਾ ਦੇ ਭਲੇ ਵਾਸਤੇ ਉਹਨਾਂ ਨੇ ਜਗ੍ਹਾ ਜਗ੍ਹਾ 'ਤੇ ਜਾ ਕੇ ਮਨੁੱਖਤਾ ਦੇ ਭਲੇ ਲਈ, ਮਨੁੱਖਤਾ ਦੇ ਕਲਿਆਣ ਵਾਸਤੇ ਜਾਂ ਚੰਗੀ ਜੀਵਨ ਜਾਚ ਦੱਸਣ ਵਾਸਤੇ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ। ਅਤੇ ਜਿੱਥੇ ਕਿ ਸਤਿਗੁਰਾਂ ਦੀ ਜਨਮ ਸਾਖੀ ਨੂੰ ਵਾਚਿਆ ਜਾਵੇ, ਅਤੇ ਜੇ ਕਿਸੇ ਨੂੰ ਉਪਦੇਸ਼ ਦਿੱਤਾ ਜਾਂ ਕਿਸੇ ਦੇ ਭਲੇ ਦੀ ਗੱਲ ਕੀਤੀ ਹੈ, ਅਤੇ ਉਹਨੂੰ ਇਹੋ ਹੀ ਕਿਹਾ ਵੀ ਗੁਰਮੁਖੋ ਧਰਮਸ਼ਾਲਾ ਬਣਾਓ ਜੀ, ਕਥਾ ਅਤੇ ਕੀਰਤਨ ਦਾ, ਪਰਮਾਤਮਾ ਦੇ ਨਾਂ ਦੀ ਕੀਰਤੀ ਕਰੋ ਜੀ,
ਆਏ ਗਏ ਰਾਈ ਪਾਂਦੀ ਅਭਗਿਆਤ ਨੂੰ ਜਲ ਪਾਣੀ ਰਾਹੀਂ ਟਹਿਲ ਸੇਵਾ ਕਰੋ ਅਤੇ ਤੁਹਾਡਾ ਭਾਈ ਲੋਕ ਵੀ ਸੁਹੇਲਾ ਹੋਏਗਾ ਅਤੇ ਪਰਲੋਕ ਵੀ ਸੁਹੇਲਾ ਹੋਏਗਾ। ਬਿਲਕੁਲ ਕਹਿਣ ਤੋਂ ਭਾਵ ਕਿ ਜਿਹਨੇ ਜਿਹੜੇ ਗੁਰਮੁਖਾਂ ਨੇ ਉਹ ਜਿਹੜੀ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਜਾਂ ਪੜ੍ਹੀ ਆ ਜਾਂ ਸਰਵਣ ਕੀਤੀ ਆ ਉਹਦੇ ਵਿੱਚ ਇਹੋ ਹੀ ਉਪਦੇਸ਼ ਮਿਲਦਾ ਕਿ ਧਰਮਸ਼ਾਲਾ ਬਣਾਓ ਅਤੇ ਲੰਗਰ ਚਲਾਓ, ਤੁਹਾਡਾ ਭਲਾ ਹੋਏਗਾ। ਅਤੇ ਦੂਸਰੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫਿਰ ਵਸਾਇਆ, ਫਿਰ ਆਉਣ ਸਤਿਗੁਰੂ ਖਡੂਰ ਜੀ। ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਜੀ। 35 ਅੱਖਰੀ ਦੇ ਗਿਆਨ ਨੂੰ ਹੋਰ ਵਿਸ਼ਾਲ ਕੀਤਾ, ਗੁਰਮੁਖੀ ਦੇ ਗਿਆਨ ਨੂੰ ਵਧਾਉਣਾ ਕੀਤਾ। ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ਼੍ਰੀ ਗੋਇੰਦਵਾਲ ਸਾਹਿਬ ਨੂੰ ਵਸਾਉਣਾ ਕੀਤਾ। ਅਤੇ ਮਤਲਬ ਇਹ ਸਾਰੇ ਕਾਰ ਸੇਵਾ ਹੀ ਸੀ। ਹਾਂਜੀ, ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਸੋਣਾ, ਗੁਰੂ ਅੰਗਦ ਦੇਵ ਦਾ ਖਡੂਰ ਸਾਹਿਬ ਸੋਣਾ, ਗੁਰੂ ਅਮਰਦਾਸ ਜੀ ਦਾ ਗੋਇੰਦਵਾਲ ਸੋਣਾ, ਇਹ ਸਾਰੀ ਕਾਰ ਸੇਵਾ ਸੀ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਰਨ ਤਾਰਨ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਰਾਮਦਾਸ ਨੇ ਪਹਿਲਾਂ ਚੱਕ ਰਾਮਦਾਸ ਕੀਤੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਅਟਲ ਰਾਏ ਸਾਹਿਬ ਦੀ ਇਮਾਰਤ ਬਣਾਈ, ਭਾਵ ਕਿ ਗੁਰੂ ਧਾਮ ਬਣਾਉਣੇ ਜਾਂ ਇਹ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਦਾ ਸਿਲਸਿਲਾ ਜਿਹੜਾ ਵਾ ਇਹ ਸੰਗਤਾਂ ਦੀ ਜਾਣਕਾਰੀ ਵਾਸਤੇ ਜੇ ਦੱਸੀਏ ਤਾਂ ਇਹ ਗੁਰੂ ਸਾਹਿਬਾਨਾਂ ਤੋਂ ਹੀ ਪ੍ਰਾਰੰਭ ਹੋਇਆ। ਸਮੇਂ ਸਮੇਂ ਅਨੁਸਾਰ ਸਮਾਂ ਆਇਆ, ਇਹਨਾਂ ਗੁਰਧਾਮਾਂ ਦੀ ਸੇਵਾਵਾਂ ਜਿਹੜੀਆਂ ਸਨ, ਜਿਹੜੇ ਸਾਡੇ ਇੱਕ ਉਦਾਸੀ ਪੰਥ ਹੈ ਜਾਂ ਨਿਰਮਲਾ ਪੰਥ ਹੈ ਜਾਂ ਸੇਵਾ ਪੰਥੀ ਨੇ, ਸਮੇਂ ਸਮੇਂ ਦੇ ਨਾਲ ਉਹਨਾਂ ਨੇ ਵੀ ਇਹਨਾਂ ਦੀ ਸੰਭਾਲ ਕੀਤੀ। ਫਿਰ ਸਮਾਂ ਤਬਦੀਲ ਹੋਇਆ ਅਤੇ ਜਦੋਂ ਸਾਡੇ ਪੰਜਾਬ ਦੇ ਖਿੱਤੇ ਦੇ ਵਿੱਚ ਮਿਸਲਾਂ ਦਾ ਰਾਜ ਹੋਇਆ ਅਤੇ ਮਿਸਲੀ ਸਰਦਾਰਾਂ ਨੇ ਵੀ ਗੁਰੂ ਧਾਮਾਂ ਦੀ ਸੇਵਾ ਸੰਭਾਲ ਕੀਤੀ ਹੈ। ਬਿਲਕੁਲ, ਸੁਲਤਾਨ ਉਲ ਕੌਮ ਜੱਸਾ ਸਿੰਘ ਆਲੂਵਾਲੀਆ, ਮਹਾਰਾਜ ਜੱਸਾ ਸਿੰਘ ਰਾਮਗੜੀਆ, ਫਿਰ ਚੜ੍ਹਤ ਬਘੇਲ ਸਿੰਘ ਹੋਣਾ ਨੇ ਦਿੱਲੀ ਦੇ ਗੁਰਧਾਮ ਬਣਾਏ। ਬਿਲਕੁਲ, ਫਿਰ ਸਭ ਤੋਂ ਵੱਡਾ ਵੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਦੇਖੋ ਹਜ਼ੂਰ ਸਾਹਿਬ ਦੀ ਸੇਵਾ ਕਰਾਈ, ਡੇਰਾ ਬਾਬਾ ਨਾਨਕ ਦੀ ਸੇਵਾ ਕਰਾਈ, ਨਨਕਾਣਾ ਸਾਹਿਬ ਦੀ ਸੇਵਾ ਕਰਾਈ, ਫਿਰ ਸ਼੍ਰੀ ਹਰਿਮੰਦਰ ਸਾਹਿਬ ਦੀ ਵੀ ਸੇਵਾ ਕਰਾਈ, ਕਰਤਾਰਪੁਰ ਦੀ ਸੇਵਾ, ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਵੀ ਫਿਰ ਇਹ ਗੁਰਧਾਮਾਂ ਦੀਆਂ ਸੇਵਾਵਾਂ। ਉਸ ਤੋਂ ਬਾਅਦ ਫਿਰ ਸਮਾਂ ਬਦਲਦਾ ਜਦੋਂ ਇਹ 1900 ਦਾ ਜਦੋਂ ਸਮਾਂ ਆਇਆ, ਸਦੀ ਦਾ ਆਇਆ, ਅਤੇ ਪੁਰਾਤਨ ਸਿੱਖ ਜਾਂ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੋਵੇ ਉਹ ਜਾਣਦੇ ਨੇ ਕਿ 1920 ਦੇ ਵਿੱਚ ਇੱਕ ਗੁਰਦੁਆਰਾ ਸੁਧਾਰ ਲਹਿਰ ਚੱਲੀ, ਜਿਸ ਲਹਿਰ ਨੇ 4-5 ਸਾਲ ਬੜਾ ਸੰਘਰਸ਼ ਕੀਤਾ ਸਿੱਖਾਂ ਨੇ, ਉਹਦੇ ਵਿੱਚ ਕੁਰਬਾਨੀਆਂ ਵੀ ਦਿੱਤੀਆਂ, ਗ੍ਰਿਫਤਾਰੀਆਂ ਵੀ ਦਿੱਤੀਆਂ, ਅਤੇ ਉਸ ਲਹਿਰ ਨੂੰ ਜਦੋਂ ਅੰਤਿਮ ਰੂਪ ਮਿਲਿਆ ਤਾਂ ਫਿਰ ਜਿੰਨਾ ਕੁ ਦਾਸ ਨੂੰ ਪਤਾ ਵਾ ਕਿ 1925 ਜਾਂ 26 ਦੇ ਵਿੱਚ ਜਿਹੜੀ ਆ ਉਹ ਸਾਡੇ ਜਿਹੜੀ ਉਸ ਸਮੇਂ ਉੱਥੇ ਬ੍ਰਿਟਿਸ਼ ਹਕੂਮਤ ਸੀ, ਗੋਰਿਆਂ ਦੀ ਸਰਕਾਰ ਸੀ, ਉਹਨਾਂ ਨੇ ਫਿਰ ਸਿੱਖਾਂ ਦਾ ਇੱਕ ਵੱਖਰਾ ਸੰਵਿਧਾਨ ਬਣਾਇਆ, ਗੁਰਦੁਆਰਾ ਜੁਡੀਸ਼ੀਅਲ ਕਰਕੇ ਬਣਾਇਆ, ਗੁਰਦੁਆਰਾ ਕੋਰਟ ਬਣਾਈ, ਗੁਰਦੁਆਰਿਆਂ ਨੂੰ ਇੱਕ ਸੈਪਰੇਟ ਕਰਕੇ ਅਤੇ ਇੱਕ ਸਾਡੀ ਮੈਨੇਜਮੈਂਟ ਬਣਾਤੀ, ਇੱਕ ਸੰਸਥਾ ਬਣਾਤੀ, ਜਿਹੜੀ ਸੰਸਥਾ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 'ਤੇ ਅੱਜ ਵੀ ਜਿਹੜੀ ਆ ਉਹ ਸਾਡੇ ਵਿੱਚ ਜਿਹੜੀ ਆ ਵਿਚਰ ਰਹੀ ਆ। ਅਤੇ ਜਿਹੜੇ ਸਾਡੇ ਉਹ ਇਤਿਹਾਸਕ ਅਸਥਾਨ ਨੇ, ਭਾਵੇਂ ਕਿ ਪਹਿਲਾਂ ਸਾਰੇ ਅਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨ, ਪਰ ਅੱਜ ਵੀ ਰਲ ਮਿਲ ਕੇ ਜਿਹੜੀ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਇਤਾਦਕ ਜਿਹੜੇ ਸਾਡੇ ਕੌਮੀ ਅਸਥਾਨ ਨੇ, ਜਿਹੜੇ ਸਾਡੇ ਇਤਿਹਾਸਕ ਅਸਥਾਨ ਨੇ, ਜਿਵੇਂ ਕਿ ਭਾਈ ਗੁਰਦਾਸ ਜੀ ਦਾ ਫੁਰਮਾਨ ਹੈ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋਆ ਦੇ ਮਾਂ ਵਾਕਾਂ ਅਨੁਸਾਰ, ਇਹ ਸੇਵਾ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਸੇਵਾ ਦਾ ਸਿਲਸਿਲਾ ਚੱਲਦਿਆਂ ਚੱਲਦਿਆਂ ਜਦੋਂ ਇਹ SGPC ਕੋਲ ਪ੍ਰਬੰਧ ਆਇਆ ਤਾਂ ਮੈਂ ਕਹਿ ਸਕਦਾ ਵਾਂ ਕਿ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਅਤੇ ਦਾਸ ਜਿਸ ਸੰਸਥਾ ਦੇ ਵਿੱਚ ਰਹਿ ਕੇ ਸੇਵਾ ਕਰਦਾ, ਭੂਰੀ ਵਾਲੇ ਸਾਡੇ ਜਿਹੜੇ ਵੱਡੇ ਸੰਤ ਸਨ ਉਹਨਾਂ ਦਾ ਨਾਂ ਸੀ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ, ਇਹਨਾਂ ਦੋ ਮਹਾਂਪੁਰਖਾਂ ਨੇ ਜਿਹੜੀ ਆ ਸੰਨ 48 ਦੇ ਵਿੱਚ ਆ, ਅੱਗੇ ਵੀ ਦੱਸਣਾ ਪੈਂਦਾ ਸੰਗਤ ਨੂੰ, ਸੰਨ 48 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਇਹਨਾਂ ਦੋਵਾਂ ਸੰਤਾਂ ਨੂੰ ਸੇਵਾ ਦਿੱਤੀ ਸੀ ਅਤੇ ਦਰਬਾਰ ਸਾਹਿਬ ਤੋਂ ਮੁੜ ਕੇ ਜਿਹੜਾ ਵਾ ਇਹ ਗੁਰਧਾਮਾਂ ਦੀ ਸੇਵਾ ਜਾਂ ਕਾਰ ਸੇਵਾ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਬਹੁਤ ਇੱਕ ਵਿਸ਼ਾਲ ਰੂਪ ਧਾਰਨ ਕਰ ਗਈ। ਜਿਹੜੇ ਅੱਜ ਜਿੰਨੇ ਵੀ ਇਤਿਹਾਸਿਕ ਸਥਾਨ ਨੇ ਉਹ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਚਾਹੇ ਅਸੀਂ ਵੱਡੇ ਵੱਡੇ ਗੁਰਸਥਾਨ ਵੇਹਨੇ ਹਾਂ, ਚਾਹੇ ਉੱਥੇ ਵੱਡੀਆਂ ਵੱਡੀਆਂ ਕਾਰ ਪਾਰਕਾਂ ਵੇਹਨੇ ਹਾਂ, ਜਾਂ ਉੱਥੇ ਲੰਗਰ ਹਾਲਾਂ ਦੀਆਂ ਇਮਾਰਤਾਂ ਵੇਹਨੇ ਹਾਂ, ਜਾਂ ਵੱਡੇ ਵੱਡੇ ਦੀਵਾਨ ਹਾਲ ਵੇਹਨੇ ਹਾਂ, ਜਾਂ ਸਿਰਾਵਾਂ ਜੋ ਅਸੀਂ ਵੇਹਨੇ ਹਾਂ, ਇਹ ਸਾਰੇ ਹੀ
गुरु साहब की कृपा ते संगतां दे सहयोग दे नाल ਇਹ ਕਾਰ ਸੇਵਾ ਰਾਹੀਂ ਜਿਹੜੇ ਆਏ ਸਾਡੇ ਜਿਹੜੇ ਆ ਹੋਂਦ ਦੇ ਵਿੱਚ ਆਏ ਆ ਜਿਹੜੇ ਕਿ ਅੱਜ ਇੱਕ ਪੰਥ ਦੀ ਆਨ ਬਣੇ ਹੋਏ ਨੇ ਅਤੇ ਸਾਡੇ ਪੰਥ ਦੀ ਸ਼ਾਨ ਬਣੇ ਹੋਏ ਨੇ ਜੀ ਹਾਂਜੀ ਕਾਰ ਸੇਵਾ ਦਾ ਮੂਲ ਇਹ ਆ ਜੀ ਹਾਂਜੀ ਜੀ ਬਿਲਕੁਲ ਗੁਰੂ ਸਾਹਿਬ ਤੋਂ ਕਾਰ ਸੇਵਾ ਦੀ ਗੱਲ ਸ਼ੁਰੂ ਹੋਈ ਅਤੇ ਅੱਜ ਤੱਕ ਉਹ ਲਗਾਤਾਰ ਚੱਲ ਰਹੀ ਹੈ ਅਤੇ ਤੁਹਾਡੀ ਜਿਹੜੀ ਸੰਪਰਦਾ ਬਾਬਾ ਜੈਮਲ ਸਿੰਘ ਜੀ ਤੋਂ ਤੁਹਾਡੇ ਕਹਿਣ ਮੁਤਾਬਕ ਸ਼ੁਰੂ ਹੋਈ ਉਦੋਂ ਬਾਅਦ ਤੁਹਾਡੇ ਕੋਲ ਸੇਵਾ ਕਿੰਨਾ ਕਿੰਨਾ ਤੋਂ ਹੁੰਦੀ ਹੈ ਜੀ ਅਤੇ ਸਾਡੇ ਜੀ ਬਾਬਾ ਜੈਮਲ ਸਿੰਘ ਹੋਣਾ ਤੋਂ ਬਾਅਦ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲੇ ਹੋਏ ਬਾਬਾ ਨਾਮਦਾਨ ਸਿੰਘ ਜੀ ਭੂਰੀ ਵਾਲੇ ਹੋਏ ਅਤੇ ਦਾਸ ਨੂੰ ਵੀ ਇਹ ਜਿਹੜਾ 1999 ਤੋਂ ਸੰਸਥਾ ਦੀ ਅਤੇ ਪੰਥ ਦੀ ਸੇਵਾ ਕਰਨ ਦਾ ਸੰਗਤਾਂ ਦੀ ਸੇਵਾ ਕਰਨ ਦਾ ਜਿਹੜਾ ਵਾ ਉਹ ਸੁਭਾਗ ਪ੍ਰਾਪਤ ਹੋਇਆ 1999 ਤੋਂ ਇਸ ਸੰਸਥਾ ਦੀ ਜ਼ਿੰਮੇਵਾਰੀ ਬਾਬਾ ਜੈਮਲ ਸਿੰਘ ਹਰਿਮੰਦਰ ਸਾਹਿਬ ਤੋਂ ਸ਼ੁਰੂ ਕੀਤੀ ਸੀ ਦਰਬਾਰ ਸਾਹਿਬ ਤੋਂ ਸੇਵਾ ਅਤੇ ਹੁਣ ਤੱਕ ਭੂਰੀ ਵਾਲੀ ਜਿਹੜੀ ਭੂਰੀ ਵਾਲੇ ਮਹਾਂਪੁਰਸ਼ਾਂ ਦੀ ਸੰਪਰਦਾ ਇਹ ਇਹਨਾਂ ਨੇ ਕਿੰਨੇ ਕੁ ਗੁਰਦੁਆਰੇ ਦੀ ਹੁਣ ਤੱਕ ਸੇਵਾ ਕੀਤੀ ਹੈ ਮੋਟਾ ਮੋਟਾ ਬੇਸ਼ੱਕ ਵਿਅਰਥ ਹੋਣਗੀਆਂ ਪਰ ਮੋਟਾ ਮੋਟਾ ਜੇ ਮੈਂ ਅੱਜ ਦੇ ਹਿਸਾਬ ਨਾਲ ਦੱਸਾਂ ਤਾਂ ਉਦੋਂ ਦੇ ਹਿਸਾਬ ਨਾਲ ਦੱਸੀਏ ਤਾਂ 5 ਸਰੋਵਰਾਂ ਦੀਆਂ ਸੇਵਾਵਾਂ ਉਦੋਂ ਬਾਬਿਆਂ ਨੇ ਕੀਤੀਆਂ ਸਨ ਜੀ ਜਿਹੜੇ ਹਰਿਮੰਦਰ ਸਾਹਿਬ ਅੱਜ ਦੇ ਵਿੱਚ ਹਰਿਮੰਦਰ ਸਾਹਿਬ ਦੀ ਸੇਵਾ ਸੰਤੋਖ ਸਰ ਦੀ ਸੇਵਾ ਬਿਬੇਕ ਸਰ ਦੀ ਸੇਵਾ ਰਾਮ ਸਰ ਦੀ ਸੇਵਾ ਅਤੇ ਕੌਲ ਸਰ ਦੀ ਸੇਵਾ ਉਸ ਜ਼ਮਾਨੇ ਦੇ ਵਿੱਚ ਬਾਬਿਆਂ ਨੇ ਜੁੜ ਕੇ ਜਿੱਥੇ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਸਨ ਉਸ ਸਥਾਨ ਦੀ ਸੇਵਾ ਕੀਤੀ ਡੇਰਾ ਬਾਬਾ ਨਾਨਕ ਸਥਾਨ ਦੀ ਸੇਵਾ ਕੀਤੀ ਹੋਰ ਬੇਅੰਤ ਸਥਾਨਾਂ ਦੀਆਂ ਜੋ ਸੇਵਾਵਾਂ ਜਿਹੜੀਆਂ ਹੁੰਦੀਆਂ ਆਈਆਂ ਇਸੇ ਤਰ੍ਹਾਂ ਅੱਜ ਦੇ ਸਮੇਂ ਦੇ ਨਾਲ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਆ ਹਰਿਮੰਦਰ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਥਾਨ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਇਸੇ ਤਰ੍ਹਾਂ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਜਿਹੜਾ ਗੁਰਦੁਆਰਾ ਬਾਲ ਲੀਲਾ ਸਾਹਿਬ ਮੈਣੀ ਸੰਗਤ ਆ ਜਿਹਦਾ ਮੈਂ ਮਤਲਬ ਅੱਜ ਸੰਗਤਾਂ ਨਾਲ ਵਿਸ਼ੇਸ਼ ਅੱਜ ਵੀ ਇਹ ਬਚਨ ਕਰਾਂ ਕਿ ਅੱਜ ਤੋਂ ਕੋਈ 8 ਜਾਂ 10 ਸਾਲ ਪਹਿਲਾਂ ਦਾਸ ਨੂੰ ਵੀ 2-3 ਵਾਰਾਂ ਮੌਕਾ ਮਿਲਿਆ ਪਟਨਾ ਸਾਹਿਬ ਜਾਣ ਦਾ ਅਤੇ ਪਟਨਾ ਸਾਹਿਬ ਜਿਹੜੀ ਸੰਗਤਾਂ ਦੀ ਆਵਾਜਾਈ ਇੰਨੀ ਨਹੀਂ ਸੀ ਦੇਸ਼ ਜਾਂ ਵਿਦੇਸ਼ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਦਾ ਜਿਹੜਾ ਰੁਝਾਨ ਜੁੜਿਆ ਰਿਹਾ ਉਹ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਨਾਲ ਹੀ ਜੁੜਿਆ ਰਿਹਾ ਕਿਉਂਕਿ ਹਜ਼ੂਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਤੋਂ ਲੈ ਕੇ ਬਾਬਾ ਮੋਨੀ ਜੀ ਫਿਰ ਇੱਕ ਸੰਤ ਵਿੱਚ ਹੋਰ ਆਏ ਉਸ ਤੋਂ ਬਾਅਦ ਫਿਰ ਬਾਬਾ ਸੀਸਾ ਸਿੰਘ ਜੀ ਆਏ ਹੁਣ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਜੀ ਸੇਵਾਵਾਂ ਨਿਭਾ ਰਹੇ ਨੇ ਮੈਂ ਕਹਿ ਸਕਦਾ ਕਿ 40-45 ਸਾਲ ਤੋਂ ਉਹ ਅਸਥਾਨ ਜਿਹੜਾ ਸੀ ਗੁਰੂ ਸਾਹਿਬਾਨਾਂ ਦਾ ਉਹ ਡਿਵੈਲਪ ਹੋਇਆ ਅਤੇ ਸੰਗਤਾਂ ਦਾ ਇੱਕ ਦਰਸ਼ਨ ਕਰਨ ਦਾ ਜਿਹੜਾ ਉਹ ਇੱਕ ਮਹਾਨ ਰੁਝੇਵਾਂ ਬਣ ਗਿਆ ਰੁਝੇਵੇਂ ਦਾ ਕਾਰਨ ਹੁੰਦਾ ਕਿ ਜਦੋਂ ਸੰਗਤਾਂ ਕੋਈ ਵਿਦੇਸ਼ਾਂ ਤੋਂ ਜਾਂਦੀਆਂ ਨੇ ਜਾਂ ਇਨ ਕੰਟਰੀ ਆਪਣੇ ਦੇਸ਼ ਤੋਂ 1500-2000 ਕਿਲੋਮੀਟਰ ਤੋਂ ਜਾਂਦੀਆਂ ਨੇ ਅਤੇ ਸੰਗਤਾਂ ਨੂੰ ਉੱਥੇ ਰਿਹਾਇਸ਼ ਵੀ ਚਾਹੀਦੀ ਹੁੰਦੀ ਹੈ ਗੁਰੂ ਘਰ ਲੰਗਰ ਵੀ ਚਾਹੀਦਾ ਹੋਰ ਵੀ ਲੋੜੀਂਦੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਚਾਹੀਦੀਆਂ ਨੇ ਅਤੇ ਇਹ ਉੱਥੇ ਸੰਤਾਂ ਵੱਲੋਂ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਇਹ ਸਾਰੀਆਂ ਸੰਗਤਾਂ ਨੂੰ ਮੁਹੱਈਆ ਕਰਾਈਆਂ ਗਈਆਂ ਅਤੇ ਜਿਹਦਾ ਕਰਕੇ ਹਜ਼ੂਰ ਸਾਹਿਬ ਨੂੰ ਸੰਗਤਾਂ ਦੀ ਆਮਦ ਬਹੁਤ ਵੱਧ ਗਈ ਜੀ ਅੱਜ ਤੋਂ 8 ਸਾਲ ਪਹਿਲਾਂ ਦਾਸਾਂ ਨੇ 11 ਦੇ ਵਿੱਚ ਇਹ ਸੇਵਾ ਸੰਭਾਲੀ ਬਾਲ ਲੀਲਾ ਸਾਹਿਬ ਗੁਰਦੁਆਰੇ ਦੀ ਉਸ ਤੋਂ ਪਹਿਲਾਂ ਹੀ ਜਦੋਂ ਵੇਖਿਆ ਉੱਥੇ ਦਰਸ਼ਨ ਕਰਨ ਗਏ ਹਾਂ ਅਤੇ ਸ਼ਾਮੀ ਰਹਿ ਰਾਸ ਕਰਨ ਦੇ ਵੇਲੇ ਮੇਰੇ ਹਿਸਾਬ ਨਾਲ ਗਿਣਤੀ ਦੇ 10 ਯਾਤਰੂਆਂ ਤੋਂ ਵੱਧ ਉੱਥੇ ਯਾਤਰੂ ਨਹੀਂ ਹੁੰਦਾ ਬਾਕੀ ਚਲੋ ਠੀਕ ਆ ਜਾਂ ਉੱਧਰ ਹਾਲੇ ਰੁਝਾਨ ਨਹੀਂ ਸੀ ਮੈਂ ਨਹੀਂ ਇਹ ਕਹਿ ਸਕਦਾ ਕਿ ਉੱਥੇ ਪ੍ਰਬੰਧ ਕੋਈ ਨਹੀਂ ਸੀ ਜਿੰਨਾ ਕੋ ਜਿਹਦੀ ਸਮਰੱਥਾ ਗੁਰੂ ਮਹਾਰਾਜ ਜਿੰਨਾ ਕਰਵਾਉਂਦਾ ਉਸ ਪ੍ਰਬੰਧ ਕਰਦੇ ਹੀ ਨੇ ਪਰ ਮਹਾਰਾਜ ਨੇ ਇਹ ਸਾਨੂੰ ਸੁਭਾਗ ਬਖਸ਼ਿਆ ਸਿਰ 'ਤੇ ਹੱਥ ਰੱਖਿਆ ਤਖ਼ਤ ਸ਼੍ਰੀ ਪਟਨਾ ਸਾਹਿਬ ਤੋਂ ਕੇਵਲ 150-200 ਮੀਟਰ ਦੀ ਦੂਰੀ 'ਤੇ ਮਹਾਨ ਅਸਥਾਨ ਹੈ ਪਵਿੱਤਰ ਅਸਥਾਨ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤੀ ਅਸਥਾਨ ਹੈ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਬਿਲਕੁਲ ਜਿੱਥੇ ਕਿ ਅੱਜ ਜਿਹੜੀਆਂ ਵੀ ਸੰਗਤਾਂ ਦਰਸ਼ਨ ਕਰਕੇ ਆਈਆਂ ਨੇ ਜਾਂ ਜਿਹੜੀਆਂ ਨਹੀਂ ਗਈਆਂ ਉਹ ਜਾਣ ਜਾਂ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਨ ਕਰਕੇ ਆਈਆਂ ਨੇ ਉਹਨਾਂ ਆਪ ਹੀ ਜਾਣਦੀਆਂ ਨੇ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਉੱਥੇ 250 ਤੋਂ ਉੱਪਰ ਕਮਰਾ ਜਿਹੜਾ ਬਣ ਗਿਆ ਅਤੇ ਬੜੇ ਅਲੀਸ਼ਾਨ ਕਮਰੇ ਬਣੇ ਨੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨੇ ਸਟੇਸ਼ਨ ਤੋਂ ਬੱਸਾਂ ਜਿਹੜੀਆਂ ਨੇ ਯਾਤਰੂਆਂ ਨੂੰ ਲੈ ਕੇ ਜਾਂਦੀਆਂ ਨੇ ਛੱਡ ਕੇ ਜਾਂਦੀਆਂ ਨੇ ਆਉਣ ਜਾਣ ਵਾਲੇ ਯਾਤਰੂਆਂ ਨੂੰ ਬੜੇ ਵਧੀਆ ਸੋਹਣੇ ਸਿਸਟਮ ਤਰੀਕੇ ਦੇ ਨਾਲ ਪ੍ਰਸ਼ਾਦੇ ਜਿਹੜੇ ਨੇ ਸੰਗਤਾਂ ਨੂੰ ਪੈਕ ਕਰਕੇ ਦਿੱਤੇ ਜਾਂਦੇ ਨੇ ਰਿਹਾਇਸ਼ ਅਲੀਸ਼ਾਨ ਆ 24 ਘੰਟੇ ਗੁਰੂ ਘਰ ਲੰਗਰ ਚੱਲਦਾ ਹੈ ਸਾਨੂੰ ਪਤਾ ਲੱਗ ਜੇ ਕਿ ਕੋਈ ਬਾਈ ਏਅਰ ਆ ਰਿਹਾ ਅਤੇ ਗੱਡੀਆਂ ਅਸੀਂ ਉਹਦੇ ਵਾਸਤੇ ਏਅਰਪੋਰਟ 'ਤੇ ਵੀ ਭੇਜ ਦਿੰਦੇ ਹਾਂ ਇਸ ਦੇ ਨਾਲ ਹੀ ਪਿਛਲੇ 2-3 ਮਹੀਨਿਆਂ ਤੋਂ ਹਾਂ ਇੱਕ ਬੜੀ ਲਗਜ਼ਰੀ ਬੱਸ ਜਿਹੜੀ ਆ
ਵੋਲਵੋ ਬੱਸ ਜਿਹੜੀ ਆ ਉਹ ਇਹ ਯੂਪੀ ਤੋਂ ਸ਼ੁਰੂ ਕੀਤੀ। ਅੱਛਾ, ਯੂਪੀ ਤੋਂ ਪਟਨਾ। ਅੱਛਾ, ਜਿਹੜੀ ਇੱਕ ਯੂਪੀ ਦੇ ਕਿਹੜੇ ਸ਼ਹਿਰ ਤੋਂ? ਯੂਪੀ ਦੇ ਵੱਖ ਵੱਖ ਖੇਤਰਾਂ 'ਚੋਂ ਜਿਹੜੇ ਪਿੰਡਾਂ ਦੇ ਲੋਕ ਪੁਰਾਣੇ ਜਾ ਕੇ ਬੈਠੇ ਨੇ ਜਾਂ ਬਜ਼ੁਰਗ ਹੋ ਚੁੱਕੇ ਨੇ, ਜਿਹੜੇ ਉੱਥੇ ਜਾਣ ਦੀ ਸਮਰੱਥਾ ਨਹੀਂ ਰੱਖਦੇ, ਜਿਹੜੇ ਅੱਜ ਤੱਕ ਗਏ ਨਹੀਂ, ਉਹਨਾਂ ਵਾਸਤੇ ਅਸੀਂ ਉਹ ਬੱਸ ਚਾਲੂ ਕੀਤੀ ਆ। ਉਹ 45 ਸੀਟਰ ਬੱਸ ਆ, ਬੱਸ ਜਿਹੜੀ ਆ ਉਹ ਬਹੁਤ ਲਗਜ਼ਰੀ ਆ, ਉਹਦੇ ਵਿੱਚ ਹੀ ਆਪਣਾ ਬਣੀ ਆ, ਪੈਂਟਰੀ ਬਣੀ ਆ, ਚਾਹ ਕੌਫੀ ਖਾਣ ਨੂੰ ਜਲ ਪਾਣੀ ਉਹਦੇ ਵਿੱਚ ਹੀ ਸੰਗਤਾਂ ਨੂੰ ਦਿੱਤਾ ਜਾਂਦਾ, ਔਰ ਉਹਦੀ ਆਉਣ ਅਤੇ ਜਾਣ ਦੀ ਫਰੀ ਯਾਤਰਾ। ਠੀਕ ਆ, ਉਹਦਾ ਕੋਈ ਚਾਰਜ ਨਹੀਂ ਲਿਆ ਜਾਂਦਾ। ਅੱਜ 4 ਮਹੀਨੇ ਹੋ ਗਏ ਬੱਸ ਸਟਾਰਟ ਹੋਈ ਨੂੰ, ਅਤੇ 2 ਮਹੀਨੇ ਦੀ ਉਹਦੀ ਬੁਕਿੰਗ ਅੱਗੇ ਰਹਿੰਦੀ ਆ। ਭਾਵ ਕਿ ਸੰਗਤਾਂ ਦਾ ਇੰਨਾ ਰੁਝਾਨ ਜਿਹੜਾ ਵਾ ਪਟਨਾ ਸਾਹਿਬ ਵਾਲੇ ਪਾਸੇ ਹੋ ਗਿਆ। 350 ਸਾਲ ਜਦੋਂ ਮਨਾਇਆ ਗਿਆ, ਉਦੋਂ ਬਾਅਦ ਰੁਝਾਨ ਕਾਫੀ ਵਧਿਆ। ਜਿਹੜਾ 350 ਸਾਲਾ ਉਹ ਵੀ ਬੜਾ ਵਿਸ਼ਵ ਪ੍ਰਸਿੱਧ ਹੋਇਆ। ਹਾਂਜੀ, ਕਿਉਂਕਿ ਉੱਥੇ ਦੀ ਜਿਹੜੀ ਪ੍ਰੈਜ਼ੈਂਟ ਸਰਕਾਰ ਸੀ, ਨਿਤੀਸ਼ ਕੁਮਾਰ ਦੀ ਗੌਰਮੈਂਟ, ਉਹਨੇ ਬਹੁਤ ਵੱਡਾ ਪ੍ਰਬੰਧ ਕੀਤਾ ਜੀ ਯਾਤਰੂਆਂ ਵਾਸਤੇ। ਜਿੰਨੀਆਂ ਵੀ ਸੰਪਰਦਾਵਾਂ ਸਨ ਸਿੱਖ ਸਮੁਦਾਇ ਦੀਆਂ, ਉਹਨਾਂ ਨੇ ਵੀ ਜਾ ਕੇ ਬੜੇ ਬੜੇ ਵੱਡੇ ਪ੍ਰਬੰਧ ਕੀਤੇ ਉੱਥੇ ਜਾ ਕੇ। ਦਾਸਾਂ ਨੂੰ ਤਾਂ ਕਲਗੀਧਰ ਪਾਤਸ਼ਾਹ ਨੇ ਆਪਣੇ ਚਰਨਾਂ 'ਚ ਹੀ ਉੱਥੇ ਜਗ੍ਹਾ ਦਿੱਤੀ ਹੋਈ ਹੈ, ਜਿਹਨਾਂ ਕੋਲ ਉਹਨਾਂ ਨੇ ਸਾਡੇ ਕੋਲੋਂ ਵੀ ਕਰਵਾਇਆ, ਦਾਸਾਂ ਨੇ ਵੀ ਕੀਤਾ, ਅਤੇ ਉਹਦਾ ਪ੍ਰਚਾਰ ਪ੍ਰਸਾਰ ਬਹੁਤ ਦੂਰ ਤੱਕ ਗਿਆ, ਜਿਹਦਾ ਕਰਕੇ ਸੰਗਤਾਂ ਦੀ ਆਮਦ ਜਿਹੜੀ ਆ, ਸੰਗਤਾਂ ਦੀ ਆਵਾਜਾਈ ਜਿਹੜੀ ਆ, ਦਰਸ਼ਨ ਕਰਨ ਦੀ ਜਿਹੜੀ ਰੁਚੀ ਆ, ਉਹ ਬਹੁਤ ਵਧੀ ਹੋਈ ਹੈ, ਅਤੇ ਬਹੁਤ ਸੰਗਤਾਂ ਦਾ ਉੱਥੇ ਮਤਲਬ ਭਾਰੀ ਉੱਥੇ ਜੋੜ ਜਾਮਾ ਜਿਹੜਾ ਵਾ ਲੱਗਾ। ਤੁਸੀਂ ਹੁਣ UK 'ਚ ਆਏ ਹੋ, ਐਡੀਆਂ ਵੱਡੀਆਂ ਵੱਡੀਆਂ ਸੇਵਾਵਾਂ ਕਰਾ ਰਹੇ ਹੋ, ਪਟਨਾ ਸਾਹਿਬ ਸੇਵਾ ਕਰਾ ਰਹੇ ਹੋ, ਕੇਸਗੜ੍ਹ ਸਾਹਿਬ ਸਰਾਂ ਦੀ ਸੇਵਾ ਕਰਾ ਰਹੇ ਹੋ, ਬਾਬਾ ਦੀਪ ਸਿੰਘ ਗੁਰਦੁਆਰੇ ਦੀ ਸੇਵਾ ਕਰਾ ਰਹੇ ਹੋ, ਦਮਦਮਾ ਸਾਹਿਬ ਦੀ ਸੇਵਾ ਕਰਾ ਰਹੇ ਹੋ, ਔਰ ਜਿਹੜੀਆਂ ਵਿਦੇਸ਼ਾਂ ਦੀਆਂ ਸੰਗਤਾਂ ਉਹ ਆਪਣਾ ਦਸ਼ਵੰਦ ਇਹਨਾਂ ਸੇਵਾਵਾਂ 'ਚ ਸਫਲ ਕਰਨਾ ਚਾਹੁੰਦੀਆਂ, ਕੀ ਤਰੀਕਾ ਅਪਣਾਉਣ ਤਾਂ ਕਿ ਇਹਨਾਂ ਸੇਵਾਵਾਂ ਦੇ ਵਿੱਚ ਉਹਨਾਂ ਦਾ ਦਸ਼ਵੰਦ ਲੱਗ ਸਕੇ? ਵੇਖੋ ਜੀ, ਪਹਿਲਾ ਵਜਨ ਤਾਂ ਮੈਂ ਕਹਿ ਦਿਆਂ ਕਿ ਜਿਸ ਕਾ ਕਾਰਜ ਤਿਨਹੇ ਕੀਆ ਮਾਣਸ ਕਿਆ ਵਿਚਾਰਾ ਰਾਮ। ਹਾਂਜੀ, ਅਤੇ ਇਹ ਗੁਰੂ ਮਹਾਰਾਜ ਦੇ ਕਾਰਜ ਨੇ ਜੀ। ਗੁਰੂ ਮਹਾਰਾਜ ਨੇ ਸੰਗਤਾਂ ਦੇ ਮਨ ਦੇ ਵਿੱਚ ਵੱਸ ਕੇ ਜਿਨ੍ਹਾਂ ਜਿਨ੍ਹਾਂ ਕੋਲੋਂ ਇਹ ਯੋਗਦਾਨ ਪਾਉਣਾ ਹੋਇਆ, ਜਿਨ੍ਹਾਂ ਜਿਨ੍ਹਾਂ ਦੀ ਇਹ ਮਾਇਆ ਸਫਲ ਕਰਵਾਉਣੀ ਹੋਈ, ਸਤਿਗੁਰਾਂ ਨੇ ਆਪੇ ਕੋਈ ਨਾ ਕੋਈ ਵਿਧ ਬਣਾ ਦੇਣੀ ਆ, ਕੋਈ ਨਾ ਕੋਈ ਬਹਾਨਾ ਬਣਾ ਦੇਣਾ, ਅਤੇ ਉਹਨਾਂ ਦੀ ਮਾਇਆ ਜਿਹੜੀ ਹੈ ਚਾਹੇ ਉਹ ਉੱਥੇ ਪਹੁੰਚ ਜਾਵੇ, ਚਾਹੇ ਅਸੀਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ UK ਆਏ ਹਾਂ, ਅਤੇ ਚਾਹੇ ਉਹ ਸਾਨੂੰ ਇੱਥੇ ਸੰਗਤਾਂ ਹਾਜ਼ਰ ਕਰ ਦੇਣ, ਇੱਥੇ ਗੁਰੂ ਮਹਾਰਾਜ ਨੇ ਹਿੱਸਾ ਹੀ ਪਾਉਣਾ ਉਹਨਾਂ ਦਾ। ਦੂਸਰਾ, ਮੈਂ ਇੱਕ ਸੰਗਤਾਂ ਦੀ ਜਾਣਕਾਰੀ ਵਾਸਤੇ ਇਹ ਦੱਸ ਦਿਆਂ ਵੀ ਜਿਸ ਤਰ੍ਹਾਂ ਅੱਜ ਕੱਲ੍ਹ ਇਹ ਗੱਲ ਬੜੀ ਸਾਹਮਣੇ ਆਉਂਦੀ ਆ ਕਿ ਮਤਲਬ ਪਤਾ ਨਹੀਂ ਵੀ ਕਾਰ ਸੇਵਾ ਤੋਂ ਹੀ ਕਈਆਂ ਨੂੰ ਮਤਲਬ ਇੱਕ ਗੁੱਸਾ ਜਿਹਾ ਜਾਂ ਗੱਲ ਕੀਤੀ ਵੀ ਕਾਰ ਸੇਵਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਹੈ, ਅਤੇ ਉਹ ਅਸੀਂ ਬਿਲਕੁਲ ਸੰਗਤਾਂ ਦੀ ਹਰ ਗੱਲ ਦੇ ਨਾਲ ਸਹਿਮਤ ਹਾਂ। ਕਾਰ ਸੇਵਾ ਦਾ ਮਤਲਬ ਇਹ ਨਹੀਂ ਹੈਗਾ ਵੀ ਚੀਜ਼ਾਂ ਨੂੰ ਢਾਈ ਜਾਣਾ ਅਤੇ ਬਣਾਈ ਜਾਣਾ। ਆਪ ਜੀ ਸੰਗਤਾਂ ਦੀ ਕਿਰਪਾ ਵਾ, ਗੁਰੂ ਮਹਾਰਾਜ ਨੇ ਵੀ ਇੰਨਾ ਕੁ ਬੁੱਧੀ ਬਖਸ਼ੀ ਹੋਈ ਹੈ ਸਾਨੂੰ, ਮਤਲਬ ਤੁਸਾਂ ਇਹ ਵਿਚਾਰ ਦਿੱਤੀ ਹੋਈ ਹੈ ਕਿ ਜੇ ਤੁਹਾਡੇ ਕੋਲੋਂ ਤਿਲ ਫੁੱਲ ਇਕੱਠਾ ਕਰਨਾ ਹੈ ਜਾਂ ਤੁਸਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਸੇਵਾ ਦੇਣੀ ਹੈ, ਅਤੇ ਅੱਗੇ ਜਾ ਕੇ ਉਹ ਚੀਜ਼ ਬਣਾਈ ਜਾਵੇ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਲੋੜ ਆ। ਹਾਂਜੀ ਹਾਂਜੀ, ਅਤੇ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਗੁਰਦੁਆਰੇ ਨਹੀਂ ਅਸੀਂ ਬਣਾਉਂਦੇ, ਗੁਰਦੁਆਰੇ ਜੋ ਇਤਿਹਾਸਿਕ ਸਥਾਨ ਨੇ ਸਾਰੇ ਬਣੇ ਹੋਏ ਨੇ, ਇਹ ਵੇਖਣਾ ਕਿ ਯਾਤਰੂਆਂ ਨੂੰ ਲੋੜ ਕੀ ਹੈ ਜੀ। ਅਤੇ ਅੱਜ ਜੇ ਤੁਸੀਂ ਜਾ ਕੇ ਵੇਖੋ ਗੁਰਦੁਆਰਿਆਂ ਦੇ ਵਿੱਚ, ਤਾਂ ਸੰਗਤਾਂ ਦਾ ਇੰਨਾ ਰੁਝਾਨ ਵੱਧ ਚੁੱਕਾ ਵਾ, ਜਿੰਨੇ ਵੀ ਸਾਡੇ ਮਹਾਨ ਤੀਰਥ ਨੇ ਉੱਥੇ, ਜ਼ਰੂਰੀ ਨਹੀਂ ਕਿ ਸਿੱਖ ਸਮੁਦਾਇ ਦੇ ਸ਼ਰਧਾਲੂ ਆਉਂਦੇ ਨੇ, ਹੁਣ ਜਿਹੜੇ ਬਾਕੀ ਧਰਮ ਨੇ, ਜਿਹੜੇ ਅਦਰ ਰਿਲੀਜੀਅਸ ਦੇ ਜਿਹੜੇ ਲੋਕ ਨੇ, ਉਹ ਵੀ ਉਹਨਾਂ ਦੀ ਵੀ ਗਿਣਤੀ ਜਿਹੜੀ ਸਾਡੇ ਨਾਲੋਂ ਵੀ ਜ਼ਿਆਦਾ ਵੱਧ ਚੁੱਕੀ। ਜੇ ਹਰਿਮੰਦਰ ਸਾਹਿਬ ਜਾਈਏ ਨਾ, ਘੱਟੋ ਘੱਟ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾਈਏ, ਅਤੇ ਮੇਰਾ ਖਿਆਲ ਵੀ 90% ਜਿਹੜੇ ਆ ਉਹ ਲੋਕ ਹੁੰਦੇ ਜਿਹੜੇ ਸਿੱਖਣੀ। ਮੈਂ ਸਰਦਾਰ ਗੁਰਦੇਵ ਸਿੰਘ ਲਈ ਵੀ ਜਾਣਾ, ਪਰ ਮੈਨੂੰ ਖਿਆਲ ਆ ਗਿਆ ਹਰਿਮੰਦਰ ਸਾਹਿਬ ਦੇ ਨਾਲ ਤੋਂ, ਹਰਿਮੰਦਰ ਸਾਹਿਬ ਦੇ ਸੋਨੇ ਦੇ ਤਖਤਿਆਂ ਦੀ ਜਿਹੜੀ ਸੇਵਾ ਦਰਸ਼ਨ ਜੋੜੀ ਦਿਓ ਵੀ ਤੁਹਾਡੀ ਸੰਪਰਦਾ ਵੱਲੋਂ ਕੀਤੀ ਜਾਂਦੀ ਨਾ? ਜਿਹੜੀ ਜੀ ਸੋਨੇ ਦੀ ਸੇਵਾ ਵਾ, ਇਹ ਜਿਹੜਾ ਘੰਟਾ ਘਰ ਦੇ ਉੱਪਰ ਡਿਉੜੀ ਦੇ ਗੁੰਮਜ਼ ਹੈ ਨਾ, ਹਾਂਜੀ ਹਾਂਜੀ ਆ, ਉਹਨਾਂ ਨੂੰ ਮਤਲਬ ਉਹਦੀ ਬਿਊਟੀਫਿਕੇਸ਼ਨ ਵਾਸਤੇ, ਜੇ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਾਂ ਕਿ ਪਿਛਲੇ
ਦੋ ਸਾਲਾਂ ਦੇ ਵਿੱਚ ਇੱਕ ਘੰਟਾ ਘਰ ਤੋਂ ਬਾਹਰ ਨੂੰ ਜਿੱਧਰ ਕੋਤਵਾਲੀ ਅਤੇ ਭਰਾਵਾਂ ਦਾ ਢਾਬਾ ਹੈ ਉੱਥੋਂ ਤੱਕ ਇੱਕ ਬੜਾ ਸੁੰਦਰ ਪਲਾਜ਼ਾ ਬਣਿਆ ਹੋਇਆ ਬਿਲਕੁਲ ਬਣਿਆ ਜਿਹਨਾਂ ਜਿਹਨਾਂ ਸੰਗਤਾਂ ਨੇ ਦਰਸ਼ਨ ਕੀਤੇ। ਹੁਣ ਉਹ ਪਲਾਜ਼ੇ ਦੇ ਵਿੱਚੋਂ ਜਦੋਂ ਅਸੀਂ ਆਉਂਦੇ ਹਾਂ ਅਤੇ ਜਿੱਥੇ ਆ ਕੇ ਅਸੀਂ ਘੰਟਾ ਘਰ ਕੋ ਆਉਂਦੇ ਹਾਂ ਨਾ ਅਤੇ ਇਹ ਪੁਰਾਣਾ ਬਣਿਆ ਹੋਣ ਕਰਕੇ ਜਿੰਨੀ ਲੁੱਕ ਉਹਦੀ ਬਣ ਗਈ, ਬਿਊਟੀ ਉਹਦੀ ਬਣ ਗਈ, ਉਹਨਾਂ ਗਾੜੀ ਸਾਨੂੰ ਇਹਦਾ ਇਹਦੀ ਸੁੰਦਰਤਾ ਬਾਹਰ ਨਜ਼ਰ ਨਹੀਂ ਸੀ। ਅਤੇ ਬੜੀ ਲੰਮੀ ਚੌੜੀ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਜਿਹਨਾਂ ਇੰਜੀਨੀਅਰਾਂ ਨੇ, ਜਿਹਨਾਂ ਆਰਚੀਟੈਕਟ ਜਿਹਨਾਂ ਨੇ ਪਿਛਲੇ ਡਿਜ਼ਾਇਨ ਕੀਤੇ ਉਹਨਾਂ ਨਾਲ ਬਹਿ ਕੇ ਸਾਡੀਆਂ ਵੀ ਮੀਟਿੰਗਾਂ ਹੋਈਆਂ ਵੀ ਇਹ ਜਿਹੜਾ ਵਾ ਇਹਦੀ ਸੁੰਦਰਤਾ ਵਾਸਤੇ ਕਿਸ ਤਰ੍ਹਾਂ ਇਹਨੂੰ ਹੋਰ ਵਧਾਇਆ ਜਾ ਸਕਦਾ। ਅਤੇ ਉਹਨਾਂ ਨੇ ਇਹ ਰਾਏ ਦਿੱਤੀ ਕਿ ਇਹਦਾ ਜਿਹੜਾ ਫਰੰਟ ਹੈ ਉਹਨੂੰ ਜੇ ਅਸੀਂ ਗੋਲਡ ਦਾ ਕਰਾਂਗੇ ਤਾਂ ਇਹਦੀ ਸੁੰਦਰਤਾ ਹੋਰ ਵੱਧ ਜਾਏਗੀ। ਹਾਂਜੀ, ਅਤੇ ਉਹ ਸਤਿਗੁਰਾਂ ਦੇ ਵਾਸਤੇ ਕਹੀਏ ਵੀ ਸੋਨਾ ਕਿਉਂ ਲਾਈ ਜਾਂਦੇ ਹਾਂ ਇਹ ਕੋਈ ਗੱਲ ਨਹੀਂ ਹੈਗੀ, ਉਹ ਤਾਂ ਸਾਡਾ ਗੁਰੂ ਦਾ ਘਰ ਆ, ਉਹਨੂੰ ਜਿੰਨਾ ਵੀ ਹੋਰ ਸੁੰਦਰ ਕੀਤਾ ਜਾ ਸਕਦਾ। ਦਰਸ਼ਨੀ ਡਿਊਟੀ ਦੇ ਜਿਹੜੇ ਦਰਵਾਜ਼ੇ ਆ ਉਹਨਾਂ ਦੀ ਸੇਵਾ ਵੀ, ਇਹ ਜਿਹੜੇ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਨੇ ਮੈਂ ਅੱਗੇ ਵੀ ਬਚਨ ਕਰ ਚੁੱਕਾ ਹਾਂ ਕਿ ਉਹ ਇੱਕ ਤਾਂ ਇਹ ਆ ਵੀ ਉਹ ਕੋਈ ਕਿਤੇ ਗਏ ਨਹੀਂ ਗਏ ਹੋਏ, ਬਿਲਕੁਲ, ਕਿਉਂਕਿ ਉਹ ਸਾਡੀ ਕਸਟਡੀ ਦੇ ਵਿੱਚ ਨੇ, ਸਾਡੇ ਧਿਆਨ ਦੇ ਵਿੱਚ ਨੇ। ਅਸੀਂ ਜਿਹੜੇ ਦਰਵਾਜ਼ੇ ਆ ਉਹ ਨਵੇਂ ਜਿਹੜੇ ਆ ਉਹ 2 ਮਹੀਨਿਆਂ ਤੱਕ ਲਾ ਰਹੇ ਹਾਂ, ਠੀਕ ਹੈ, ਅਤੇ ਜਿਹੜੇ ਪੁਰਾਣੇ ਦਰਵਾਜ਼ੇ ਆ ਉਹ ਸਾਡੇ ਕੋਲ ਸੇਵਾ ਸੰਭਾਲ 'ਚ ਪਏ ਨੇ। ਜਿੱਦਣ ਅਸੀਂ ਇਹ ਲਾਵਾਂਗੇ ਉੱਦਣ ਜਨਤਕ ਤੌਰ 'ਤੇ ਇਹ ਪੂਰੇ ਮੀਡੀਆ ਦੇ ਵਿੱਚ ਸੰਗਤਾਂ ਦੇ ਸਾਹਮਣੇ ਕਰਾਂਗੇ ਵੀ ਜਿਹੜੀਆਂ ਵੱਖ ਵੱਖ ਤਰ੍ਹਾਂ ਦੀਆਂ ਵਿਚਾਰਾਂ ਆ ਰਹੀਆਂ ਨਾ ਜੀ ਵੀ ਉਹ ਸੋਮਨਾਥ ਦੇ ਮੰਦਰ 'ਚ ਚਲੇ ਗਏ ਆ ਜੀ, ਉੱਧਰ ਲੈ ਗਏ, ਉੱਧਰ ਲੈ ਗਏ ਆ, ਹਾਂ ਉਹ ਸੰਗਤਾਂ ਨੂੰ ਅਸੀਂ ਦਿਖਾਵਾਂਗੇ ਵੀ ਆਹ ਉਹ ਪੁਰਾਣੇ ਦਰਵਾਜ਼ੇ ਜੇ, ਅਤੇ ਅੱਜ ਇਹ ਅਸੀਂ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬਾਨਾਂ ਦੇ ਹਵਾਲੇ ਕਰ ਰਹੇ ਹਾਂ, ਸੰਗਤਾਂ ਦੇ ਹਵਾਲੇ ਕਰ ਰਹੇ ਹਾਂ ਜੀ, ਉਹ ਵੀ ਦਰਵਾਜ਼ੇ ਜਿਹੜੇ ਉੱਥੇ ਸੋਸ਼ਲ ਮੀਡੀਆ ਦਾ ਪ੍ਰਚਾਰ, ਕਿਉਂਕਿ ਅੱਗੇ ਵੀ ਆਪਾਂ ਸੰਗਤ ਟੀਵੀ 'ਤੇ ਕਈ ਵਾਰੀ ਇਹ ਗੱਲਾਂ ਕੀਤੀਆਂ ਕਿ ਸੋਸ਼ਲ ਮੀਡੀਆ ਦਾ ਪ੍ਰਚਾਰ ਤਕਰੀਬਨ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਆ। 99% ਵਿੱਚ ਬਹੁਤ ਝੂਠ ਤੂਫਾਨ ਬੋਲਿਆ ਜਾਂਦਾ, ਸੋ ਜੇ ਕੋਈ ਮਨ 'ਚ ਸ਼ੰਕਾ ਆਵੇ ਤਾਂ ਜਿਹੜੇ ਮਹਾਂਪੁਰਸ਼ ਦੇ ਪ੍ਰਥਾਏ ਹੋਵੇ ਜਾਂ ਜਿਹੜੇ ਸ਼ਖਸ ਦੇ ਪ੍ਰਥਾਏ ਹੋਵੇ ਉਹਦੇ ਨਾਲ ਜਾਂ ਉਹਦੀ ਸੰਪਰਦਾ ਨਾਲ ਜ਼ਰੂਰ ਗੱਲਬਾਤ ਕਰ ਲਈ ਜਾਵੇ। ਔਰ ਮੈਂ ਆਪਣੇ ਤੌਰ 'ਤੇ ਜਾਣਦਾ ਸੀ ਕਿ ਬਾਬਾ ਭੂਰੀ ਵਾਲੇ ਜੀ ਉਹ ਸੇਵਾ ਕਰਵਾ ਰਹੇ ਨੇ ਅਤੇ ਇਹਨਾਂ ਦੀ ਇੱਕ ਸਟੱਡੀ ਦੇ ਵਿੱਚ ਨੇ, ਉੱਥੇ ਸੇਵਾ ਹੁੰਦੀ ਵੀ ਹੈ, ਸਾਹਮਣੇ ਹੋ ਰਿਹਾ ਸਾਰਾ ਕੁਛ। ਸੋ ਆਪ ਵੀ ਬਾਬਾ ਜੀ ਨੇ ਬਿਲਕੁਲ ਗੱਲ ਕਲੀਅਰ ਕਰਤੀ। ਬਾਬੀ ਕਿੰਨਾ ਟਾਈਮ ਲੱਗਣਾ, 2 ਮਹੀਨੇ ਤੁਸੀਂ ਕਿਹਾ? ਗੁਰੂ ਮਹਾਰਾਜ ਦੀ ਕਿਰਪਾ ਨਾਲ ਜ਼ਿਆਦਾ ਤੋਂ ਜ਼ਿਆਦਾ 2 ਮਹੀਨਿਆਂ ਤੱਕ ਦਰਵਾਜ਼ੇ ਜਿਹੜੇ ਆ ਉਹ ਕਿਹੇ ਕਾਰਨ ਕਰਕੇ ਜਿਹੜਾ ਮੈਂ ਅੱਜ ਦੱਸ ਨਹੀਂ ਸਕਦਾ ਸਾਹਮਣੇ, ਉਹ ਰੁਕੇ ਹੋਏ ਸਨ। 2-3 ਸਾਲ ਕੰਮ ਰੁਕਿਆ ਗਿਆ ਸੀ, ਹੁਣ ਉਹਨਾਂ ਦਰਵਾਜ਼ਿਆਂ ਦਾ ਜਿਹੜਾ ਮਹੀਨਿਆਂ ਤੱਕ ਬਣ, ਜਦੋਂ 2 ਮਹੀਨਿਆਂ ਤੱਕ ਤੁਸੀਂ ਉਹ ਦਰਵਾਜ਼ੇ ਦਰਸ਼ਨ ਡੋੜੀ ਲਾਓਗੇ ਉਦੋਂ ਸੰਗਤ ਟੈਲੀਵਿਜ਼ਨ ਨੂੰ ਜ਼ਰੂਰ ਹੁਕਮ ਕਰਿਆ ਜੇ, ਅਸੀਂ ਉੱਥੇ ਪਹੁੰਚਾਂਗੇ, ਸੰਗਤਾਂ ਨੂੰ ਦਿਖਾਵਾਂਗੇ, ਜਿਹੜੇ ਪੁਰਾਣੇ ਦਰਵਾਜ਼ੇ ਉਹ ਵੀ ਦਿਖਾਵਾਂਗੇ, ਤਾਂ ਕਿ ਸਾਰੇ ਸ਼ੰਕੇ ਦੂਰ ਹੋ ਜਾਣਗੇ। ਸਹੀ, ਤੁਸੀਂ ਬਾਬਾ ਜੀ ਬਾਰੇ ਕੋਈ ਖਾਸ ਗੱਲ, ਕਿਉਂਕਿ ਲੰਮਾ ਸਮਾਂ ਤੋਂ ਨਾਲ ਰਹੇ ਹੋ, ਕੋਈ ਗੱਲ ਜੇ ਬਾਬਾ ਜੀ ਬਾਰੇ ਜਾਂ ਸੇਵਾਵਾਂ ਬਾਰੇ ਜਾਂ ਸੰਗਤਾਂ ਕਿੱਦਾਂ ਸੇਵਾ ਕਰਨ ਉਹਦੇ ਬਾਰੇ ਕਰਨੀ ਚਾਹੋ ਜ਼ਰੂਰ ਕਰੋ ਜੀ। ਬਹੁਤ ਬਰੀਫ ਰਾਣਾ ਜੀ, ਮੇਰਾ ਤਾਂ ਖਿਆਲ ਸੀ ਵੀ ਸੁਣਿਆ ਜਾਂਦਾ ਕਿ ਬਾਬਾ ਜੀ ਬਹੁਤ ਵਧੀਆ ਰਸ ਆ ਰਿਹਾ ਸੀ, ਸੋ ਇਹ ਹੱਥੀਂ ਕਰਦੇ ਨੇ। ਬਾਬਾ ਜੀ ਬਾਰੇ ਵਿਸ਼ੇਸ਼ ਮੈਂ ਇਹ ਗੱਲ ਕਰਾਂਗਾ ਸੇਵਾਵਾਂ ਬਾਰੇ, ਕਿਉਂਕਿ ਰਾਣਾ ਜੀ ਅੱਜ ਤੋਂ 15 ਸਾਲ ਪਹਿਲਾਂ ਕਿਸੇ ਕੋਲ ਗੱਡੀਆਂ ਨਹੀਂ ਹੁੰਦੀਆਂ ਸੀ ਪਿੰਡਾਂ ਵਿੱਚ, ਅਤੇ ਅੱਜ ਸਾਰੇ ਜਿਹੜੇ ਆਪਾਂ ਗੱਡੀਆਂ ਵਿੱਚ ਜਾਂਦੇ ਹਾਂ ਅਤੇ ਸ਼ਹਿਰਾਂ ਵਿੱਚ ਤਾਂ ਆਪਣੇ ਗੁਰਸਥਾਨ ਨੇ, ਖਾਸ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਜਾਂ ਬਾਬਾ ਦੀਪ ਸਿੰਘ ਸ਼ਹੀਦਾਂ ਜਿਹੜੇ ਗਏ ਆ ਉੱਥੇ ਕੋਈ ਜਗ੍ਹਾ ਹੀ ਨਹੀਂ। ਅਤੇ ਅੱਜ ਜੇ ਆਪਾਂ ਲੋੜ ਸਮੇਂ ਦੀ ਕੀ ਆ, ਗੱਡੀ ਦੀ ਕਾਰ ਪਾਰਕ ਭਾਲਦੇ ਸਭ ਤੋਂ ਪਹਿਲਾਂ, ਇੱਥੇ ਵੀ ਇਸੇ ਤਰ੍ਹਾਂ ਵੀ ਉਹ ਸ਼ੋਪ ਉਹ ਸਟੋਰ ਵੱਡੇ ਜ਼ਿਆਦਾ ਚੱਲਦੇ ਜਿੱਥੇ ਜਾਇਆ ਜਾਂਦਾ, ਜਿੱਥੇ ਕੋਈ ਕਾਰ ਪਾਰਕ ਸਹੂਲਤ ਹੋਵੇ। ਹੁਣ ਗੁਰੂ ਘਰਾਂ ਵਿੱਚ ਵੀ ਸਮੇਂ ਨਾਲ ਚੱਲਣਾ ਪੈਣਾ ਸੀ, ਕੁਝ ਬਾਬਾ ਜੀ ਦੀਆਂ ਸੇਵਾਵਾਂ ਚੱਲ ਰਹੀਆਂ ਉਹ ਖਾਸ ਕਰਕੇ ਕਾਰ ਪਾਰਕ ਦੀ, ਜਿਵੇਂ ਹੁਣ ਇੱਥੇ ਬਾਬਾ ਸ਼ਹੀਦਾਂ ਗੁਰਦੁਆਰੇ ਬਹੁਤ ਵੱਡੀ ਗੁਰਦੁਆਰੇ, ਜਿੱਦਾਂ ਬਾਬਾ ਜੀ ਨੇ ਕਿਹਾ ਕਈਆਂ ਦੇ ਮਨ 'ਚ ਸ਼ੰਕਾ ਵੀ ਸ਼ਾਇਦ ਮਹਾਂਪੁਰਸ਼ ਗੁਰਦੁਆਰੇ ਹੋਰ ਬਣਾਈ ਜਾਂਦੇ, ਗੁਰਦੁਆਰੇ ਨਹੀਂ ਸਰਾਵਾਂ। ਦੂਸਰੀ ਗੱਲ, ਮੈਂ ਪਟਨਾ ਸਾਹਿਬ ਦੀ ਬਾਹਲੀ ਪੁਰਾਣੀ ਨਹੀਂ, ਕੋਈ 10 ਸਾਲ, ਸਰਦਾਰ ਦਇਆ ਸਿੰਘ ਜੋ ਪ੍ਰਧਾਨ ਨੇ ਇਸ ਵੇਲੇ ਵਿਸ਼ਨੂੰ ਗੁਰਦੁਆਰੇ ਦੇ, ਅਸੀਂ 10 ਜਣੇ ਗਏ ਹਾਂ। ਬਾਬਾ ਜੀ ਨੇ ਕਿਹਾ ਵੀ ਪ੍ਰਬੰਧ ਸ਼ਾਇਦ ਹੈ ਸੀ, ਮੈਂ ਨਹੀਂ ਕਹਿੰਦੇ, ਪਰ ਅਸੀਂ ਕਹਿਣ ਤੋਂ ਝਿਜਕਦੇ ਨਹੀਂ, ਅਸੀਂ ਇੱਕ ਰਾਤ ਹੀ ਕੱਟਣੀ ਔਖੀ ਸੀ। ਮੈਂ 1983 'ਚ ਗਿਆ ਸੀ, ਹਾਂਜੀ, ਅਤੇ ਉਦੋਂ ਤਾਂ ਜਾਣੀ ਕਿ ਹਾਲਾਤ ਹੀ ਬੜੇ ਜਾਣੀ ਕਿ ਮਾੜੇ ਨਹੀਂ ਕਹਿੰਦੇ, ਜੇ ਤਖਤ ਵਾਲੀ ਗੱਲ, ਪਰ ਰਹਿਸ਼ ਦੇ ਪੱਖੋਂ ਪ੍ਰਬੰਧ ਦੇ ਪੱਖੋਂ ਸਾਰੇ ਬਣੇ ਬੜਾ ਔਖਾ ਸੀ, ਨਾ ਲੰਗਰ ਦਾ ਤੇ ਨਾ ਰਹਿਣ ਦਾ ਜੋ ਹੁਣ ਹੁਣ ਬੱਚੇ, ਜਦੋਂ ਮੈਂ ਬਾਬਾ ਜੀ ਨੂੰ ਘਰੇ ਵਚਨ ਕਰਦਾ ਸੀ ਬੱਚੇ ਇੰਡੀਆ ਜਾਣ ਨਾ ਜਾਣ, ਉਹਨਾਂ ਦਾ ਕਹੀਏ ਪਟਨਾ ਸਾਹਿਬ ਚੱਲਾਂਗੇ ਤੇ ਬੱਚੇ ਤਿਆਰ ਹੋ ਜਾਂਦੇ ਆ। ਮੇਰੇ ਬੱਚੇ ਐਰਕੀ ਗਏ ਸੀ ਪਿਛਲੀ ਵਾਰੀ, 4 ਦਿਨ ਅਸੀਂ ਰਹੇ ਜੀ, ਬੱਚੇ ਹਲੇ ਵੀ ਉਹਨੂੰ ਤਿਆਰ ਸੀ, ਕਿਉਂਕਿ ਇੰਨਾ ਵਧੀਆ ਲੰਗਰ ਦਾ ਪ੍ਰਬੰਧ, ਰਹਿਣ ਦਾ ਬੜੀਆਂ ਸਹੂਲਤਾਂ। ਮੈਂ ਇਹ ਕਹਿ ਸਕਦਾ ਵੀ ਇੱਥੇ ਨਾਲੋਂ ਬੈਟਰ, ਕਿਉਂਕਿ ਇਹ ਜੇ ਸੰਗਤਾਂ ਨੇ ਦਿੱਤਾ ਤੇ ਬਾਬਾ ਜੀ ਹੁਣਾਂ ਨੇ ਲਾਇਆ, ਸੰਗਤਾਂ ਦੀ ਸਹੂਲਤ, ਇਹ ਆਪਾਂ ਚਾਹੁੰਦੇ ਸਾਰੇ ਹੀ ਆ ਵੀ ਜਦੋਂ ਕਿਤੇ ਜਾਈਏ ਤੇ ਉੱਥੇ 2 ਚੀਜ਼ਾਂ ਤੇ ਜ਼ਰੂਰ ਹੋਣ, ਰਹਿਣ ਨੂੰ ਹੋਵੇ ਤੇ ਲੰਗਰ ਦਾ ਪ੍ਰਬੰਧ। ਜੀ ਬਾਬਾ ਜੀ, ਹਾਂਜੀ, ਮਾਫੀ, ਮੈਂ ਭਾਈ ਗੁਰਦੇਵ ਸਿੰਘ ਹੁਣਾਂ ਦਾ ਬਚਨ ਵਿੱਚੋਂ ਲੈ ਲਿਆ। ਜਦੋਂ ਦਾਸ 2014 ਦੇ ਵਿੱਚ ਆਇਆ ਸੀ ਨਾ ਜੀ,
ਤੇ ਉਦੋਂ ਕੁਛ ਪਰਿਵਾਰਾਂ ਦੀ ਇਹ ਗੱਲ ਮੇਰੇ ਕੰਨ 'ਚ ਪਈ ਸੀ ਕਿ ਬਾਬਾ ਜੀ ਇੰਡੀਆ ਦੇ ਵਿੱਚ ਜੇ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਨਾ ਵੀ ਚਲੋ ਉੱਥੇ ਤੁਹਾਨੂੰ ਦਰਸ਼ਨ ਕਰਵਾ ਕੇ ਲਿਆਈਏ ਅਤੇ ਸਾਡੇ ਬੱਚੇ ਜਿਹੜੇ ਆ ਇੰਡੀਆ ਤੋਂ ਮੂੰਹ ਮੋੜਦੇ ਆ ਅਤੇ ਕੋਈ ਇਸ ਤਰ੍ਹਾਂ ਦਾ ਵੀ ਉਪਰਾਲਾ ਕਰੋ ਵੀ ਜਿਹੜੇ ਗੁਰਧਾਮਾਂ ਦੇ ਨਾਲ ਸਾਡੇ ਬੱਚੇ ਜੁੜਨ ਦਾਸ ਦੇ ਮਨ ਦੇ ਵਿੱਚ ਉਹ ਗੱਲ ਨੇ ਘਰ ਕੀਤਾ ਜੀ ਜਦੋਂ ਪਟਨਾ ਸਾਹਿਬ ਅਸੀਂ ਹੁੰਦੇ ਹਾਂ ਜਿਹੜੇ NRI ਬਾਹਰੋਂ ਜਾਂਦੇ ਆ ਨਾ ਮੈਂ ਕਈਆਂ ਨੂੰ ਵੇਖਿਆ ਕਿ ਉਹ ਆਪਣੇ ਬੱਚਿਆਂ ਦੇ ਨਾਲ ਲਾਈਵ ਹੋ ਕੇ ਗੱਲ ਕਰਦੇ ਆ ਫੇਸ ਟਾਈਮ 'ਤੇ ਗੱਲ ਕਰਦੇ ਜਦੋਂ ਉਹਨਾਂ ਨੂੰ ਉਹ ਸਾਰਾ ਦਿਖਾਉਂਦੇ ਆ ਨਾ ਅਤੇ ਉਹਨਾਂ ਦੀ ਆਵਾਜ਼ ਸੁਣਨ ਆਉਂਦੀ ਆ ਉਹ ਕਹਿਣਗੇ ਡੈਡ ਮੰਮ ਪਟਨਾ ਕਿਹੜੇ ਤੁਸੀਂ ਕਿਹੜੇ ਹੋਟਲ ਦੇ ਵਿੱਚ ਠਹਿਰੇ ਹੋਏ ਹੋ ਹਨ ਨੈਕਸਟ ਟਾਈਮ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ ਜਿਹਦੇ ਤੋਂ ਮਹਿਸੂਸ ਇਹ ਹੋਇਆ ਕਿ ਬੱਚੇ ਜਿਹੜੇ ਨੇ ਉਹਨਾਂ ਦਾ ਉੱਧਰ ਨੂੰ ਰੁਝਾਨ ਵਧਿਆ ਸਾਨੂੰ ਵੀ ਸੰਗਤਾਂ ਦਾ ਇਹ ਰਿਸਪੋਂਸ ਮਿਲਿਆ ਜਿਹੜੇ ਕੁਛ ਗੁਰਦੁਆਰਿਆਂ ਦੇ ਵਿੱਚ ਬੜੇ ਚੰਗੇ ਢੰਗ ਦੀਆਂ ਲੇਟੈਸਟ ਢੰਗ ਦੀਆਂ ਜਿਹੜੇ ਟੋਇਲਟ ਬਣਾਏ ਗਏ ਵਾਸ਼ਰੂਮ ਬਣਾਏ ਗਏ ਜਾਂ ਸਰਾਵਾਂ ਬਣਾਈਆਂ ਗਈਆਂ ਅਤੇ ਦਾਸ ਸੰਗਤਾਂ ਨਾਲ ਇਹ ਬਚਨ ਸਾਂਝਾ ਕਰੇਗਾ ਕਿ ਇਸ ਚੀਜ਼ ਦੀ ਬਹੁਤ ਵੱਡੀ ਲੋੜ ਆ ਕਿ ਸਾਡੇ ਜਿਹੜੀਆਂ ਸੰਗਤਾਂ ਅਸੀਂ ਇੰਡੀਆ ਜਾਂ ਪੰਜਾਬ ਤੋਂ ਵਿਦੇਸ਼ਾਂ 'ਚ ਆ ਕੇ ਠਹਿਰ ਰਹੀਆਂ ਅੱਜ ਸਾਡੇ ਬੱਚਿਆਂ ਦਾ ਰੁਝਾਨ ਜਿਹੜਾ ਵਾ ਮੁੱਢ ਨਾਲੋਂ ਘੱਟ ਰਿਹਾ ਜਾਂ ਟੁੱਟ ਰਿਹਾ ਔਰ ਗੁਰੂ ਸਾਹਿਬ ਦੀ ਕਿਰਪਾ ਤੁਹਾਡਾ ਸੰਗਤਾਂ ਦਾ ਸਹਿਯੋਗ ਚਾਹੀਦਾ ਸਾਨੂੰ 8-10 ਵਰੇ ਦਿਓ ਅਸੀਂ ਕਈ ਜਿਹੜੇ ਗੁਰੂ ਸਾਹਿਬ ਦੀ ਮਿਹਰ ਨਾਲ ਮੈਂ ਫਿਰ ਕਹਾਂ ਕਿ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਹੈ ਬੀੜ ਬਾਬਾ ਬੁੱਢਾ ਸਾਹਿਬ ਹੈ ਇਹ ਸਥਾਨ ਐਡੇ ਸੋਹਣੇ ਅਤੇ ਸੁੰਦਰ ਬਣ ਜਾਣਗੇ ਕਿ ਤੁਹਾਡੇ ਬੱਚੇ ਜਿਹੜੇ ਨੇ ਉੱਥੇ ਇਹਨਾਂ ਦਾ ਮਨ ਕਰਿਆ ਕਰੇਗਾ ਵੀ ਅਸੀਂ ਇੰਡੀਆ ਜਾਣਾ ਅਤੇ ਅਸੀਂ ਗੁਰੂ ਧਾਮਾਂ ਦੇ ਵਿੱਚ ਰਹਿਣਾ ਸਾਨੂੰ ਕੋਈ ਹਾਲੇ ਤਾਂ ਸਾਨੂੰ ਸਮਾਂ 3-4 ਸਾਲ ਦਾ ਮਿਲਿਆ ਗੁਰੂ ਮਹਾਰਾਜ ਦੀ ਕਿਰਪਾ 10 ਸਾਲ ਦਾ ਸਾਨੂੰ ਸਮਾਂ ਦਿਓ ਔਰ ਬੱਚੇ ਜਿਹੜੇ ਆ ਤੁਹਾਡੇ ਉਹਨਾਂ ਤੀਰਥਾਂ 'ਤੇ ਜਾਣਗੇ ਹਾਂਜੀ ਹਾਂ ਉਹਨਾਂ ਦੇ ਰਹਿਣ ਦੇ ਅੱਜ ਮੈਨੂੰ ਵੀ ਪਤਾ ਵਾ ਕਿ ਅੰਮ੍ਰਿਤਸਰ ਦੇ ਵਿੱਚ ਰਹਿਣ ਰਿਹਾਇਸ਼ ਦਾ ਬਹੁਤ ਮੁਸ਼ਕਲ ਹੈ ਸੰਗਤਾਂ ਨੂੰ ਪਰ ਮੈਂ ਸੰਗਤਾਂ ਨਾਲ ਇੱਕ ਬਚਨ ਇਹ ਸਾਂਝਾ ਕਰਨਾ ਚਾਹੁੰਦਾ ਕਿ ਅਸੀਂ ਜੋ ਵੀ ਤੁਹਾਡੇ ਸੰਗਤਾਂ ਵੱਲੋਂ ਪੈਸਾ ਦਿੱਤਾ ਜਾਂਦਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਪਰਸਨਲ ਨਾਂ ਦੀਆਂ ਕੋਈ ਉੱਥੇ ਸਰਾਵਾਂ ਬਣ ਜੀ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਪੈਸਾ ਵਾ ਉਹਦੇ ਨਾਲ ਪੰਥਕ ਜਾਇਦਾਦਾਂ ਬਣ ਇਤਿਹਾਸਕ ਸਥਾਨ ਸਾਡੇ ਪੰਥਕ ਸਥਾਨ ਨੇ ਸਾਡੇ ਕੌਮੀ ਸਥਾਨ ਨੇ ਉਹਨਾਂ 'ਚ ਬਣੀਆਂ ਹੋਈਆਂ ਇਮਾਰਤਾਂ ਜਿਹੜੀਆਂ 100 ਸਾਲ ਬਾਅਦ ਵੀ ਤੁਹਾਡੀਆਂ ਰਹਿਣਗੀਆਂ ਕਿਸੇ ਜਥੇਬੰਦੀ ਦੀਆਂ ਨਹੀਂ ਬਣਨਗੀਆਂ ਅਤੇ ਥੋੜ੍ਹੇ ਸਮੇਂ ਦੇ ਵਿੱਚ ਹੀ ਅਸੀਂ ਇੱਕ NRI ਵਾਸਤੇ ਜਿਹੜੀ ਆ ਇੱਕ ਹਰਿਮੰਦਰ ਸਾਹਿਬ ਦੇ ਲਾਗੇ ਛਾਗੇ 50-100 ਕਮਰੇ ਦੀ ਸਰਾਂ ਬਣਾਵਾਂਗੇ ਜਿਹੜੀ ਕਿ UK ਦੇ ਸੰਗਤ ਆ ਉੱਥੇ ਜਾ ਕੇ ਰਹਿਣ ਜਿਹੜੀਆਂ ਜਿਹਦੇ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ ਤੁਹਾਡੀ ਜਿਹੜੀ ਨੈਕਸਟ ਜਨਰੇਸ਼ਨ ਹੈ ਅਗਲੀ ਜਨਰੇਸ਼ਨ ਜਿਨ੍ਹਾਂ ਦਾ ਬੋਨ ਜਿਹੜਾ ਵਾ ਉਹ ਇੱਥੋਂ ਦਾ ਵਾ UK ਦਾ ਤਾਂ ਕਿ ਉਹ ਵੀ ਉਹਨਾਂ ਇਮਾਰਤਾਂ ਦੇ ਵਿੱਚ ਸਾਫ਼ ਸੁਥਰੀਆਂ ਇਮਾਰਤਾਂ ਦੇ ਵਿੱਚ ਰਹਿਣ ਅਤੇ ਜਿਹੜੇ ਸਾਨੂੰ ਅੱਗੋਂ ਰਿਸਪੋਂਸ ਦੇਣ ਕਿ ਠੀਕ ਹੈ ਜੀ ਅਸੀਂ ਇੰਡੀਆ 'ਚ ਤੁਹਾਡੇ ਕੋਲ ਗਏ ਹਾਂ ਗੁਰਦੁਆਰੇ ਗਏ ਹਾਂ ਤੁਹਾਂ ਸਾਡੇ ਕੋਲ ਪੈਸੇ ਖੜੇ ਸੀ ਇਹ ਤਾਂ ਹੈ ਨਹੀਂ ਗਾ ਵੀ ਮੈਂ 2-4 ਵਾਰਾਂ ਤੁਹਾਡੇ ਕੋਲ ਪੈਸੇ ਖੜ ਕੇ ਅਤੇ ਮੁੜ ਕੇ ਇੰਗਲੈਂਡ ਮੂੰਹ ਨਹੀਂ ਵਿਖਾਉਣਾ ਕਲਗੀਧਰ ਪਾਤਸ਼ਾਹ ਦੀ ਕਿਰਪਾ ਆਹ ਜਿੰਨਾ ਚਿਰ ਜੀਵਨ ਹੈ ਤੁਹਾਡੇ ਦਰਸ਼ਨ ਕਰਨੇ ਆ ਅਤੇ ਤੁਹਾਡੇ ਕੋਲੋਂ ਸੇਵਾ ਖੜ ਕੇ ਉਹਨਾਂ ਸਥਾਨਾਂ 'ਤੇ ਲਾਉਣੀ ਆ ਤਾਂ ਕਿ ਸਾਡੇ ਬੱਚਿਆਂ ਦਾ ਜਿਹੜਾ ਰੁਝਾਨ ਹੈ ਉਹਨਾਂ ਸਥਾਨਾਂ ਦੇ ਨਾਲ ਵੀ ਜੁੜੇ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਦੇ ਚਰਨ ਪਏ ਨੇ ਮੈਂ ਇੱਕ ਹੋਰ ਬਚਨ ਸਾਂਝਾ ਕਰਾਂ ਕਈ ਗੁਰਮੁਖ ਗੁਰਸਿੱਖ ਕਹਿਣਗੇ ਜੀ ਗੁਰਦੁਆਰਾ ਸਾਡੇ ਵੀ ਇੱਥੇ ਹੈਗਾ ਅਤੇ ਇੱਕੋ ਹੀ ਗੱਲ ਆ ਉਹ ਹੋ ਗਿਆ ਤਾਂ ਕਿ ਇਹ ਹੋ ਗਿਆ ਤਾਂ ਕਿ ਉਹਨਾਂ ਦੀ ਜਾਣਕਾਰੀ ਵਾਸਤੇ ਮੈਂ ਦੱਸਾਂ ਕਿ ਜਿਹੜੇ ਸਾਡੇ ਇਤਿਹਾਸਕ ਸਥਾਨ ਨੇ ਜਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੈ ਉੱਤਮ ਤੀਰਥ ਨੇ ਉਹਨਾਂ ਦੀ ਪ੍ਰਥਾ ਇਹ ਸਤਿਗੁਰਾਂ ਨੇ ਕਿਹਾ ਕਿ ਡਿੱਠੇ ਸਭੇ ਥਾਂ ਨਹੀਂ ਤੁਰਜੇ ਅੱਜ ਅਸੀਂ ਕੋਈ ਕਿਸੇ ਸ਼ਹਿਰ ਦੇ ਵਿੱਚ ਸਿੰਘ ਸਭਾ ਦਾ ਗੁਰਦੁਆਰਾ ਬਣਾ ਲਈਏ ਜਾਂ ਅਸੀਂ ਕਿਸੇ ਵਿਦੇਸ਼ਾਂ ਦੇ ਵਿੱਚ ਭਾਵੇਂ ਉਹਦੇ ਤੋਂ $1,000,000,000 ਜ਼ਿਆਦਾ ਲਾ ਕੇ ਪਾਉਂਡ ਜ਼ਿਆਦਾ ਲਾ ਕੇ ਬਣਾ ਲਈਏ ਪਰ ਉੱਥੇ ਅਸੀਂ ਇਹ ਪੰਕਤੀ ਨਹੀਂ ਰਾਣਾ ਜੀ ਲਿਖ ਸਕਦੇ ਕਿ ਡਿੱਠੇ ਸਭੇ ਥਾਂ ਨਹੀਂ ਤੁਰ ਜਿਹਾ ਨਹੀਂ ਉੱਥੇ ਕੇਵਲ ਅਤੇ ਕੇਵਲ ਇਹ ਪੰਕਤੀ ਲਿਖ ਸਕਦੇ ਹਾਂ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਂ ਸਹਾਵਾ ਰਾਮ ਰਾਜੇ ਉਹਦੇ ਨਾਲ ਅਸੀਂ ਇਹ ਨਹੀਂ ਲਿਖ ਸਕਦੇ ਕਿ ਸੱਚਖੰਡ ਫਲਾਣਾ ਅਤੇ ਸੱਚਖੰਡ ਫਲਾਣਾ ਸੱਚਖੰਡ ਸ਼ਬਦ ਮਹਾਰਾਜ ਸਾਹਿਬ ਸਾਡੇ ਦੋਵਾਂ ਤੀਰਥਾਂ ਦੇ ਨਾਲ ਹੀ ਜਾਣਿਆ ਜਾਂਦਾ ਇੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਇੱਕ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਆ ਇਸ ਕਰਕੇ ਭਾਈ ਇਹ ਵੀ ਥੋੜ੍ਹਾ ਜਿਹਾ ਵਿਚਾਰ ਕਰਨੀ ਚਾਹੀਦੀ ਆ ਕਿ ਡਿੱਠੇ ਸਭੇ ਥਾਂ ਨਹੀਂ ਤੁਰਜੇ ਆ ਜਿਹੜੇ ਸਾਡੇ ਇਤਿਹਾਸਕ ਸਥਾਨ ਨੇ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਇਤਿਹਾਸਕ ਸਥਾਨ ਆ ਜਾਂਦੇ ਆ ਚਮਕੌਰ ਸਾਹਿਬ ਹੈ ਫਤਿਹਗੜ੍ਹ ਸਾਹਿਬ ਹੈ ਮਾਛੀਵਾੜਾ ਸਾਹਿਬ ਹੈ ਅਨੰਦਪੁਰ ਸਾਹਿਬ ਹੈ ਪੰਜਾਬ ਦੇ ਇਤਿਹਾਸਕ ਸਥਾਨ ਨੇ ਜਾਂ ਪਾਕਿਸਤਾਨ ਦੇ ਇਤਿਹਾਸਕ ਸਥਾਨ ਨੇ ਇਹ ਸਾਡੇ ਕੌਮੀ ਸਥਾਨ ਨੇ ਹਾਂਜੀ
ਇੱਕ ਜਿਹੜਾ ਸਿੰਘ ਸਭਾ ਦਾ ਗੁਰਦੁਆਰਾ ਵਾ ਉਹ ਮੁਹੱਲੇ ਤੱਕ ਸੀਮਤ ਹੁੰਦਾ ਜੀ। ਵੈਸੇ ਉੱਦਾਂ ਜਦੋਂ ਆਪਾਂ ਗੱਲ ਕਰੀਏ ਤਾਂ ਤਿੰਨ ਤਰ੍ਹਾਂ ਨਾਲ ਗੁਰੂ ਘਰਾਂ ਨੂੰ ਆਪਾਂ ਵੰਡ ਪਾ ਲੈਂਦੇ ਹੁੰਦੇ ਹਾਂ। ਉਹਨਾਂ ਦੀ ਇੱਕ ਉਹ ਸਥਾਨ ਗੁਰੂ ਘਰ ਜਿਹੜੇ ਗੁਰੂ ਸਾਹਿਬਾਨ ਨੇ ਆਪ ਬਣਾਏ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦਾ ਘਰ ਬਣਾਇਆ ਸੀਗਾ, ਆਪ ਬਣਾਇਆ ਕਰਤਾਰਪੁਰ ਦੇ ਵਿੱਚ। ਉੱਦਾਂ ਹੀ ਗੁਰੂ ਅਰਜਨ ਦੇਵ ਜੀ ਨੇ ਉਦਾਹਰਨ ਵਜੋਂ ਕਹਿੰਦਾ ਜਿਹੜਾ ਜਲੰਧਰ ਵਾਲਾ ਕਰਤਾਰਪੁਰ, ਉੱਥੇ ਦੋ ਗੁਰਦੁਆਰੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਬਣਾਇਆ, ਗੁਰਦੁਆਰਾ ਥੰਮ ਸਾਹਿਬ ਅਤੇ ਗੁਰਦੁਆਰਾ ਗੰਗਸਰਾ। ਸੋ ਜਿਹੜਾ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ ਉਹਦੀ ਸੇਵਾ ਵੀ ਗੁਰੂ ਅਰਜਨ ਦੇਵ ਜੀ ਨੇ ਆਪਦੇ ਹੱਥੀਂ ਕਰਾਈ, ਅਤੇ ਗੁਰੂ ਅਰਜਨ ਦੇਵ ਸ਼ਹੀਦੀ ਸਥਾਨ ਡੇਰਾ ਸਾਹਿਬ ਦੀ ਸੇਵਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਕਰਾਈ। ਇਹ ਜਿਹੜੇ ਸਥਾਨ ਜਿਹੜੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਬਣਾਏ, ਅੰਮ੍ਰਿਤਸਰ, ਤਰਨ ਤਾਰਨ, ਇਹਨਾਂ ਸਾਰੇ ਛੈਲਟਾ, ਇਹ ਸਾਰੇ ਸਥਾਨ ਗੁਰੂ ਸਾਹਿਬ ਨੇ ਆਪਣੇ ਹੱਥੀਂ ਬਣਾਏ। ਅਤੇ ਕੁਛ ਉਹ ਸਥਾਨ ਜਿਹੜੇ ਬਾਅਦ 'ਚ ਜਿੱਥੇ ਸਤਿਗੁਰੂ ਦੇ ਚਰਨ ਪਏ ਹੋਏ ਜਾਂ ਜਿੱਥੇ ਕੁਛ ਸਿੰਘ ਸ਼ਹੀਦ ਹੋਏ, ਉਹ ਸਥਾਨ ਬਾਅਦ 'ਚ ਗੁਰੂ ਕੇ ਸਿੱਖਾਂ ਨੇ ਬਣਾਏ ਜਿੱਥੇ ਗੁਰੂ ਸਾਹਿਬ ਦੇ ਆਪਣੇ ਚਰਨ ਪਏ ਹੋਏ। ਉਹ ਦੂਜੀ ਤਰ੍ਹਾਂ ਦੇ ਹੋਏ। ਤੀਜੇ ਜਿਹੜੇ ਅਸੀਂ ਆਪਣੀਆਂ ਲੋੜਾਂ ਨੂੰ ਮਹਿਸੂਸ ਕਰਦੇ ਹਾਂ ਆਪਣੇ ਮਹੱਲੇ ਸ਼ਹਿਰਾਂ 'ਚ, ਸਿੰਘ ਸਭਾ ਆਪਾਂ ਕਹਿ ਦਿੰਦੇ ਹਾਂ। ਸੋ ਤਿੰਨ ਤਰ੍ਹਾਂ ਦੀ ਗੱਲ ਹੈ, ਜਿਹੜੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਸਥਾਨ ਬਣਾਏ ਉਹਨਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਮਹੱਤਵ, ਸਾਡੇ ਤੀਰਥ ਸਥਾਨ ਨੇ ਜਿਹੜੇ ਗੁਰੂ ਸਾਹਿਬ ਨੇ ਆਪਣੇ ਸਥਾਨ ਨੇ, ਕੌਮੀ ਸਥਾਨ ਨੇ, ਤੀਰਥ ਸਥਾਨ ਨੇ, ਇਹ ਉਹ ਤੀਰਥ ਸਥਾਨ ਹੋ ਗਏ। ਅਤੇ ਜਿਹੜੇ ਸਥਾਨ ਜਿੱਥੇ ਕੋਈ ਸ਼ਹੀਦ ਹੋਏ ਸੀ ਬਾਅਦ 'ਚ ਗੁਰਸਿੱਖਾਂ ਨੇ ਬਣਾਏ, ਗੁਰੂ ਸਾਹਿਬ ਨੇ ਚਰਨ ਪਾਏ, ਉਹ ਬਣਾਏ, ਉਹ ਸਾਡੇ ਇਤਿਹਾਸਿਕ ਅਤੇ ਕੌਮੀ ਸਥਾਨ ਹੋ ਗਿਆ। ਸੋ ਆਪਾਂ ਇਹਨਾਂ ਸਾਰਿਆਂ ਦਾ ਖਿਆਲ ਰੱਖਿਆ ਕਰੀਏ। ਔਰ ਬਾਬਾ ਜੀ ਦੀ ਜਿਹੜੀ ਸੇਵਾ ਜਿੰਨਾ ਕੁ ਮੈਂ ਜਾਣਦਾ, ਉਹ ਜਾਂ ਤਾਂ ਗੁਰੂ ਸਾਹਿਬ ਵੱਲੋਂ ਬਣਾਏ ਹੋਏ ਤੀਰਥ ਸਥਾਨਾਂ ਦੇ ਉੱਤੇ ਆ ਜਾਂ ਇਤਿਹਾਸਿਕ ਅਤੇ ਕੌਮੀ ਸਥਾਨਾਂ ਦੇ ਉੱਤੇ ਆ। ਔਰ ਬਾਬਾ ਜੀ ਤੁਸੀਂ ਮਤਲਬ ਜਿਹੜੇ ਗੁਰੂ ਸਾਹਿਬ ਦੇ ਸਥਾਨ ਉੱਥੇ ਸੇਵਾਵਾਂ ਕੀਤੀਆਂ ਜਾਂਦੀਆਂ ਸਾਰੀਆਂ, ਜਾਂ ਪਹਿਲਾਂ ਅਤੇ ਜਾਂ ਅਜੋਕੇ ਸਮੇਂ ਦੇ ਵਿੱਚ ਵੀ ਜਿਹੜੇ ਸੇਵਾਵਾਂ ਦੇ ਕਾਰਜ ਹੋ ਰਹੇ ਨੇ ਉਹ ਕੇਵਲ ਅਤੇ ਕੇਵਲ ਜਿਹੜੇ ਆ ਇਤਿਹਾਸਿਕ ਸਥਾਨਾਂ ਦੀਆਂ ਜੋ ਸੇਵਾਵਾਂ ਉੱਥੇ ਹੀ ਆ, ਉੱਥੇ ਹੀ ਹੋ ਰਿਹਾ। ਉਸ ਤਰ੍ਹਾਂ ਸਾਨੂੰ ਜਿਹੜਾ ਵਾ ਸੰਗਤਾਂ ਦੇ ਵਿੱਚ ਵਿਚਰਦਿਆਂ ਕੋਈ ਪਿੰਡ ਵਾਲੇ ਕਹਿ ਦੇਣ ਜੀ ਸਾਡਾ ਕੋਈ ਗੁਰਦੁਆਰਾ ਸਾਹਿਬ ਦੀ ਛੱਤ ਖਰਾਬ ਹੋ ਗਈ ਆ ਜਾਂ ਕਮਰਾ ਬਣਨ ਵਾਲਾ, ਅਤੇ ਅਸੀਂ ਉਹਨਾਂ ਨੂੰ ਮਟੀਰੀਅਲ ਦੇ ਦਿੰਦੇ ਹਾਂ ਜੀ, ਅਤੇ ਉਹ ਸੰਗਤਾਂ ਜਿਹੜੀਆਂ ਆਪੇ ਉਹਨੂੰ ਜਿਹੜਾ ਉਹ ਉਸ ਤੋਂ ਬਾਅਦ ਕੋਈ ਨਗਰ ਦੇ ਸਾਨੂੰ ਆ ਜਾਣੀ ਸੀ ਸਾਡੇ ਆ ਸਕੂਲ ਦੀ ਛੱਤ ਬਦਲਣ ਵਾਲੀ ਆ, ਸਕੂਲ ਦਾ ਜਿਹੜਾ ਵਾ ਕੰਮ ਹੋਣ ਵਾਲਾ ਉਹ ਵੀ ਅਸੀਂ ਜਿਹੜਾ ਵਾ ਸੰਗਤਾਂ ਨੂੰ ਉਹਦਾ ਮਟੀਰੀਅਲ ਦੇ ਦੇਈਦਾ ਅਤੇ ਆਪੇ ਕਰ ਲੈਂਦੇ ਨੇ। ਹਾਂਜੀ ਹਾਂਜੀ, ਇਸ ਤਰ੍ਹਾਂ ਕਰਕੇ ਜਿਹੜਾ ਵਾ ਇਹ ਸੰਗਤਾਂ ਦੇ ਨਾਲ ਇਹ ਵੀ ਸਹਿਯੋਗ ਜਿਹੜਾ ਵਾ ਉਹ ਰਲ ਮਿਲ ਕੇ ਚੱਲਦਾ ਰਹਿੰਦਾ। ਬਾਕੀ ਵਿਸ਼ੇਸ਼ ਕਰਕੇ ਜਿਹੜਾ ਵਾ ਉਹ ਇਤਿਹਾਸਿਕ ਸਥਾਨਾਂ ਦਾ ਹੀ ਆ। ਜੇ ਆਪ ਜੀ ਇਤਿਹਾਸਿਕ ਸਥਾਨਾਂ ਦੇ ਵਿੱਚ ਪੁੱਛੋਗੇ ਵੀ ਹੁਣ ਕੀ ਕੰਮ ਹੋਣ ਵਾਲੇ ਨੇ, ਹੁਣ ਜਿਹੜੇ ਸਾਨੂੰ ਨਜ਼ਰ ਆਉਂਦੇ ਨੇ, ਵੇਖੋ ਅੱਜ ਤੋਂ 50 ਸਾਲ 60 ਸਾਲ ਪਹਿਲਾਂ ਸੰਗਤਾਂ ਗੁਰਦੁਆਰਿਆਂ 'ਚ ਇੰਨਾ ਨਹੀਂ ਜਨ ਜਾਂਦੀਆਂ ਸਨ, ਸਾਡੀਆਂ ਇੰਨੀਆਂ ਲੋੜਾਂ ਵੀ ਨਹੀਂ ਹੁੰਦੀਆਂ ਸਨ। ਅੱਜ ਜਿਹੜੀ ਚੀਜ਼ ਅਸੀਂ ਨਜ਼ਰ ਮਾਰਦੇ ਹਾਂ ਉਹ ਹੈਗਾ, ਸਭ ਤੋਂ ਵੱਡੀ ਗੱਲ ਤਾਂ ਹੈ ਕਿ ਗੁਰਦੁਆਰਿਆਂ ਦੇ ਵਿੱਚ ਵੀ ਜਿੱਥੇ ਜਗ੍ਹਾ ਨੇ ਨਾ ਉੱਥੇ ਇਨਵਾਇਰਮੈਂਟ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਪਲਾਂਟੇਸ਼ਨ ਦੀ ਵੀ ਬੜੀ ਲੋੜ ਹੈ। ਬਿਲਕੁਲ ਹਾਂਜੀ, ਜਿਹਦੇ ਵਿੱਚ ਅਸੀਂ ਇੱਕ ਵਿਸ਼ੇਸ਼ ਗੁਰੂ ਸਾਹਿਬ ਦੀ ਕਿਰਪਾ ਨਾਲ ਮੁਹਿੰਮ ਚਾਲੂ ਕੀਤੀ ਆ ਕਿ ਪੌਦੇ ਜ਼ਰੂਰ ਲਾਏ ਜਾਂਦੇ ਆ। ਤੁਸੀਂ ਪਟਨਾ ਸਾਹਿਬ ਵੇਖ ਕੇ ਆਇਓ, ਉੱਥੇ ਵੀ ਕਿੰਨੀ ਗਰੀਨਰੀ ਆ। ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਲੰਗਰ ਦੇ ਸਾਹਮਣੇ ਗਾਰਡਨ ਬਣੇ ਨੇ ਉਹਨਾਂ ਨੂੰ ਵੀ ਬਹੁਤ ਆਲਾ ਹੁਣ ਨਵੇਂ ਸਿਰਿਓਂ ਬਣਾਇਆ ਜਾ ਰਿਹਾ, ਹੁਣ ਨਵੇਂ ਸਿਰਿਓਂ ਬਣਾਇਆ ਜਾ ਰਿਹਾ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਇੱਕ ਗਾਰਡਨ ਬਣਾਇਆ ਜਿਹਦੇ ਵਿੱਚ ਬੂਟੇ ਲਾਏ ਗਏ ਆ। ਹੁਣ ਬੀੜ ਬਾਬਾ ਬੁੱਢਾ ਸਾਹਿਬ ਦੇ ਕੰਮ ਜਿਹੜੇ ਨੇ ਨਵੇਂ ਸ਼ੁਰੂ ਹੋਣੇ ਨੇ, ਉੱਥੇ ਵੀ ਜਿਹੜਾ ਵਾ ਪੌਦਿਆਂ ਨੂੰ ਵਿਸ਼ੇਸ਼ ਧਿਆਨ, ਗੁਰਦੁਆਰਿਆਂ ਦੇ ਵਿੱਚ ਗਰੀਨਰੀ ਆਵੇ। ਹਨ ਦੂਸਰਾ ਜਿਹੜਾ ਮੁੱਖ ਆ ਉਹ ਗੱਡੀਆਂ ਦੀ ਕਾਰ ਪਾਰਕਿੰਗ ਹੈ, ਉਹ ਬਣਾਉਣੀਆਂ ਸ਼ੁਰੂ ਕੀਤੀਆਂ ਨੇ। ਫਿਰ ਗੁਰਦੁਆਰਿਆਂ ਦੇ ਜਿਹੜੇ ਸਾਡੇ ਪੁਰਾਣੇ ਜੋੜਾ ਘਰ ਸਨ, ਛੋਟੇ ਸਨ, ਉਹਨਾਂ ਨੂੰ ਨਵੇਂ ਸੋਹਣੇ ਅਤੇ ਸੁੰਦਰ ਬਣਾਉਣਾ ਸ਼ੁਰੂ ਕੀਤਾ ਗਿਆ। ਗੁਰਦੁਆਰਿਆਂ ਦੇ ਵਿੱਚ ਪਿਆਓ ਜਿਹੜੇ ਸਨ, ਸ਼ਬੀਲਾਂ ਸਨ, ਉਹ ਵੀ ਨਵੇਂ ਸਿਰਿਓਂ ਅਤੇ ਵੱਡੀਆਂ ਬਣਾਉਣੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਨੇ। ਹਾਂਜੀ, ਅਤੇ ਵਾਸ਼ਰੂਮ ਜਿਹੜੇ ਨੇ, ਟੋਇਲਟ ਜਿਹੜੇ ਨੇ, ਇਹ ਬਹੁਤ ਜ਼ਰੂਰੀ ਲੋੜ ਆ। ਹੁਣ ਇਹਨਾਂ ਚੀਜ਼ਾਂ ਨੂੰ ਵੇਖੋ, ਜਦੋਂ ਗੁਰਦੁਆਰੇ ਦੇ ਵਿੱਚ ਕੋਈ ਚੀਜ਼ ਬਣਾਉਣੀ ਹੁੰਦੀ ਹੈ ਨਾ, ਅਤੇ ਸਾਡਾ ਜਿਹੜਾ ਉੱਥੇ ਮੈਨੇਜਰ ਹੁੰਦਾ ਉਹਦੇ ਨਾਲ ਪਹਿਲਾਂ ਲੰਮੀ ਚੌੜੀ ਵਿਚਾਰ ਹੁੰਦੀ, ਮੈਨੇਜਰ ਕੋਲੋਂ ਪਹਿਲਾਂ ਸੰਗਤਾਂ ਦੀ ਮੰਗ ਆਉਂਦੀ ਆ ਕਿ ਸਾਨੂੰ ਇਸ ਚੀਜ਼ ਦੀ ਲੋੜ ਹੈ। ਉਹ ਫਿਰ ਜਿਹੜੀ ਮੰਗ ਹੁੰਦੀ ਆ ਮੁੜ ਕੇ ਉਹ ਸਾਡੇ ਨਾਲ ਡਿਸਕਸ ਕੀਤੀ ਜਾਂਦੀ ਹੈ, ਫਿਰ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ ਮਤਾ ਪਾ ਕੇ ਦਿੱਤਾ ਜਾਂਦਾ। ਅਤੇ ਗੁਰਦੁਆਰਿਆਂ ਦੇ ਵਿੱਚ ਅੱਜ ਦੇ ਹਿਸਾਬ ਦੇ ਨਾਲ ਜੋ ਵਿਸ਼ੇਸ਼ ਲੋੜ ਆ ਯਾਤਰੂਆਂ ਦੀ ਸਹੂਲਤ ਦੀ, ਉਹੋ ਹੀ ਪਹਿਲ ਦੇ ਆਧਾਰ 'ਤੇ ਕੰਮ ਕੀਤਾ ਜਾਂਦਾ, ਸੇਵਾ ਕੀਤੀ ਜਾਂਦੀ ਆ, ਨਾ ਕਿ ਚੰਗੇ ਭਲੇ ਬਣੇ ਗੁਰਦੁਆਰੇ ਨੂੰ ਢਾਹ ਕੇ ਅਤੇ ਨਵੇਂ ਸਿਰਿਓਂ ਬਣਾਇਆ ਜਾਂਦਾ। ਲੋੜ ਨੂੰ ਮੁੱਖ ਰੱਖ ਕੇ ਕੰਮ ਕੀਤਾ ਜਾਂਦਾ ਜੀ, ਜਿੱਥੇ ਜਿੱਥੇ ਵੀ ਸੇਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਸੋ ਤੁਹਾਡੀਆਂ ਸੇਵਾਵਾਂ ਦੀਆਂ ਸੇਵਾਵਾਂ ਜਾਂਦੀਆਂ ਆ, ਪਾਰਕਾਂ ਦੀਆਂ ਚੱਲਦੀਆਂ ਨੇ, ਸ਼ਬੀਲਾਂ ਬਣਾਉਣੀਆਂ, ਨਵੇਂ ਟੋਇਲਟ ਬਣਾਉਣੀਆਂ, ਸੇਵਾਵਾਂ ਚੱਲਦੀਆਂ, ਜੋੜਾ ਘਰ ਬਣਾਉਣ ਦੀਆਂ, ਫਿਰ ਗੁਰਦੁਆਰੇ 'ਚ ਗ੍ਰੀਨ ਬੈਲਟ ਕਰਨ ਦੀਆਂ ਸੇਵਾਵਾਂ ਨੇ,
ਜਿਹਨਾਂ ਚੀਜ਼ਾਂ ਦੀ ਅੱਜ ਦੇ ਸਮੇਂ 'ਚ ਲੋੜ ਹੈ ਉਹੀ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਔਰ ਬੜੀ ਦੂਰਦ੍ਰਿਸ਼ਟੀ ਨਾਲ ਕੀਤੀਆਂ ਜਾ ਰਹੀਆਂ ਤਾਂ ਕਿ ਲੰਮੇ ਸਮੇਂ ਲਈ ਉਹਨਾਂ ਨੂੰ ਉਹਨਾਂ ਦਾ ਲਾਹਾ ਲਿਆ ਜਾ ਸਕੇ, ਸਖਤਾ ਲਾਹਾ ਲੈ ਸਕਣ। ਗੁਰਦੇਵ ਸਿੰਘ ਜੀ, ਕੁਛ ਬਾਬਾ ਜੀ ਦੇ ਬਾਰੇ, ਸੇਵਾਵਾਂ ਬਾਰੇ ਕੋਈ ਖਾਸ ਗੱਲ ਤੁਹਾਡੇ ਮਨ 'ਚ? ਰਾਣਾ ਜੀ, ਜਿੱਦਾਂ ਮੇਰੇ ਵਿਚਾਰ ਤੋਂ ਬਾਬਾ ਜੀ ਸੁਣ ਰਿਹਾ ਸੀ, ਮੇਰੇ ਦਿਮਾਗ 'ਚ ਗੱਲ ਆ ਰਹੀ ਸੀ ਵੀ ਜਿੱਦਾਂ ਨਵੇਂ ਵੀ ਕੋਈ ਜਿਹੜਾ ਪੁਰਾਣਾ ਪੜ੍ਹਨ ਵਾਲਾ ਵੀ ਨਵਾਂ। ਦੇਖੋ ਆਪਾਂ ਪੁਰਾਣੇ ਘਰ ਮੇਰਾ ਖਿਆਲ 90% ਸਾਰਿਆਂ ਨੇ ਢਾ ਕੇ ਅਤੇ ਨਵੇਂ ਪੜਾ ਲਏ, ਪੁਰਾਣੇ ਢਾ ਕੇ ਨਵੇਂ ਬਣਾ ਲਏ। ਅਸੀਂ ਗੁਰੂ ਦੇ ਘਰ ਨੂੰ ਕਿਉਂ ਕਿਤੋਂ ਪਿੱਛੋਂ ਕਰਦੇ ਹਾਂ? ਗੁਰੂ ਦਾ ਘਰ ਕੀ ਸਿੱਖਾਂ ਦੇ ਘਰਾਂ ਨੂੰ ਜ਼ਿਆਦਾ ਸੋਹਣਾ ਹੋਣਾ ਚਾਹੀਦਾ। ਜਿਹੜਾ ਗੁਰੂ ਦਾ ਘਰ ਆ, ਜੇ ਉੱਥੇ ਵੀ ਕੁਛ ਕਰਨ ਵਾਲਾ ਨਵਾਂ, ਉੱਥੇ ਜਦੋਂ ਕੋਈ ਹੁੰਦਾ ਤਾਂ ਮੈਂ ਸੰਗਤਾਂ ਪ੍ਰਤੀ ਬੇਨਤੀ ਕਰਾਂ ਵੀ ਸੰਗਤਾਂ ਜਿਹੜੀਆਂ ਨੇ ਉਹ ਬੜੇ ਪਿਆਰ ਵਾਲੀਆਂ ਨੇ। ਅਸੀਂ ਘਰਾਂ ਵਿੱਚ ਜਾਂਦੇ ਹਾਂ, ਸੰਗਤਾਂ ਵੱਲੋਂ ਦੇਣ ਵਿੱਚ ਕੋਈ ਕਮੀ ਨਹੀਂ, ਬੜਾ ਪਿਆਰ ਵੀ ਕਰਦੀਆਂ, ਮਹਾਂਪੁਰਸ਼ਾਂ ਨਾਲ ਕਾਰ ਸੇਵਾ ਵਾਲਾ ਦਿੰਦੀਆਂ ਵੀ ਚਾਹੁੰਦੀਆਂ। ਪਰ ਕੁਛ ਲੋਕਾਂ ਵੱਲੋਂ ਜਿਹਦਾ ਇਹ ਸ਼ੰਕਾ ਪਾਇਆ ਜਾਂਦਾ, ਜੇ ਅਸੀਂ ਆਪਣੇ ਘਰ ਸੋਹਣੇ ਸੁੰਦਰ ਬਣਾਉਣੇ ਚਾਹੁੰਦੇ ਹਾਂ, ਟੋਇਲਟਾ ਇੱਥੇ ਆਪਾਂ 2-3 ਸਾਲ ਬਾਅਦ ਕਹਿੰਦੇ ਨੇ ਜੀ ਹੁਣ ਚੇਂਜ, ਆਹ ਫਲਾਣੀ ਚੀਜ਼ ਆ ਗਈ ਨਵੀਂ। ਇਸੇ ਤਰ੍ਹਾਂ ਦੇ ਜੇ ਬਾਬਾ ਜੀ ਦਾ ਕੰਮ ਹੈ ਨਾ, ਜੇ ਮੈਂ ਕਹਾਂ ਵੀ ਅੱਜ ਤੋਂ ਜਿਹੜੀ 20-25 ਸਾਲ ਚੀਜ਼ ਆਉਣੀ ਹੈ, ਉਹ ਅੱਜ ਇਹ ਲਾ ਰਹੇ ਆ ਜੀ, ਅੱਜ ਉਹ ਲਾ ਰਿਹਾ। ਜਦੋਂ ਦੇਖਦੇ ਨਾ ਬੱਚੇ ਕੁਛ ਵੀ ਤਾਂ ਹੀ ਹੁੰਦੇ ਨੇ, ਨਵੇਂ ਸਿਸਟਮ ਨਾ ਹੁਣ ਜਿਹੜੇ ਨਵੇਂ ਕਮਰੇ ਬਣੇ ਆ ਉਹਨਾਂ 'ਚ ਲੈਪਟੋਪ ਰੱਖਣ ਨੂੰ ਵੀ, ਕੰਪਿਊਟਰ ਲਾਉਣ ਨੂੰ ਵੀ, ਹਰ ਸਹੂਲਤ ਜਿਹੜੀ ਲੇਟੈਸਟ ਆ ਉਹਦੇ ਨਾਲ ਜੀ, ਤੇ ਚਾਹੀਦੀ ਵੀ ਇਸੇ ਤਰ੍ਹਾਂ ਆ। ਜੋ ਜੇ ਅਸੀਂ ਸਮੇਂ ਦੇ ਨਾਲ ਨਾ ਚੱਲਾਂਗੇ ਨਾ, ਤੇ ਅਸੀਂ ਜੇ ਬਾਕੀ ਸਾਰੇ ਬੰਨੇ ਕਹਿੰਦੇ ਤਰੱਕੀ, ਤੇ ਇਹ ਵੀ ਸਾਨੂੰ ਹੋਣੀ ਚਾਹੀਦੀ ਹੈ, ਤੇ ਪਿਛੜ ਜਾਾਂਗੇ ਅਸੀਂ ਹਨ ਜੀ, ਤੇ ਸਾਨੂੰ ਇਹ ਜ਼ਰੂਰੀ ਆ ਜੀ, ਇਸ ਦੇ ਨਾਲ ਸਮੇਂ ਦਾ ਹਾਣੀ ਹੋਣਾ ਤੇ ਜ਼ਰੂਰੀ, ਤੇ ਹਾਂ ਕੁਝ ਕਰ ਰਹੇ ਜੀ ਬਾਬਾ ਜੀ। ਰਾਣਾ ਜੀ, ਹੁਣ ਤੇ ਇਹ ਵੀ ਕੀਤਾ ਜਾਂਦਾ ਕਿ ਜਿਸ ਗੁਰਦੁਆਰੇ ਦੇ ਵਿੱਚ ਵੀ ਕੰਮ ਸ਼ੁਰੂ ਕਰਨਾ ਹੈ ਨਾ, ਉਹਦਾ ਪਹਿਲਾਂ ਮਾਸਟਰ ਪਲਾਨ ਬਣਾਇਆ ਜਾਂਦਾ। ਜੇ ਆਪ ਜੀ ਕਹੋਗੇ ਤੇ ਮੈਂ ਅੱਜ ਕੋਲ ਨਹੀਂ ਲਿਆਂਦੇ, ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਦੇ, ਸਾਰੇ ਮਾਸਟਰ ਪਲਾਨ ਬਣਾਏ ਨੇ। ਮਾਸਟਰ ਪਲਾਨ ਬਣਾਉਣ ਦਾ ਭਾਵ ਇੱਕ ਤਾਂ ਹੈਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਇੱਕ ਇੱਕ ਇੰਚੀ ਜਾਂ ਇੱਕ ਇੱਕ ਸੂਤ ਜਗ੍ਹਾ ਨਾ ਉਹ ਕੰਮ ਆਉਂਦੀ ਆ। ਦੂਸਰਾ ਉਹ ਇਹਦਾ ਵੱਡਾ ਭਾਵ ਇਹ ਹੈਗਾ ਕਿ ਜਿਹੜੀ ਚੀਜ਼ ਅਸੀਂ ਅੱਜ ਬਣਾ ਰਹੇ ਹਾਂ ਨਾ, ਉਹਨੂੰ ਇਹ ਨਹੀਂ ਹੈਗਾ ਕਿ 5-7 ਸਾਲਾਂ ਦੇ ਵਿੱਚ ਫਿਰ ਢਾ ਕੇ ਅਤੇ ਨਵੀਂ ਬਣਾਉਣਾ ਜੀ, ਇੱਥੇ ਠੀਕ ਨਹੀਂ ਬਣੀ ਜੀ ਉੱਥੇ ਬਣਾ ਦਿਓ ਜੀ। ਜਿਹੜੀ ਚੀਜ਼ ਅੱਜ ਬਣਾਈ ਜਾਣੀ ਆ, ਘੱਟ ਤੋਂ ਘੱਟ ਉਹਨੂੰ 50 ਜਾਂ 100 ਸਾਲ ਤੱਕ ਉਹਨੂੰ ਛੇੜਨ ਦੀ ਲੋੜ ਨਹੀਂ ਪਏਗੀ। ਇਸ ਚੀਜ਼ ਨੂੰ ਵੀ ਬੜਾ ਮੁੱਖ ਰੱਖ ਕੇ ਵੇਖ ਰਹੇ ਹਾਂ, ਸਾਰੇ ਵਿਚਾਰ ਕਰ ਰਹੇ ਹਾਂ ਵੀ ਸੰਗਤਾਂ ਦਾ ਪੈਸਾ, ਕੌਮ ਦਾ ਪੈਸਾ, ਪੰਥ ਦਾ ਪੈਸਾ ਹੈ, ਉਹਦੇ ਨਾਲ ਜਿਹੜੀ ਵੀ ਚੀਜ਼ ਗੁਰੂ ਘਰ ਦੇ ਵਿੱਚ ਬਣਾਉਣੀ ਆ ਉਹਦੀ ਲਾਈਫ ਜਿਹੜੀ ਆ 100 ਸਾਲ ਹੋਣੀ ਚਾਹੀਦੀ। ਹਰ 5 ਸਾਲਾਂ ਬਾਅਦ ਨਹੀਂ ਵੀ ਵਿਧਾਨ ਫੜੋ ਅਤੇ ਉਹਨੂੰ ਢਾਓ ਅਤੇ ਉੱਥੇ ਉਹਨੂੰ ਇੱਥੋਂ ਚੁੱਕ ਕੇ, ਕਦੀ ਬਾਥਰੂਮ ਇੱਥੋਂ ਚੁੱਕ ਕੇ ਉੱਥੇ ਬਣਾ ਦਿਓ, ਕਦੀ ਲੰਗਰ ਉੱਥੋਂ ਚੁੱਕ ਕੇ ਅਤੇ ਉੱਥੇ ਬਣਾ ਦਿਓ। ਉਸ ਥਿਊਰੀ ਦੇ ਨਾਲ ਦਾਸ ਨਹੀਂ ਸੇਵਾ ਦਾ ਕਾਰਜ ਕਰਨਾ ਚਾਹੁੰਦਾ। ਜੋ ਸੰਗਤਾਂ ਦੀ ਸੇਵਾ ਵਾ, ਪੈਸਾ ਵਾ, ਜੋ ਵੈਲਿਊ ਫੋਰ ਮਨੀ ਆ, ਉਹਦਾ ਸਹੀ ਢੰਗ ਦੇ ਨਾਲ ਇਸਤੇਮਾਲ ਹੋਣਾ ਚਾਹੀਦਾ ਤਾਂ ਕਿ ਇੱਕ ਬਣੀ ਹੋਈ ਚੀਜ਼ ਜਿਹੜੀ ਆ ਉਹਨੂੰ 100 ਸਾਲ ਜਾਂ ਘੱਟ ਤੋਂ ਘੱਟ ਮਿਨੀਮਮ ਮੈਂ ਤਾਂ ਕਹਾਂਗਾ ਕਿ 70-75-100 ਸਾਲ ਤੱਕ ਉਹਨੂੰ ਛੇੜਿਆ ਨਹੀਂ ਜਾਣਾ ਚਾਹੀਦਾ। ਇਸ ਢੰਗ ਦੇ ਨਾਲ ਉਹ ਬਣਨੀ ਚਾਹੀਦੀ ਹੈ ਅਤੇ ਐਡੀ ਵੱਡੀ ਬਣਨੀ ਚਾਹੀਦੀ ਆ, ਔਰ ਇਸ ਤਰ੍ਹਾਂ ਬਣ ਵੀ ਰਹੀਆਂ ਨੇ। ਹਾਂਜੀ ਬਣ ਵੀ ਰਹੀਆਂ। ਬਾਬਾ, ਪਿਛਲੇ ਸਮੇਂ 'ਚ ਕਿਉਂਕਿ ਸ਼ਤਾਬਦੀਆਂ ਮਨਾਉਣ ਦਾ ਬਹੁਤ ਸਿਲਸਿਲਾ ਚਾਲੂ ਹੋਇਆ, ਪਿਛਲੇ ਸਮੇਂ 'ਚ ਸ਼ਤਾਬਦੀਆਂ ਮਨਾਈਆਂ ਗਈਆਂ, ਬੇਸ਼ੱਕ ਉਹ ਹਜ਼ੂਰ ਸਾਹਿਬ ਦੀ 300 ਸਾਲਾਂ ਸੀਗੀ, ਇਹ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦੇ ਨਾਲ ਹੀ ਸੀਗੀ। 350 ਸਾਲਾਂ ਪਟਨਾ ਸਾਹਿਬ ਦੀ ਸੀ, 350 ਸਾਲਾਂ ਅਨੰਦਪੁਰ ਸਾਹਿਬ ਦੀ ਸਿਰਜਣਾ ਦੀ ਸੀ, ਬੰਦਾ ਬਹਾਦਰ ਦੀ ਸ਼ਹੀਦੀ ਦੀ 300 ਸਾਲਾਂ ਸੀ, ਇਹ ਛੋਟੇ ਵੱਡੇ ਸਾਹਿਬਜ਼ਾਦੇ ਦਾ 400 ਸਾਲਾਂ ਸ਼ਹੀਦੀ ਦੇ ਬਣਾ ਕੇ ਹਟਿਆ। ਕਿਹੜੀਆਂ ਕਿਹੜੀਆਂ ਸ਼ਤਾਬਦੀਆਂ 'ਚ ਤੁਹਾਨੂੰ ਸੇਵਾ ਕਰਨ ਦਾ ਅਤੇ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ? ਲੰਗਰ ਦੇ ਤੌਰ 'ਤੇ ਤੁਹਾਡੇ ਦਰਸ਼ਨ ਕੀਤੇ ਸੀ, 350 ਸਾਲਾਂ ਅਨੰਦਪੁਰ ਸਾਹਿਬ ਦੀ ਸ਼ਤਾਬਦੀ 'ਚ ਵੀ, ਅਤੇ ਕਿੱਥੇ ਕਿੱਥੇ ਅਤੇ ਉਹਨਾਂ ਦੇ ਕੋਈ ਯਾਦਗਾਰੀ ਗੱਲ ਜ਼ਰੂਰ ਇੱਕ ਸਾਂਝੀ ਕਰੋ ਸੰਗਤਾਂ ਨਾਲ। ਵੇਖੋ ਜੀ, ਜਿਹੜਾ ਸ਼ਤਾਬਦੀਆਂ ਦਾ ਦੌਰ ਸਾਡੇ ਹਿਸਾਬ ਨਾਲ ਸ਼ੁਰੂ ਹੋਇਆ, ਉਹ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ ਨਾ ਜੀ ਦਰਬਾਰ ਸਾਹਿਬ, ਮੇਰਾ ਖਿਆਲ 2002 ਦੇ ਵਿੱਚ ਸ਼ਾਇਦ ਮਨਾਇਆ, ਤੁਹਾਡੀ ਸੇਵਾ ਦੇ ਦੌਰਾਨ ਸਾਨੂੰ ਮਤਲਬ ਪਤਾ ਵੀ ਉਦੋਂ ਸਾਡੇ ਤੋਂ ਪਹਿਲਾਂ ਜਿਹੜੀਆਂ ਸ਼ਤਾਬਦੀਆਂ ਹੋ ਗਈਆਂ ਸੁਣੀਆਂ ਸਨ, ਪਰ ਸ਼ਤਾਬਦੀਆਂ ਹੀ 2002 ਤੋਂ ਵੇਖੀਆਂ ਗੁਰੂ ਸਾਹਿਬ ਨੇ ਸੇਵਾ ਵੀ ਲਈ। ਜਿਹੜੀ ਖਾਲਸੇ ਦੀ 300 ਸਾਲਾਂ ਸੀਗੀ, ਜਿਹੜੀ 300 ਸਾਲਾਂ 99 ਦੀ ਸਹਿਗੀ ਸੀ ਨਾ ਜੀ, ਉਦੋਂ ਤਿਆਰੀਆਂ ਪੂਰੀਆਂ ਸਨ, ਪਰ ਅਪ੍ਰੈਲ 99 10 ਅਪ੍ਰੈਲ ਨੂੰ ਸਾਡੇ ਜਿਹੜੇ 13 ਨੂੰ ਦਿਹਾੜਾ ਸੀ ਅਤੇ 10 ਅਪ੍ਰੈਲ ਨੂੰ ਸਾਡੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਜਿਹੜੇ ਪੂਰੀ ਵਾਲੇ ਸਨ, ਉਹ ਸੱਚਖੰਡ ਚਲੇ ਗਏ ਸਨ, ਅਤੇ ਉਹ ਸ਼ਤਾਬਦੀ ਦੀਆਂ ਤਿਆਰੀਆਂ ਸਾਡੀਆਂ ਜਿਹੜੀਆਂ ਫਿਰ ਉਹ ਵਿੱਚ ਰਹਿ ਗਈਆਂ। ਹਾਂਜੀ, ਆਪਾਂ 2002 ਤੋਂ ਲੈ ਕੇ ਫਿਰ ਉਸ ਤੋਂ ਬਾਅਦ ਜਿਹੜੀ ਪੰਚਮ ਪਾਤਸ਼ਾਹ ਦੀ 2006 ਦੇ ਵਿੱਚ ਆਈ, ਇਸੇ ਤਰ੍ਹਾਂ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਜਿਹੜੀ ਸ਼ਤਾਬਦੀ ਮਨਾਈ। ਹਾਂਜੀ, ਇਸੇ ਤਰ੍ਹਾਂ ਫਿਰ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦਾ ਸ਼ਤਾਬਦੀ ਦਿਵਸ ਮਨਾਇਆ ਗਿਆ 2008 ਵਾਲੀ ਹਜ਼ੂਰ ਸਾਹਿਬ ਦੀ, 2008 ਵਾਲੀ ਹਜ਼ੂਰ ਸਾਹਿਬ ਵਾਲੀ, ਅਤੇ ਉਹ ਤਾਂ ਕਲਗੀਧਰ ਪਾਤਸ਼ਾਹ ਨੇ ਬਸ ਇੱਕ ਉਸੇ ਦੀ ਬਰਕਤ ਜੀ
2008 ਦੇ ਵਿੱਚ ਜਿਹੜੀਆਂ ਸਾਨੂੰ ਇਹ ਸੰਗਤਾਂ ਜਾਣਦੀਆਂ ਨਹੀਂ ਸਨ, 2008 'ਚ ਹੀ ਇਹਨਾਂ ਨਾਲ ਸਾਰੀ ਵਾਕਫੀ ਹੋਈ। ਹਾਂਜੀ, ਬਾਹਰ ਦੀਆਂ ਸੰਗਤਾਂ ਦੀ ਉਹ ਸੇਵਾ ਕਲਗੀਧਰ ਪਾਤਸ਼ਾਹ ਨੇ ਜਿਹੜੀ ਲਈ, ਉਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਨੇ, ਜਾਂ ਜਿਹਨਾਂ ਸੰਗਤਾਂ ਨੇ ਦਰਸ਼ਨ ਕੀਤੇ ਨੇ ਉਹ ਜਾਣਦੀਆਂ ਨੇ। ਉਹ ਤਾਂ ਗਰੀਬ ਨਵਾਜ਼ ਸਤਿਗੁਰੂ ਮਹਾਰਾਜ ਨੇ ਦਾਸਾਂ ਦੇ ਸਿਰ 'ਤੇ ਹੱਥ ਰੱਖ ਕੇ ਸੇਵਾ ਲਈ, ਉਸੇ ਸੇਵਾ ਦਾ ਹੀ ਪ੍ਰਤਾਪ ਆ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਵੱਡਿਆਂ ਵੱਡਿਆਂ ਸਥਾਨਾਂ ਦੀਆਂ ਸੇਵਾਵਾਂ ਕਰਨ ਦਾ ਸੁਭਾਗ ਬਖਸ਼ਿਆ, ਅਤੇ ਗੁਰੂ ਕੀਆਂ ਸੰਗਤਾਂ ਦੀਆਂ ਸੇਵਾਵਾਂ ਕਰਨ ਦਾ ਸੁਭਾਗ ਬਖਸ਼ਿਆ। ਜਿੱਥੋਂ ਤੱਕ ਸੇਵਾਵਾਂ ਦੀ ਦਾਸ ਗੱਲ ਕਰੇਗਾ, ਬਚਨ ਕਰੇਗਾ, ਇਹ ਦੋਵਾਂ ਸਾਲਾਂ ਬਾਅਦ ਮੈਂ ਦਰਸ਼ਨ ਕਰਨ ਵਾਸਤੇ ਆਉਣਾ UK ਦੀਆਂ ਸੰਗਤਾਂ ਦੇ ਜੀ। ਇਹ ਵੀ ਇਹ ਸਾਡੇ ਬੈਠੇ ਨੇ ਸਰਦਾਰ ਗੁਰਦੇਵ ਸਿੰਘ ਜੀ ਨੇ, ਸਰਦਾਰ ਬੂਟਾ ਸਿੰਘ ਜੀ ਜਿਹੜੇ ਇੱਥੋਂ ਦੇ ਬਰਮਿੰਘਮ ਦੇ ਨਿਵਾਸੀ ਨੇ, ਭਾਈ ਰਣਧੀਰ ਸਿੰਘ ਹੋਣੀ ਨੇ, ਹੋਰ ਵੀ ਸੱਜਣ, ਇਹਨਾਂ ਨੇ 2008 ਤੋਂ ਬਾਅਦ ਕਾਫੀ ਵਾਰਾਂ ਸਾਨੂੰ ਕਿਹਾ ਜੀ ਤੁਸੀਂ ਵੀ UK ਆਓ ਜੀ, ਬਾਕੀ ਵੀ ਗੁਰੂ ਘਰ ਦੇ ਸੇਵਾਦਾਰ ਸੰਤ ਮਹਾਂਪੁਰਸ਼ ਆਉਂਦੇ ਨੇ, ਤੁਸੀਂ ਵੀ ਆਓ। ਅਤੇ ਮੈਂ ਇਹਨਾਂ ਨੇ ਇਹੋ ਵਚਨ ਕਰਦਾ ਹੁੰਦਾ ਹਾਂ ਵੀ ਜਿਹੜਾ ਅਸੀਂ ਜੋ ਕੁਝ ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ, ਵੀ ਮੈਂ ਕਥਾ ਕਰਨ 'ਤੇ ਜਾਣਾ ਕੋਈ ਨਹੀਂ ਇੰਗਲੈਂਡ 'ਚ, ਨਾ ਮੈਂ ਕੀਰਤਨ ਕਰਨ ਜਾਣਾ, ਮੈਂ ਤਾਂ ਇਹ ਤਿਲ ਫੁੱਲ ਸੇਵਾ ਹੀ ਮੰਗਣ ਜਾਣਾ। ਅਤੇ ਉਹ ਤੁਸੀਂ ਇੱਥੇ ਹੀ ਭੇਜ ਦਿੰਦੇ ਜੇ, ਜਾਂ ਗੁਰੂ ਸਾਹਿਬ ਇੱਥੇ ਹੀ ਦੇ ਦਿੰਦਾ ਤਾਂ ਕੋਈ ਨਹੀਂ, ਸਾਨੂੰ ਤੁਸੀਂ ਮਾਫ਼ੀ ਰੱਖੋ। ਪਰ ਇਹਨਾਂ ਦੇ ਉਦਮ ਉਪਰਾਲੇ ਦੇ ਨਾਲ ਮੈਂ ਕਹਿੰਦਾ ਮੇਰੇ ਵੱਡੇ ਭਾਗ ਨੇ ਕਿ ਮੈਨੂੰ ਦੋਵਾਂ ਸਾਲਾਂ ਬਾਅਦ ਇੰਗਲੈਂਡ ਦੀਆਂ ਸੰਗਤਾਂ ਦੇ ਦਰਸ਼ਨ ਵੀ ਹੁੰਦੇ ਨੇ, ਤੁਹਾਡੇ ਦਰਸ਼ਨ ਵੀ ਹੁੰਦੇ ਨੇ ਸਭ ਦੇ, ਔਰ ਸੰਗਤਾਂ ਬੜੀਆਂ ਪਿਆਰ ਵਾਲੀਆਂ ਨੇ, ਸੇਵਾ ਦਾ ਬੜਾ ਸਹਿਯੋਗ ਦਿੰਦੀਆਂ ਨੇ। ਜਿੱਥੇ ਵੇਖੋ ਬਾਕੀ, ਤਾਂ ਮੈਂ ਦਾਸ ਬਾਕੀ ਕੰਟਰੀਆਂ 'ਚ ਤਾਂ ਗਿਆ ਨਹੀਂ, ਦੋਵਾਂ ਸਾਲਾਂ ਬਾਅਦ ਇੱਥੇ ਹੀ ਆਉਣ ਦਾ ਸਾਨੂੰ ਅਵਸਰ ਮਿਲਦਾ ਹੈ ਸੰਗਤਾਂ ਦੇ ਦਰਸ਼ਨ ਕਰਨ ਦਾ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ ਜਿੰਨੇ ਸ਼ਹਿਰ ਨੇ ਉਹਨਾਂ ਦੇ ਵਿੱਚ ਦਾਸ 12 ਮਹੀਨੇ ਹੀ ਸੰਗਤਾਂ ਦੀ ਦਰਸ਼ਨ ਕਰਦਾ ਹੈ ਅਤੇ ਉਗਰਾਹੀ ਕਰਦਾ ਹੈ। ਉੱਥੇ ਵੀ ਬੜਾ ਭਰਪੂਰ ਸਹਿਯੋਗ ਹੈ, ਜਿਸ ਤਰ੍ਹਾਂ ਕਿ ਬੰਬੇ ਨਿਵਾਸੀ ਸੰਗਤਾਂ ਦਾ ਬੜਾ ਵੱਡਾ ਸਹਿਯੋਗ ਹੈ, ਦਿੱਲੀ ਨਿਵਾਸੀ ਸੰਗਤਾਂ ਦਾ ਬੜਾ ਵੱਡਾ ਸਹਿਯੋਗ ਹੈ, ਇਸੇ ਤਰ੍ਹਾਂ ਪੂਨਾ, ਬੰਗਲੌਰ, ਚੇਨਈ, ਹੈਦਰਾਬਾਦ, ਜੰਮੂ, ਲੁਧਿਆਣਾ, ਮਤਲਬ ਜਿੰਨੇ ਵੀ ਸ਼ਹਿਰ ਨੇ, ਕਾਨਪੁਰ, ਲਖਨਊ, ਸਾਰਿਆਂ ਸ਼ਹਿਰਾਂ ਦੇ ਵਿੱਚ ਸੇਵਾ ਕਰਨ ਜਾਂਦੇ ਹਾਂ। ਔਰ ਸਭ ਤੋਂ ਵੱਡਾ ਸਹਿਯੋਗ ਹੈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ, ਸਾਡੇ ਵੱਡੇ ਮਹਾਂਪੁਰਖਾਂ ਨੇ ਹਰਿਮੰਦਰ ਸਾਹਿਬ ਤੋਂ ਸੇਵਾ ਸ਼ੁਰੂ ਕੀਤੀ ਸੀ, ਸਾਡਾ ਹੈੱਡ ਆਫਿਸ ਜਿਹੜਾ ਉਹ ਵੀ ਸ਼੍ਰੀ ਹਰਿਮੰਦਰ ਸਾਹਿਬ ਹੀ ਆ। ਔਰ ਸਭ ਤੋਂ ਵੱਡਾ ਸਹਿਯੋਗ ਮੈਂ ਕਹਾਂਗਾ ਕਿ ਸਾਨੂੰ ਅੰਮ੍ਰਿਤਸਰ ਸ਼ਹਿਰ ਨਿਵਾਸੀਆਂ ਦਾ ਵਾ, ਵੀ ਜਦੋਂ ਔਰ ਜਿਹੜੀ ਚੀਜ਼ ਦਾ ਵੀ ਕੋਈ ਲੋੜ ਹੁੰਦੀ ਹੈ, ਜਦੋਂ ਸ਼ਹਿਰ ਨੂੰ ਤੁਰ ਪਓ ਤਾਂ ਸੰਗਤਾਂ ਉਸੇ ਵੇਲੇ ਜਿਹੜੀਆਂ ਨੇ ਹਾਜ਼ਰ ਕਰਦੀਆਂ ਨੇ। ਇਸ ਕਰਕੇ ਸੰਗਤਾਂ ਦਾ, ਗੁਰੂ ਸਾਹਿਬਾਨ ਅਤੇ ਸੰਗਤਾਂ ਦਾ ਜਿਹੜਾ ਭਰਪੂਰ ਸਹਿਯੋਗ ਆ, ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਕਾਰਜ ਜਿਹੜੇ ਨੇ ਸੇਵਾ ਦੇ ਹੁੰਦੇ ਨੇ। ਰਾਣਾ ਜੀ, ਮੈਂ ਇੱਕ ਗੱਲ ਲੰਗਰਾਂ 'ਚ ਬਾਬਾ ਜੀ ਨੂੰ ਪੁੱਛਿਆ, ਕੋਈ ਜਿੱਡੀ ਵੱਡੀ ਖੁਸ਼ੀ ਸੀ, ਉਹਦੀ ਖੁਸ਼ੀ ਮਨਾਈ ਵੀ ਗਈ, ਜ਼ਾਹਰ ਵੀ ਕੀਤੀ ਗਈ ਜਦੋਂ ਅਸੀਂ ਲੰਗਰ 'ਚ ਗਏ ਨਾ, ਕਿਉਂਕਿ ਦਾਲ ਫੁਲਕਾ ਤਾਂ ਬਹੁਤ ਵਾਰਾਂ ਖਾ ਸਕਦੇ ਲੰਗਰ 'ਚ। ਰਾਣਾ ਜੀ, ਤੁਸੀਂ ਹੈਰਾਨ ਹੋ ਜਾਓਗੇ, ਸ਼ਾਹੀ ਪਨੀਰ, ਚਾਰ ਚਾਰ ਤਰ੍ਹਾਂ ਦੀਆਂ ਸਬਜ਼ੀਆਂ, ਤੇ ਤੰਦੂਰ ਲੈਣ ਲੱਗੀ ਸੀ, ਤਿੰਨ ਤਿੰਨ ਤਰ੍ਹਾਂ ਦੀਆਂ ਰੋਟੀਆਂ ਆਉਂਦੀਆਂ ਸੀ, ਤੇ ਮਠਿਆਈ ਦਾ ਕੋਈ ਪਤਾ ਅੰਤ ਹੀ ਕੋਈ ਨਹੀਂ। ਬਾਬਾ ਜੀ ਨੇ ਸਵਾ ਮਹੀਨਾ ਵਰਜ ਕੇ ਹਜ਼ੂਰ ਸਾਹਿਬ ਸਾਰੇ ਨੂੰ ਲੰਗਰ ਛਕਾਇਆ, ਸਵਾ ਮਹੀਨਾ ਪਹਿਲਾਂ ਲੰਗਰ ਲਾਤਾ ਸੀ ਉੱਥੇ। ਮਤਲਬ ਮੈਂ ਆਪਣੀ ਜੇ ਜ਼ਿੰਦਗੀ ਜੇ ਕਹਾਂ ਵੀ ਉਦੋਂ ਵੱਡਾ ਲੰਗਰ ਦੇਖਿਆ ਜੀ, ਕਿਉਂਕਿ ਜਿੱਦਾਂ ਦਾ ਮਹਾਰਾਜ ਬੜੀ ਕਿਰਪਾ ਸੀ, ਅਸ਼ਕਤੀ ਤਰ੍ਹਾਂ ਦੇ ਪਕਵਾਨ, ਉਦੋਂ ਪਹਿਲਾਂ ਮਿਲਾਪ ਹੋਇਆ, ਪਤਾ ਹੀ ਨਹੀਂ ਲੱਗਦਾ ਸੀ, ਬੜਾ ਸਾਫ਼ ਸੁਥਰਾ, ਸਾਫ਼ ਸੁਥਰਾ, ਜਿਵੇਂ ਗੁਰੂ ਸਾਹਿਬ ਆਪ ਵਿੱਚ ਵਰਤ ਰਹੇ ਸੀ, ਹਾਂਜੀ ਵਰਤ ਕੇ ਮਹਾਰਾਜ ਨੇ ਉਹ ਕੰਮ ਕਰਾਇਆ। ਮਤਲਬ ਏਦਾਂ ਲੰਗਰ ਵਿੱਚ ਜਦੋਂ ਲੰਘਦਾ ਸੀ ਵਰਤਾਉਣ ਵਾਲਾ, ਕੋਈ ਨਵੀਂ ਚੀਜ਼ ਲੈ ਕੇ, ਮਤਲਬ ਬੰਦਾ ਕਿੱਦਾਂ ਖਾ ਸਕਦਾ, ਪਰ ਨਵੀਂ ਤੋਂ ਨਵੀਂ ਚੀਜ਼ ਲੈ ਕੇ, ਕੋਈ ਪਤਾ ਅੰਤ ਹੀ ਕੋਈ ਨਹੀਂ ਸੀ, ਉਹ ਦੇਖਣ ਵਾਲਾ ਸੀ ਸਮਾਂ ਜੀ, ਬਹੁਤ ਨਜ਼ਾਰਾ। ਬਾਬਾ ਜੀ, ਹੁਣ ਸ਼ਤਾਬਦੀ ਆ ਰਹੀ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, 550 ਸਾਲਾਂ, ਸੁਲਤਾਨਪੁਰ ਮਨਾਈ ਜਾਣੀ ਹੈ ਤੇ ਨਨਕਾਣਾ ਸਾਹਿਬ ਵੀ ਮਨਾਈ ਜਾਣੀ ਹੈ ਜੀ ਜੀ ਜੀ, ਤੇ ਆਪ ਜੀ ਕਿੱਥੇ ਦੀਆਂ ਤਿਆਰੀਆਂ ਕਰ ਰਹੇ ਸੇਵਾ ਕਰਨ ਦੀਆਂ? ਜਿੱਥੇ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆ ਰਿਹਾ ਵਾ ਹੁਣ, ਇਹਦੇ ਵਿੱਚ ਬਹੁਤ ਵੱਡੇ ਪ੍ਰਬੰਧ ਜਿਹੜੇ ਨੇ, ਜਿਹੜੀ ਮਤਲਬ ਕਿ ਜਿਹਨਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ, ਉਹ ਹੈਗੀ ਹੈ ਸਾਡੀ ਜਿਹੜੀ ਮਤਲਬ ਸਾਡੀ ਜਮਾਤ ਹੈ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਬੜੇ ਵੱਡੇ ਪ੍ਰਬੰਧ ਤੌਰ 'ਤੇ ਕਰ ਰਹੀ ਹੈ ਜੀ, ਉਚੇਚੇ ਤੌਰ 'ਤੇ ਵੱਡੇ ਪ੍ਰਬੰਧਾਂ ਨਾਲ ਕਰ ਰਹੀ ਹੈ। ਉਸ ਦੇ ਨਾਲ ਨਾਲ ਜਿਹੜੀ ਸਾਡੀ ਹੁਣ ਪੰਜਾਬ ਸਰਕਾਰ ਹੈ, ਪੰਜਾਬ ਗੌਰਮੈਂਟ ਹੈ, ਉਹ ਵੀ ਉਹਦੇ ਵਿੱਚ ਪੂਰੀ ਰੁਚੀ ਰੱਖ ਰਹੀ ਹੈ, ਪੂਰੀ ਇੰਟਰਸਟਡ ਹੈ, ਉਹ ਵੀ ਪੂਰਾ ਉੱਥੇ ਧਿਆਨ ਦੇ ਰਹੇ ਨੇ। ਲੰਬੇ ਸਮੇਂ ਤੋਂ ਜਿਹੜੀਆਂ ਉੱਥੇ ਸੇਵਾਵਾਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ, ਉਹ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਵਾਲੇ ਜਿਹੜੇ ਨੇ, ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਨੇ, ਅਤੇ ਸੇਵਾ ਦੇ ਕਾਫੀ ਵੱਡੇ ਕੰਮ ਸਨ, ਅਤੇ ਉਹ ਮਤਲਬ ਦਿਨ ਟਾਈਮ ਥੋੜ੍ਹਾ ਹੋਣ ਕਰਕੇ ਕੰਮ ਥੋੜ੍ਹੇ ਜ਼ਿਆਦਾ ਸਨ,
ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਸਾਂ ਨੂੰ ਵੀ ਹੁਕਮ ਲਾਇਆ ਕਿ ਸਾਨੂੰ ਇੱਕ ਸਾਲ ਦੇ ਵਿੱਚ ਵਿੱਚ ਕੁਝ ਕੰਮ ਚਾਹੀਦੇ ਨੇ ਸੇਵਾ ਦੇ। ਤੇ ਉਹ ਜਿਹੜਾ ਗੁਰਦੁਆਰਾ ਹੱਟ ਸਾਹਿਬ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਥੇ ਸਤਿਗੁਰਾਂ ਨੇ 13-13 ਤੋਲਿਆ ਸੀ, ਉਹ ਸੇਵਾ ਜਿਹੜੀ ਆ ਪਿਛਲੇ ਇੱਕ ਮਹੀਨੇ ਤੋਂ ਸ਼ੁਰੂ ਕੀਤੀ ਆ, ਤੇ ਉਹਦੇ ਵਿੱਚ 150 ਕਮਰਾ ਬਣਨਾ ਰਿਹਾਇਸ਼ ਵਾਸਤੇ, ਤੇ ਥੱਲੇ ਉਹਦੇ ਵੀ ਅੰਡਰਗਰਾਊਂਡ ਪਾਰਕਿੰਗ ਬਣਨੀ ਹੈ। ਇਹ ਗੁਰੂ ਸਾਹਿਬ ਕਰਨਗੇ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ 8-9 ਮਹੀਨਿਆਂ ਦੇ ਵਿੱਚ ਜਿਹੜਾ ਵਾ ਉਹ ਬਣ ਕੇ ਤਿਆਰ ਹੋ ਜਾਏਗਾ। ਔਰ ਰਾਤ ਦਿਨ ਜਿਹੜਾ ਇਹ ਕੰਮ ਚੱਲ ਰਿਹਾ ਉਹਦਾ ਮੈਂ ਇਹ ਵੀ ਦੱਸਾਂ ਸੰਗਤਾਂ ਨੂੰ, ਵੀ ਜਿਸ ਤਰ੍ਹਾਂ ਕਈ ਸੰਗਤਾਂ ਸਾਨੂੰ ਘਰਾਂ 'ਚ ਪੁੱਛਦੀਆਂ ਨੇ ਵੀ ਆਪਣਾ ਸ਼੍ਰੋਮਣੀ ਕਮੇਟੀ ਵੱਲੋਂ ਕੀ ਸਹਿਯੋਗ ਹੈ, ਅਤੇ ਉਹ ਜਿਹੜਾ 100 ਕਮਰਾ ਅਤੇ ਕਾਰ ਪਾਰਕਿੰਗ ਬਣਨੀ ਹੈ ਨਾ, ਉਹਦੇ ਵਿੱਚ ਜਿੰਨਾ ਸਰੀਆ ਲੱਗਣਾ, ਜਿੰਨਾ ਸੀਮਿੰਟ ਲੱਗਣਾ, ਜਿੰਨੀਆਂ ਇੱਟਾਂ ਲੱਗਣੀਆਂ ਨੇ ਜਾਂ ਲੱਕੜ ਦਾ ਕੰਮ ਹੈ, ਉਹ ਸਾਰਾ ਸਾਨੂੰ ਸ਼੍ਰੋਮਣੀ ਕਮੇਟੀ ਨੇ ਹੀ ਦੇਣਾ ਜੀ। ਸਾਡੇ ਵੱਲੋਂ ਤਾਂ ਜਿਹੜਾ ਮਿਸਤਰੀ ਦਿੱਤੇ ਜਾਣੇ ਨੇ, ਪ੍ਰਬੰਧ ਵੇਖਿਆ ਜਾਣਾ, ਰੇਤਾ ਬਜਰੀ ਜਾਂ ਹੋਰ ਅਸੀਂ ਮਿਸਤਰੀ ਲੇਬਰ ਜੋ ਦੇਣੇ ਨੇ, ਚਲੋ ਮਤਲਬ ਮੈਂ ਕਹਿ ਸਕਦਾ ਕਿ 50 ਪੈਸੇ ਉਹਨਾਂ ਵੱਲੋਂ ਆ ਜਾਣੇ ਨੇ, 50 ਪੈਸੇ ਸੰਗਤਾਂ ਵੱਲੋਂ ਇਕੱਠੇ ਕਰਕੇ। ਵੇਖੋ ਜਿਹੜਾ ਸ਼੍ਰੋਮਣੀ ਕਮੇਟੀ ਨੇ ਦੇਣਾ ਹੈ ਤਾਂ ਉਹ ਵੀ ਸੰਗਤਾਂ ਦਾ ਹੀ, ਕਿਸੇ ਨੇ ਘਰੋਂ ਤਾਂ ਲਿਆਉਣਾ ਕੋਈ ਨਹੀਂ, ਪਾਵੇ ਆ ਵੀ ਚਲੋ ਉਹ ਖਜ਼ਾਨੇ ਵੱਲੋਂ ਵੀ ਆ ਜਾਣੇ 50 ਪੈਸੇ, ਅਤੇ 50 ਪੈਸੇ ਇਕੱਠੇ ਕਰਕੇ ਸੰਗਤਾਂ ਵੱਲੋਂ ਲਾ ਦੇਣੇ ਨੇ, ਅਤੇ ਉਹ ਜਿਹੜਾ ਵਾ ਇੱਕ 150 ਕਮਰਾ ਅਤੇ ਥੱਲੇ ਪਾਰਕਿੰਗ ਆ ਉਹ 8-9 ਮਹੀਨਿਆਂ 'ਚ ਤਿਆਰ ਹੋ ਜਾਏਗੀ। ਉਹਦਾ ਵੀ ਜਿਹੜਾ ਨੀਂਹ ਪੱਥਰ ਜਿਹੜਾ ਸ਼ੁਰੂਆਤ ਸੀ ਉਹ ਅਸੀਂ ਸਾਡੇ ਬਜ਼ੁਰਗ ਨੇ, ਸਾਡੇ ਵੱਡੇ ਨੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਨ ਧਨ ਵਾਲੇ, ਉਹਨਾਂ ਕੋਲੋਂ ਹੀ ਅਸੀਂ ਉਹ ਨੀਂਹ ਪੱਥਰ ਰਖਾਇਆ ਸੀ, ਅਤੇ ਉੱਥੇ ਬੜੇ ਵੱਡੇ ਪੱਧਰ 'ਤੇ ਸ਼ੁਰੂ ਹੋ ਰਿਹਾ ਕੰਮ ਜੀ। ਔਰ ਬੜੀਆਂ ਵੱਡੀਆਂ ਤਿਆਰੀਆਂ ਹੋਣਗੀਆਂ, ਜਿੱਥੇ ਇਹ ਆਪਣਾ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਹੋਏਗੀ, ਉੱਥੇ ਬਹੁਤ ਵੱਡੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਏਗਾ, ਜਿਸ ਤਰ੍ਹਾਂ ਬਾਕੀ ਸ਼ਤਾਬਦੀਆਂ 'ਤੇ ਕੀਤਾ ਹੈ, ਉਸੇ ਤਰ੍ਹਾਂ ਹੁਣ ਵੀ 10 ਏਕੜ ਜਗ੍ਹਾ ਦਾ ਉੱਥੇ ਪ੍ਰਬੰਧ ਕਰ ਲਿਆ ਹੈ। ਠੀਕ ਹੈ, ਵੀ ਸੰਗਤਾਂ ਨੇ ਆਉਣਾ ਹੈ। ਔਰ ਮੈਂ ਵਾਰ ਵਾਰ ਇਹ ਕਰਾਂ ਕਿ ਗੁਰ ਪ੍ਰਸਾਦ, ਗੁਰੂ ਕਿਰਪਾ ਅਤੇ ਸੰਗਤਾਂ ਦਾ ਪਿਆਰ, ਸੰਗਤਾਂ ਨੂੰ ਇਹ ਬੜੀ ਖਿੱਚ ਹੁੰਦੀ ਆ ਕਿ ਬਾਬੇ ਭੂਰੀ ਵਾਲਿਆਂ ਨੇ ਉੱਥੇ ਕੈਂਪ ਲਾਇਆ ਅਤੇ ਉੱਥੇ ਜਾਣਾ ਵਾ, ਹਾਂਜੀ, ਅਤੇ 10 ਏਕੜ ਜਗ੍ਹਾ ਦਾ ਪ੍ਰਬੰਧ ਕੀਤਾ ਹੁਣ ਉੱਥੇ, ਉਹਦੇ ਵਿੱਚ ਇਸ ਤਰ੍ਹਾਂ ਹੀ ਆ ਵੀ ਇੱਕ ਤਾਂ ਕੈਂਪ ਲਾਵਾਂਗੇ ਜਿਹਦੇ 'ਚ 250-300 ਰੂਮ ਬਣਾਵਾਂਗੇ, ਜਿਹਦੇ ਨਾਲ ਅਟੈਚ ਬਾਥਰੂਮ ਵੀ ਹੋਣਗੇ, ਪਾਣੀ ਦਾ ਸਾਰਾ ਪ੍ਰਬੰਧ ਹੋਏਗਾ, ਅਤੇ ਜਿਹੜੇ ਉਹ ਯਾਤਰੂਆਂ ਨੂੰ ਜਿਹੜੇ ਵਿਦੇਸ਼ ਤੋਂ ਵੀ ਆਉਣਗੇ ਉਹਨਾਂ ਨੂੰ ਉਹ ਮੁਹੱਈਆ ਕਰਵਾਏ ਜਾਣਗੇ। ਹਾਂਜੀ, ਜਿੱਥੇ ਮੇਰੇ ਹਿਸਾਬ ਨਾਲ ਪਤਾ ਲੱਗਾ ਕਿ ਸ਼ਤਾਬਦੀ ਦਾ ਇੱਥੇ ਵੀ ਸਮਾਗਮ ਹੋਣੇ ਨੇ, ਉੱਥੇ ਡੇਰਾ ਬਾਬਾ ਨਾਨਕ ਵੀ ਇੱਕ ਦੋ ਦਿਨ ਸਮਾਗਮ ਸ਼ਤਾਬਦੀ ਦੇ ਸੰਬੰਧ 'ਚ ਮਨਾਏ ਜਾਣੇ ਆ। ਉੱਥੋਂ ਦੀ ਕਾਰ ਸੇਵਾ ਜਿਹੜੀ ਆ ਸਾਡੇ ਜਿਹੜੇ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਨੇ ਪਿਛਲੇ ਮਹੀਨੇ 'ਚ ਹਾਂ ਉਹਦਾ ਵੀ ਨਵਾਂ ਟੱਪਾ ਲਾਇਆ, ਕਿਉਂਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਖਸਤਾ ਹੋ ਗਈ ਸੀ, ਅਤੇ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਹੁਣ ਉਹਨੂੰ ਇਮਾਰਤ ਨੂੰ ਵੀ ਵੱਡਿਆ ਕਰਨਾ ਹੈ, ਹੋਰ ਵੀ ਚੀਜ਼ਾਂ ਉੱਥੇ ਬਣਾਉਣੀਆਂ ਨੇ ਇੱਕ ਸਾਲ ਦੇ ਵਿੱਚ, ਅਤੇ ਸ਼ਤਾਬਦੀ ਜਿਹੜੀ ਆ ਉੱਥੇ ਵੀ ਮਨਾਈ ਜਾਣੀ ਹੈ ਜੀ। ਬਾਬਾ ਜੀ, ਹੁਣੇ ਹੁਣੇ ਮੇਰੇ ਮਨ 'ਚ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਜ਼ੁਰਗਾਂ ਦਾ ਜੱਦੀ ਪੁਸ਼ਤੀ ਪਿੰਡ ਜਿਹੜਾ ਉਹ ਮਾਝੇ ਸੀ, ਪੱਠੇ ਪਿੰਡ ਲੋਹਾਰ, ਅਤੇ ਜਿੱਥੇ ਪਿਤਾ ਕਾਲੂ ਜੀ ਦਾ ਜਨਮ ਹੋਇਆ ਸੀਗਾ ਉਹਨਾਂ ਦਾ, ਔਰ ਉੱਥੇ ਯਾਦਗਾਰ ਵੀ ਬਣੀ ਹੋਈ ਹੈ, ਸਰੋਵਰ ਵੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗੁਰੂ ਅਰਜਨ ਦੇਵ ਗਿਆ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਉੱਥੇ ਗਿਆ ਸੀ, ਗੁਰੂ ਹਰਗੋਬਿੰਦ ਸਾਹਿਬ ਚਰਨ ਪਿਆ। ਚਾਹੀਦਾ ਕਿ ਉੱਥੇ ਵੀ ਜਿਹੜਾ ਜੱਦੀ ਪੁਸ਼ਤੀ ਪਿੰਡ ਹੈ, ਪੱਠੇ ਪਿੰਡ ਲੋਹਾਰ ਜਿਹੜਾ ਮਾਝੇ ਦੇ ਵਿੱਚ ਪਿੰਡ ਹੈ, ਉੱਥੇ ਵੀ ਕੋਈ ਨਾ ਕੋਈ ਜਿਹੜਾ ਨਿਗਾਹ ਜੀ ਜ਼ਰੂਰ ਰੱਖੇ। ਹਾਂ, ਉਹ ਇਸ ਤਰ੍ਹਾਂ ਵਾ ਵੀ ਇਹ ਜਿਹੜਾ ਨਗਰ ਸਤਿਗੁਰਾਂ ਦਾ ਜਿਹੜਾ ਪੁਰਾਤਨ ਨਗਰ ਆ ਉਹ ਹੈਗਾ ਵਾ, ਜਦੋਂ ਅੰਮ੍ਰਿਤਸਰ ਤੋਂ ਤਰਨ ਤਾਰਨ ਜਾਈਏ, ਹਾਂਜੀ, ਅਤੇ ਤਰਨ ਤਾਰਨ ਤੋਂ ਹੀ ਹਰੀਕਿਆਂ ਨੂੰ ਜਾਂਦੇ ਹਾਂ ਮੇਨ ਹਾਈਵੇ, ਉੱਥੇ ਇੱਕ ਨਸ਼ਹਿਰਾ ਪਿੰਡ ਆਉਂਦਾ, ਸੇਰੋਂ ਪਿੰਡ ਤੋਂ ਅੱਗੇ ਲੱਗੀਏ ਅਤੇ ਨਸ਼ਹਿਰਾ ਅੱਡਾ ਆਉਂਦਾ, ਨਸ਼ਹਿਰੇ ਤੋਂ ਲੈਫਟ ਰੋਡ ਜਾਂਦੀ ਹੈ, ਉੱਥੇ ਇਹ ਇੱਕ ਡੇਰਾ ਸਾਹਿਬ ਕਰਕੇ ਨਗਰ ਆ ਜਿਹੜਾ ਜੱਦੀ ਨਗਰ ਤੋਂ ਜਿਹੜਾ ਨਾਂ ਲਿਆ ਵਾ, ਪੱਠੇ ਪਿੰਡ ਲੋਹਾਰ, ਉਹ ਦਰਿਆ ਇਹੀ ਜਿਹੜਾ ਬਿਆਸ ਆ ਇਹਦੇ ਕੰਢੇ 'ਤੇ ਪੈ ਜਾਂਦਾ ਹੈ, ਅਤੇ ਉਹ ਮਹਾਰਾਜ ਸਾਹਿਬ ਦਾ ਜੱਦੀ ਨਗਰ ਆ। ਜੇ ਹੁਣ ਸੰਗਤਾਂ ਦੀ ਜਾਣਕਾਰੀ ਵਾਸਤੇ ਦੱਸ ਦਈਏ ਵੀ ਰਾਏ ਭੋਏ ਦੀ ਤਲਵੰਡੀ ਜਾਣਾ ਕਿਸ ਤਰ੍ਹਾਂ ਹੋਇਆ, ਅਤੇ ਮਤਲਬ ਜੋ ਉਹ ਜਿਹੜੇ ਸਾਨੂੰ ਇਹ ਵੀ ਪਤਾ ਲੱਗਾ ਕਿ ਮਹਿਤਾ ਕਾਲੂ ਅਤੇ ਜਿਹੜੇ ਸਨ ਰਾਏ ਬੁਲਾਰ, ਸ਼ਾਇਦ ਇਹ ਕਲਾਸ ਫੈਲੋ ਸਨ ਜਾਂ ਜਮਾਤੀ ਸਨ ਜਾਂ ਕਿਤਨਾ, ਅਤੇ ਇਹ ਪਟਵਾਰੀ ਦਾ ਕੰਮ ਕਰਦੇ ਸਨ, ਅਤੇ ਪਟਵਾਰ ਦਾ ਕੰਮ ਕਰਨ ਵਾਸਤੇ ਰਾਏ ਭੋਏ ਦੀ ਤਲਵੰਡੀ ਗਏ ਸਨ, ਅਤੇ ਉੱਥੇ ਹੀ ਫਿਰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ, ਕਿਉਂਕਿ ਸਤਿਗੁਰਾਂ ਨੇ ਉੱਥੋਂ ਭਾਗ ਲਾਉਣੇ ਸਨ, ਹਾਂਜੀ ਹਾਂਜੀ, ਅਤੇ ਉੱਥੇ ਸਤਿਗੁਰਾਂ ਦਾ ਫਿਰ ਅਵਤਾਰ ਹੋਇਆ। ਮੇਰੀ ਇੱਕੋ ਹੀ ਮਰਾਸੀ ਵੀ 550 ਸਾਲਾਂ ਗੁਰੂ ਨਾਨਕ ਸਾਹਿਬ ਦਾ ਆ ਰਿਹਾ, ਅਤੇ ਗੁਰੂ ਨਾਨਕ ਸਾਹਿਬ ਦਾ ਬਜ਼ੁਰਗਾਂ ਦਾ ਜੱਦੀ ਪਿਸ਼ਤੀ ਪਿੰਡ ਹੈ, ਗੁਰੂ ਨਾਨਕ ਸਾਹਿਬ ਆਪ ਉੱਥੇ ਆਏ ਹੋਏ ਯਾਦਗਾਰ। ਇਹ ਬੜਾ ਚੰਗਾ ਤੁਸੀਂ ਸਾਨੂੰ ਸੁਝਾਅ ਦਿੱਤਾ ਹੈ, ਉੱਥੇ ਜ਼ਰੂਰ ਹੁਣ ਜਾ ਕੇ ਸਮਰਥਪੁਰ ਕਰ ਸਕਦਾ, ਦਾਸ ਜਾ ਕੇ ਉੱਥੇ ਇਹ ਆਪਣਾ ਗੱਲ ਰੱਖੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਕਿਉਂਕਿ ਉਹਨਾਂ ਦੇ ਪ੍ਰਬੰਧ ਹੇਠ ਹੀ ਆ ਸਥਾਨ। ਬਿਲਕੁਲ ਬਿਲਕੁਲ, ਉਹ ਮੈਂ ਇਹ ਵੀ ਦੱਸ ਦਿਆਂ ਕਿ ਉਹ
ਉਸ ਸਥਾਨ ਦੀ ਜਿਹੜੀ ਸੇਵਾ ਵਾ ਉਹ ਬਾਬਾ ਜਗਤਾਰ ਸਿੰਘ ਜੀ ਉਹਨਾਂ ਨੇ ਕਰਾਈ ਹੈ। ਬਿਲਕੁਲ ਠੀਕ ਹੈ, ਹਾਂਜੀ ਹਾਂਜੀ। ਅਤੇ ਉਹ ਉਹਨਾਂ ਨਾਲ ਹੀ ਵਿਚਾਰ ਕਰਾਂਗੇ, ਜੋ ਯੋਗ ਸਮਝਣਗੇ ਜਾਂ ਜੋ ਜੋ ਪ੍ਰਬੰਧ ਕਰਨਾ ਹੋਏਗਾ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਉਹ ਵੀ ਹੋਏਗਾ। ਕਿਉਂਕਿ ਜਿੱਦਾਂ ਗੁਰੂ ਨਾਨਕ ਸਾਹਿਬ ਦੀ ਜਨਮ ਭਾਵੇਂ ਬੇਸ਼ੱਕ ਨਨਕਾਣਾ ਸਾਹਿਬ ਹੈ, ਪਰ ਵੱਡਿਆਂ ਦੀ ਪਿਤਾ ਕਾਲੂ ਦੀ ਜਨਮ ਜੀ 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 ਜ਼ਰੂਰ ਸਾਡੇ ਵਾਸਤੇ ਪੂਜਾ। ਕਾਰ ਸੇਵਾਵਾਂ ਅੱਜ ਕੱਲ੍ਹ ਇੱਕ ਵਾਰੀ ਦੁਬਾਰਾ ਦੱਸ ਦਿਓ, ਅੱਜ ਕੱਲ੍ਹ ਵੱਡੀਆਂ ਕਾਰ ਸੇਵਾਵਾਂ ਕਿਹੜੀਆਂ ਚੱਲ ਰਹੀਆਂ ਹੈਗੀਆਂ, ਇੱਕ ਵਾਰੀ ਜ਼ਰੂਰ ਦੁਬਾਰਾ ਸੰਗਤਾਂ ਨਾਲ। ਸੰਗਤਾਂ ਦੇ ਨਾਲ ਮੈਂ ਸੇਵਾਵਾਂ ਦਾ ਜ਼ਿਕਰ ਕਰਾਂ ਅਤੇ ਪਹਿਲਾਂ ਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ, ਨਹੀਂ ਨਹੀਂ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗੋਲਡਨ ਟੈਂਪਲ ਜਿੱਥੇ ਜੋੜਾ ਘਰ ਦੀ ਇਮਾਰਤ ਨਵੀਂ ਬਣ ਰਹੀ ਹੈ, ਅਤੇ ਜਿਸ ਤਰ੍ਹਾਂ ਉੱਥੇ ਪਾਰਕ ਪੁਰਾਣੇ ਸਨ ਉਹਨਾਂ ਨੂੰ ਨਵਾਂ ਬਣਾਇਆ ਜਾ ਰਿਹਾ ਵਾ, ਅਤੇ ਇਹ ਮੁੱਖ ਦੁਆਰ ਜਿਹੜਾ ਵਾ ਘੰਟਾ ਘਰ ਦੇ ਗੁੰਬਦ ਜਿਹੜੇ ਨੇ ਉਹਨਾਂ 'ਤੇ ਸੋਨਾ ਲਾਇਆ ਜਾ ਰਿਹਾ, ਅਤੇ ਹੋਰ ਵੀ ਜਿਹੜੀਆਂ ਚੀਜ਼ਾਂ ਉਹ ਉੱਥੇ ਹੋ ਰਿਹਾ। ਇਸ ਤਰ੍ਹਾਂ ਬਹੁਤ ਵੱਡੀ ਸੇਵਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ ਬਹੁਤ ਵੱਡੀ ਆ, ਅਸੀਂ ਦਰਸ਼ਨ ਕਰਦੇ ਹਾਂ। ਵੈਸੇ ਤਾਂ ਮੇਰਾ ਹੁਣ ਸੰਗਤਾਂ ਦੇ ਦਰਸ਼ਨ ਕਰਨ ਦਾ ਜਿਹੜਾ ਮੁੱਖ ਉਹ ਇਹੀ ਹੈ ਕਿ ਪਿਛਲੇ 7-8 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਨੂੰ ਵੱਡਾ ਕਰਨ ਵਾਸਤੇ ਇਮਾਰਤਾਂ ਕੁਛ ਖਰੀਦੀਆਂ ਸਨ ਜੀ, ਖਰੀਦੀਆਂ ਗਈਆਂ। 2-3 ਘਰ ਸਨ ਜਿਹੜੇ ਸਾਡਾ ਜੋ ਅਸੀਂ ਮਾਸਟਰ ਪਲੈਨ ਬਣਾਇਆ, ਜੋ ਲੰਗਰ ਹਾਲ ਬਣਨਾ ਹੈ, ਕਾਰ ਪਾਰਕਿੰਗ ਬਣਨੀ ਹੈ, ਉਹ 2-3 ਘਰ ਜਿਹੜੇ ਸਨ ਉਹਨਾਂ ਦੇ ਵਿੱਚ ਆਉਂਦੇ ਸਨ, ਅਤੇ ਉਹ ਮਿਲ ਨਹੀਂ ਸਨ ਰਹੇ ਕਿਉਂਕਿ ਕਾਫੀ ਲੰਮੀ ਰਕਮ ਮੰਗਦੇ ਸਨ। ਪਰ ਹੁਣ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਆ, ਉਹ 2-3 ਘਰ ਜਿਹੜੇ ਨੇ ਉਹ ਵੀ 8 ਕਰੋੜ ਦੀ ਰਾਸ਼ੀ ਦੇ ਨਾਲ ਹੁਣੇ ਖਰੀਦੇ ਨੇ, ਉਹ ਖਰੀਦੇ ਨੇ। ਅਤੇ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਵੀ ਕਰਾਂਗਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋ ਪਾਵਨ ਪਵਿੱਤਰ ਸਥਾਨ ਹੈ, ਹਾਂਜੀ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੇ ਦੇ ਮਾਂ ਵਾਕ ਅਨੁਸਾਰ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਜਿਹੜਾ ਸਰੀਰ ਹੈ ਉਹਦਾ ਬਲੀਦਾਨ ਦਿੱਤਾ ਹੈ, ਭਾਵ ਕਿ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟ ਕੀਤਾ। ਹਾਂਜੀ, ਸਤਿਗੁਰ ਆ ਕੇ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਪਾਵੇ। ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਿਰ ਜਿਹੜਾ ਉਹ ਸੱਚੇ ਸਤਿਗੁਰੂ ਨੂੰ ਪਾਇਆ ਹੈ, ਅਤੇ ਬਾਬਾ ਜੀ ਨੇ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ 'ਚ ਭੇਟ ਕੀਤਾ। ਉਹ ਮਹਾਨ ਪਾਵਨ ਪਵਿੱਤਰ ਅਸਥਾਨ ਜਿਹੜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ 'ਤੇ ਸਭਾਇਮਾਨ ਹੈ, ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਧੜ ਦਾ ਅਤੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ। ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਦੀ ਕਾਰ ਸੇਵਾ ਵਾਸਤੇ ਮੈਂ ਹੁਣ ਅੱਜ ਤੋਂ 4 ਸਾਲ ਪਹਿਲਾਂ ਵੀ ਆਇਆ ਹਾਂ, 2014 'ਚ ਵੀ, ਉਦੋਂ ਵੀ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ ਸੀ। ਅੱਜ ਵੀ ਸੰਗਤਾਂ ਦੇ ਮੈਂ ਦਰਸ਼ਨ ਕਰਨ ਵਾਸਤੇ ਆਇਆ, ਅਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਵੀ ਕਰਦਾ ਕਿ ਉਸ ਪਾਵਨ ਪਵਿੱਤਰ ਅਸਥਾਨ ਦੀ ਸੇਵਾ ਵਾਸਤੇ ਮੈਂ ਤੁਹਾਡੀ ਹਾਜ਼ਰੀ ਭਰਨ ਆਇਆ, ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ, ਅਤੇ ਸੰਗਤਾਂ ਜਿਹੜੀਆਂ ਨੇ ਉਹ ਵੱਧ ਤੋਂ ਵੱਧ ਇਹਦਾ ਸਹਿਯੋਗ ਦੇਣ। ਉਸ ਤੋਂ ਜੇ ਬਾਕੀ ਬਚਨ ਕਰੀਏ ਤਾਂ ਬੀੜ ਬਾਬਾ ਬੁੱਢਾ ਸਾਹਿਬ ਦੇ ਵੀ ਬਹੁਤ ਵੱਡੇ ਇੱਕ ਪਲਾਨ ਬਣੇ ਹੋਏ ਨੇ, ਉਹ ਵੀ ਸੰਗਤਾਂ ਤੱਕ ਸਾਹਮਣੇ ਆ ਜਾਣਗੇ। ਅਨੰਦਪੁਰ ਸਾਹਿਬ ਦੀ ਬਹੁਤ ਵੱਡੀ ਸੇਵਾ ਚੱਲ ਰਹੀ ਹੈ, ਤਖ਼ ਦਮਦਮਾ ਸਾਹਿਬ ਦੀ ਵੱਡੀ ਸੇਵਾ ਚੱਲ ਰਹੀ ਹੈ, ਇਸੇ ਤਰ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ, ਇਹ ਦਿੱਲੀ ਦੇ ਵਿੱਚ ਵੀ ਇੱਕ ਬਹੁਤ ਵੱਡਾ ਸਥਾਨ, ਰਕਾਬਗੰਜ ਸਾਹਿਬ ਦੇ ਵਿੱਚ ਵੀ ਇਹ ਸਾਡੀ ਇੱਕ ਪਹਿਲਾਂ ਪ੍ਰਿੰਟਿੰਗ ਪ੍ਰੈਸ ਬਣੀ ਹੋਈ ਸੀ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਨਵੇਂ ਸਰੂਪ ਛਾਪੇ ਜਾਂਦੇ ਸੀ, ਪ੍ਰਕਾਸ਼ ਹੁੰਦੇ ਸੀ। ਅਤੇ ਉਹ ਫਿਰ ਮਤਲਬ ਭਾਵੇਂ ਕਿ ਉੱਥੇ ਬਹੁਤ ਵੱਡੀਆਂ ਸੇਵਾਵਾਂ ਦਿੱਲੀ ਦੇ ਵਿੱਚ ਸਾਡੇ ਜਿਹੜੇ ਪੰਥ ਰਤਨ ਸਤਿਕਾਰਯੋਗ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਜਿੱਥੇ ਦਿੱਲੀ ਦੇ ਵਿੱਚ ਕਰਾਈਆਂ ਗਈਆਂ, ਬਾਕੀ ਵੀ ਸਾਰੇ ਪੂਰੇ ਭਾਰਤ ਦੇ ਵਿੱਚ ਵੱਡੀਆਂ ਸੇਵਾਵਾਂ ਹੋਈਆਂ, ਅੱਜ ਵੀ ਉਹਨਾਂ ਦੇ ਉੱਤਰ ਅਧਿਕਾਰੀ ਸੇਵਾਦਾਰ ਸੰਤ ਬਾਬਾ ਬਚਨ ਸਿੰਘ ਜੀ ਜੋ ਕਾਰ ਸੇਵਾ ਦਿੱਲੀ ਵਾਲੇ ਕਰਕੇ ਜਾਣਿਆ ਜਾਂਦਾ, ਵੱਡੀਆਂ ਸੇਵਾਵਾਂ ਉੱਥੇ ਨਿਭਾ ਰਹੇ ਨੇ। ਪਰ ਦਾਸਾਂ ਨੂੰ ਵੀ ਪਿਛਲੇ 2-3 ਸਾਲਾਂ ਤੋਂ ਹੀ ਇਹ ਹੁਕਮ ਲੱਗ ਰਿਹਾ ਸੀ ਪ੍ਰਬੰਧਕ ਕਮੇਟੀ ਵੱਲੋਂ ਕਿ ਕੰਮ ਸਾਨੂੰ ਥੋੜ੍ਹਾ ਜ਼ਿਆਦਾ ਚਾਹੀਦੇ ਨੇ ਅਤੇ ਥੋੜ੍ਹੀ ਲੇਟ ਹੋ ਰਹੇ ਨੇ, ਅਤੇ ਸਾਨੂੰ ਤੁਸੀਂ ਆਪਣਾ ਸਹਿਯੋਗ ਦਿਓ। ਅਤੇ ਫਿਰ ਦਾਸਾਂ ਨੇ ਬਚਨ ਮੰਨਦੇ ਹੋਇਆਂ ਗੁਰਦੁਆਰਾ ਰਕਾਬਗੰਜ ਸਾਹਿਬ ਸੇਵਾ ਸ਼ੁਰੂ ਕੀਤੀ। ਉੱਥੇ ਇੱਕ ਬਹੁਤ ਵੱਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਇਮਾਰਤ ਬਣ ਰਹੀ ਹੈ, ਜਿਹਦੇ ਵਿੱਚ ਬੜਾ ਅਲੀਸ਼ਾਨ ਪ੍ਰਿੰਟਿੰਗ ਪ੍ਰੈਸਾਂ ਲੱਗਣਗੀਆਂ, ਜਿਹੜੇ ਕਿ ਨਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ
ਸਰੂਪ ਜਿਹੜੇ ਆ ਬੜੀ ਮਰਿਆਦਾ ਅਤੇ ਸੁੱਚਤਾ ਦੇ ਨਾਲ ਛਾਪੇ ਜਾਣਗੇ ਔਰ ਬੜਾ ਸੁੰਦਰ ਵੱਡੀ ਬਿਲਡਿੰਗ ਬਣੇਗੀ ਔਰ ਇਹਦੀ ਜਿਹੜੀ ਉੱਪਰਲੀ ਫਲੋਰ ਹੋਏਗੀ ਉਹ ਸਾਰੇ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਧਾਈ ਕਰਕੇ ਪੂਰੇ ਤਿਆਰ ਹੋ ਜਾਇਆ ਕਰਨਗੇ ਉਹ ਉਹਦੇ ਵਿੱਚ ਸੁਭਾਏਮਾਨ ਕੀਤੇ ਜਾਣਗੇ ਉਹਦੇ ਤੋਂ ਬਾਅਦ ਫਿਰ ਇੱਕ ਬਹੁਤ ਵੱਡਾ ਇੱਕ ਸਿਸਟਮ ਬਣਾਇਆ ਜਾਏਗਾ ਜਿਹੜੇ ਬੜੀਆਂ ਲਿਫਟਾਂ ਦੇ ਰਾਹੀਂ ਇੱਕ ਥੱਲੇ ਆ ਕੇ ਇੱਕ ਬਹੁਤ ਵੱਡਾ ਇੱਕ ਰਿਸੈਪਸ਼ਨ ਇੱਕ ਬੜਾ ਵੱਡਾ ਵੇਟਿੰਗ ਇੱਕ ਦਫ਼ਤਰ ਬਣਾਉਣਾ ਹੈ ਜਿਹਦੇ ਵਿੱਚ ਸੰਗਤ ਜਿਹਨੂੰ ਚਾਹੀਦੇ ਹੋਣ ਭਾਵੇਂ ਵੇਖੋ ਦਿੱਲੀ ਦੇ ਨਾਲ ਉੱਤਰਾਖੰਡ ਵੀ ਪੈਂਦਾ ਹੈ ਦਿੱਲੀ ਦੇ ਨਾਲ ਯੂਪੀ ਵੀ ਹੈ ਦਿੱਲੀ ਦੇ ਨਾਲ ਰਾਜਸਥਾਨ ਵੀ ਹੈ ਦਿੱਲੀ ਦੇ ਨਾਲ ਹਰਿਆਣਾ ਵੀ ਹੈ ਹਾਂ ਜਿੱਥੇ ਜਿੱਥੇ ਵੀ ਉਹ ਮਹਾਰਾਜ ਸਾਹਿਬ ਦੇ ਸਰੂਪ ਚਾਹੀਦੇ ਹੋਣਗੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਬੜੀ ਮਰਿਆਦਾ ਦੇ ਨਾਲ ਜਿਹੜੀ ਉਹ ਸੰਗਤਾਂ ਨੂੰ ਦੇਣਗੇ ਔਰ ਇਹਦੇ ਬਾਰੇ 'ਚ ਮੇਰਾ ਇੱਕ ਹੋਰ ਵਿਚਾਰ ਆਇਆ ਸੀ ਕਿ ਅਸੀਂ ਜਿਹੜੇ ਦਿੱਲੀ ਦੇ ਪ੍ਰਧਾਨ ਨੇ ਜਿਹੜੇ ਮਤਲਬ ਜੀ ਕੇ ਸਾਹਿਬ ਉਹਨਾਂ ਨੂੰ ਕਹਾਂਗੇ ਕਿ ਦੋ ਤਿੰਨ ਕੋਚਾਂ ਜਿਹੜੀਆਂ ਨੇ ਬੜੀਆਂ ਅਲੀਸ਼ਾਨ ਬੱਸਾਂ ਬਣਾਈਆਂ ਜਾਣ ਲੈਣ ਵਾਲੀ ਸੰਗਤ ਜਿਹੜੀ ਆ ਉਹ 10-15 ਸਰੀਰ ਆਉਣ ਅਤੇ ਇੱਥੋਂ ਬੜੀ ਮਾਣ ਮਰਿਆਦਾ ਅਤੇ ਸਰਵ ਉੱਚਤਾ ਦੇ ਨਾਲ ਕਿਉਂਕਿ ਇਹ ਬੜੇ ਮਹਾਨ ਮਾਨਵਤਾ ਦੇ ਸਾਂਝੇ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਜਿੱਥੇ ਆ ਉਹ ਯੋਗ ਢੰਗ ਦੇ ਨਾਲ ਯੋਗ ਅਗਵਾਈ ਦੇ ਵਿੱਚ ਜਿਹੜਾ ਪਹੁੰਚਾਇਆ ਜਾਵੇ ਇਹ ਉੱਥੇ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਵਾ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁਰੂ ਕੀਤਾ ਹੈ। 2 ਮਿੰਟ ਬਚਦੇ ਆ, 2 ਮਿੰਟਾਂ ਦੇ ਵਿੱਚ ਕਿਉਂਕਿ ਕੋਈ ਗੱਲ ਜਿਹੜੀ ਰਹਿ ਗਈ ਹੋਵੇ ਕਹਿਣਾ। ਮੈਂ 2 ਮਿੰਟਾਂ ਦੇ ਵਿੱਚ ਰਹਿ ਗਈ ਗੱਲ ਜਿਹੜੀ ਆ ਉਹ ਇਹੋ ਹੀ ਕਰਨੀ ਚਾਹੁੰਦਾ। ਹਾਂਜੀ, ਗੁਰੂ ਸਾਹਿਬਾਨ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸੰਗਤ ਟੈਲੀਵਿਜ਼ਨ ਦਾ ਵਿਸ਼ੇਸ਼ ਕਰਕੇ ਧੰਨਵਾਦ। ਹਰ ਸਾਲ ਸਾਡੀ ਇਹ ਜਿਹੜੀ ਬੇਨਤੀ ਆ, ਸਾਡੀ ਇਹ ਜਿਹੜੀ ਰਿਕੁਐਸਟ ਹੈ, ਸਾਡੀ ਇਹ ਜਿਹੜੀ ਸੇਵਾ ਦੀ ਅਪੀਲ ਆ, ਸੰਗਤਾਂ ਦੇ ਘਰ ਘਰ ਤੱਕ ਪਹੁੰਚਦੀ ਹੈ ਅਤੇ ਸੰਗਤ ਟੈਲੀਵਿਜ਼ਨ, ਸੰਗਤ ਟੈਲੀਵਿਜ਼ਨ ਦੇ ਟਰੱਸਟੀਆਂ ਦਾ, ਇਸ ਦੇ ਨਾਲ ਹੀ ਨਿਸ਼ਕਾਮ ਸੇਵਕ ਜਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਉਹਨਾਂ ਦਾ ਵੀ ਦਾਸ ਤੈਅ ਦਿਲ ਤੋਂ ਧੰਨਵਾਦ ਕਰਦਾ ਵਾ ਕਿ ਉਹ ਸਾਨੂੰ 2 ਸਾਲਾਂ ਬਾਅਦ ਦਰਸ਼ਨ ਕਰਾਉਂਦੇ ਨੇ, ਉਹੀ ਸਾਨੂੰ ਸੱਦਦੇ ਨੇ, ਉਹੀ ਸਾਨੂੰ ਭੇਜ ਦਿੰਦੇ ਨੇ ਕਾਗਜ਼ ਪੱਤਰ 'ਤੇ, ਉਹਨਾਂ ਦੇ ਸੱਦੇ 'ਤੇ ਅਸੀਂ ਆ ਜਾਂਦੇ ਹਾਂ ਅਤੇ ਲੰਬਾ ਸਮਾਂ ਜਿਹੜਾ ਅਸੀਂ ਜਿਹੜਾ ਉਹਨਾਂ ਵੱਲੋਂ ਬਣਾਇਆ ਹੋਇਆ ਅਸਥਾਨ ਆ ਗੁਰਦੁਆਰਾ ਸ਼ੋਹਰ ਰੋਡ ਦੇ ਉੱਤੇ ਜਿਹੜਾ ਗੁਰੂ ਘਰ ਬਣਾਇਆ ਅਤੇ ਲੰਬਾ ਸਮਾਂ ਅਸੀਂ ਨਿਵਾਸ ਵੀ ਉੱਥੇ ਰੱਖਦੇ ਹਾਂ। ਭਾਵੇਂ ਕਿ ਸਾਨੂੰ ਪ੍ਰੇਮੀਆਂ ਵੱਲੋਂ ਬੜਾ ਕਿਹਾ ਜਾਂਦਾ ਜੀ ਸਰ 2 ਦਿਨ ਸਾਡੇ ਕੋਲ ਰਹੋ, 4 ਦਿਨ ਸਾਡੇ ਕੋਲ ਰਹੋ, ਪਰ ਮਨ ਦੇ ਵਿੱਚ ਇਹੋ ਹੀ ਇੱਕ ਬਣਿਆ ਕਿ ਉੱਥੇ ਸਾਨੂੰ ਗੁਰੂ ਚਰਨਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਨਿਵਾਸ ਮਿਲਿਆ ਹੋਇਆ ਅਤੇ ਸਾਨੂੰ ਉੱਥੇ ਠੀਕ ਹੈ ਅਤੇ ਮੈਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਤੈਅ ਦਿਲੋਂ ਧੰਨਵਾਦ ਕਰਦਾ, ਹੋਰ ਸਭ ਦਾ ਸ਼ੁਕਰਗੁਜ਼ਾਰ ਹਾਂ ਜੀ। ਬਾਬਾ ਜੀ ਆਪ ਜੀ ਦਾ ਨਾਲੇ ਫਿਰ ਇੱਕ ਗੱਲ ਇਹ ਹੈ ਕਿ ਵਿਚਾਰ ਕਰਦਿਆਂ ਬਚਨ ਕਰਦਿਆਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਅਤੇ ਭੁੱਲਣ ਹਾਰ ਸਭ ਕੋ ਸਤਿਗੁਰ ਬਖਸ਼ੇ ਅਤੇ ਭੁੱਲ ਗੁਰੂ ਕਰਤਾਰ, ਸੰਗਤਾਂ ਵੀ ਬਖਸ਼ਣ ਯੋਗ ਨੇ, ਸੰਗਤਾਂ ਕੋਲ ਮਾਫ਼ੀ ਮੰਗਦੇ ਹਾਂ। ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਸੰਗਤ ਟੀਵੀ ਦੇ ਸਟੂਡੀਓ ਵਿੱਚ ਆਏ, ਵੀਰ ਗੁਰਦੇਵ ਸਿੰਘ ਜੀ ਤੁਹਾਨੂੰ ਲੈ ਕੇ, ਇਹਨਾਂ ਦਾ ਵੀ ਧੰਨਵਾਦ ਔਰ ਸੰਗਤਾਂ ਨੂੰ ਬੇਨਤੀ ਜ਼ਰੂਰੀ ਹੈ। 1 ਮਹੀਨਾ ਇੱਥੇ ਹੈਗੇ ਅਤੇ ਬਾਬਾ ਜੀ 1 ਮਹੀਨਾ ਤਕਰੀਬਨ 24 ਅਗਸਤ ਤੱਕ ਇੱਥੇ ਨੇ ਔਰ ਵੱਧ ਤੋਂ ਵੱਧ ਤੁਸੀਂ ਸੰਗਤਾਂ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੈ ਸੰਗਤ ਟੈਲੀਵਿਜ਼ਨ ਦੇ ਉੱਤੇ। ਬਾਬਾ ਜੀ ਦੀ ਜਿਹੜਾ ਸਾਰੀ ਕਿੱਥੇ ਕਿੱਥੇ ਰਹਿ ਰਹੇ ਕੀ ਉਹਨਾਂ ਟੈਲੀਫੋਨ ਨੇ, ਪ੍ਰੋਮੋ ਚੱਲ ਰਹੀ ਹੈ, ਟੈਲੀਫੋਨ ਨੰਬਰ ਤੁਹਾਨੂੰ ਸੰਗਤ ਟੈਲੀਵਿਜ਼ਨ ਤੁਸੀਂ ਦੇਖ ਸਕਦੇ ਹੋ ਅਤੇ ਵੱਧ ਤੋਂ ਵੱਧ ਸੇਵਾ ਤੁਸੀਂ ਫੋਨ ਕਰਕੇ ਆ ਪਾਉਣ ਦੀ ਕੋਸ਼ਿਸ਼ ਕਰਨੀ ਹੈ, ਆਪਣੀਆਂ ਕਮਾਈਆਂ ਨੂੰ ਸਫਲ ਕਰਨਾ ਹੈ। ਗੁਰੂ ਸਾਹਿਬਾਨ ਦੇ ਸਥਾਨ ਬਣ ਰਹੇ ਨੇ, ਸਥਾਵਾਂ ਸਾਡੇ ਲਈ ਬਣ ਰਹੀਆਂ ਨੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਣ ਰਹੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦਾ ਸਥਾਨ ਜਿਹੜਾ ਸੁਣਿਆ ਉਹਦੇ ਲਈ ਧੰਨਵਾਦ। ਇੱਕ ਛੋਟਾ ਜਿਹਾ ਬਚਨ ਦਾਸ ਸੰਗਤਾਂ ਦਾ ਕਰਨਾ ਚਾਹੁੰਦਾ ਵੀ ਪਿਛਲੀ ਇੰਟਰਵਿਊ 'ਚ ਵੀ ਬਚਨ ਹੋਇਆ ਸੀ ਕਿ ਅਸਾਂ ਤੁਹਾਡੇ ਕੋਲੋਂ ਤਿਲ ਫੁੱਲ ਇਕੱਠਾ ਕਰਨਾ ਹੈ ਅਤੇ ਤੁਹਾਡੀ ਸੇਵਾ 'ਤੇ ਲਾਉਣਾ ਹੈ। ਜੇ ਸੰਗਤਾਂ ਨੇ ਸਾਨੂੰ ਕੋਈ ਸੁਝਾਅ ਦੇਣਾ ਹੋਵੇ ਜਾਂ ਸਾਨੂੰ ਕੋਈ ਪ੍ਰੇਰਨਾ ਜਾਂ ਸਾਨੂੰ ਕੋਈ ਹੁਕਮ ਕਰਨਾ ਹੋਵੇ ਤਾਂ ਸਾਡਾ ਜਿਹੜਾ ਨਿਵਾਸ ਆ ਜਾਂ ਹੈੱਡ ਆਫਿਸ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਹੀ ਆ, ਡੇਰਾ ਕਾਰ ਸੇਵਾ ਪੂਰੀ ਵਾਲੇ, ਤੁਹਾਡੇ ਵੱਲੋਂ ਦਿੱਤੀ ਹੋਈ ਸੇਵਾ ਜਿਹੜੀ ਆ ਉਹ ਚਾਹੇ ਗੁਰੂ ਧਾਮਾਂ 'ਤੇ ਲੱਗ ਜਾਏ ਅਤੇ ਚਾਹੇ ਉਹ ਮਨੁੱਖਤਾ ਦੇ ਭਲੇ ਵਾਸਤੇ ਲੱਗ ਜਾਵੇ, ਜਿਸ ਤਰ੍ਹਾਂ ਤੁਸੀਂ ਸਾਨੂੰ ਕਹੋਗੇ, ਜਿਸ ਤਰ੍ਹਾਂ ਸਾਨੂੰ ਸੁਝਾਅ ਦਿਓਗੇ, ਜਿਸ ਤਰ੍ਹਾਂ ਸਾਨੂੰ ਹੁਕਮ ਕਰੋਗੇ, ਇਹ ਮਾਇਆ ਤੁਹਾਡੀ ਉਸੇ ਤਰ੍ਹਾਂ ਹੀ ਵਰਤੀ ਜਾਏਗੀ। ਪਰ ਸਾਡੇ ਨਾਲ ਆ ਕੇ ਸਾਡੇ ਹਮਸਫ਼ਰ ਜ਼ਰੂਰ ਬਣੋ, ਸਾਡੇ ਨਾਲ ਸਾਡੇ ਮਾਰਗ ਦੇ ਪਾਂਧੀ ਜ਼ਰੂਰ ਬਣੋ, ਸਾਨੂੰ ਨਿਰਾ ਮਾਇਆ ਦਾ ਸਹਿਯੋਗ ਹੀ ਨਾ ਦਿਓ। ਮਾਇਆ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਬੜੀ ਤੁਸੀਂ ਦੇ ਰਿਹਾ ਜੇ, ਸਾਨੂੰ ਆਪਣਾ ਜਿੱਥੇ
ਧਨ ਦਾ ਸਹਿਯੋਗ ਦੇਣਾ, ਮਨ ਦਾ ਸਹਿਯੋਗ ਦੇਣਾ, ਉੱਥੇ ਤਨ ਦਾ ਸਹਿਯੋਗ ਵੀ ਦਿਓ, ਆਪਣਾ ਟਾਈਮ ਕੱਢੋ, ਸਾਡੇ ਨਾਲ ਆ ਕੇ ਚੱਲੋ, ਜੋ ਜੋ ਵੀ ਸੇਵਾਵਾਂ ਤੁਸੀਂ ਸਾਨੂੰ ਕਹੋਗੇ ਉਹ ਤੁਹਾਡੇ ਸੁਝਾਵਾਂ ਦੇ ਮੁਤਾਬਕ, ਤੁਹਾਡੀ ਰੁਚੀ ਦੇ ਮੁਤਾਬਕ ਉਸ ਤਰ੍ਹਾਂ ਹੀ ਕੀਤੀ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਇੱਕ ਵਾਰ ਫਿਰ ਸੰਗਤਾਂ ਦਾ ਧੰਨਵਾਦ। ਫਤਿਹ ਸਾਂਝੀ ਕਰਦੇ ਹਾਂ ਜੀ, ਜੁੜੇ ਰਹੀਏ ਸੰਗਤ ਟੈਲੀਵਿਜ਼ਨ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।